ਜਦੋਂ ਤੁਸੀਂ ਆਏ ਇਸਲਾਮ ਤੋਂ ਬਾਹਰ ਹੋ ਤੇ ਤੁਹਾਡਾ ਕੀ ਆਖਿਆ ਗੱਲਾਂ ਕਰਨ ਦਾ? ਇੰਨੀ ਵੀ ਅਕਲ ਨਹੀਂ ਆਉਂਦੀ ਹੈ? ਮਾਮੇ ਬੜੇ ਵੱਡੇ ਇਸਲਾਮ ਦੇ ਤੇ ਪੈਗੰਬਰੇ ਇਸਲਾਮ ਨਾਲ ਲੱਗੇ ਨੇ ਹਮਦਰਦੀਆਂ ਦਾ ਡਰਾਮੇ ਕਰਨ। ਭਲਾ ਜੇ ਮਿਰਜ਼ਾ ਕਾਦਿਆਨੀ ਇਹ ਗੱਲਾਂ ਨਾ ਲਿਖਦਾ, ਉਹ ਮਕਾਮੇ ਨਬੂਤ ਲੋਕਾਂ ਦੇ ਸਾਹਮਣੇ ਇਹੋ ਜਿਹਾ ਪੇਸ਼ ਨਾ ਕਰਦਾ ਤੇ ਤੁਹਾਡੇ ਜਿਹੀ ਗੰਦੀ ਕੌਮ ਪੈਦਾ ਕੀ ਹੁੰਦੀ? ਇਹ ਗੰਦੀ ਕੌਮ ਇਸ ਗੱਲੇ ਪੈਦਾ ਹੋਈ ਹੈ ਕਿ ਉਹਨੇ ਦਜਾਲ ਨੇ ਮਕਾਮੇ ਨਬੂਤ ਹੀ ਥੱਲੇ ਸੁੱਟ ਦਿੱਤਾ ਹੈ। ਨਬੀਆਂ ਦਾ ਮਕਾਮ, ਰੱਬ ਦਾ ਮਕਾਮ, ਫਰਿਸ਼ਤਿਆਂ ਦਾ ਮਕਾਮ, ਹਰ ਚੀਜ਼ ਉਹਨੇ ਤਬਾਹ ਬਰਬਾਦ ਕਰ ਦਿੱਤੀ ਹੈ। ਨਬੀਆਂ ਦੇ ਮੌਜਜ਼ਾਤ, ਉਹਨੇ ਆਖਿਆ ਨਬੀ ਅਮਲੋਕ ਤਿਰਫ ਕਰ ਮੌਜਜ਼ੇ ਵਹਾਉਂਦੇ ਰਹੇ ਨੇ। ਉਹ ਐਡਾ ਲਾਂਤੀ ਬੰਦਾ, ਐਡਾ ਗੰਦਾ ਬੰਦਾ, ਐਡਾ ਦਜਾਲ, ਉਹਦੇ ਪੈਰੋਕਾਰ ਤੁਸੀਂ ਹੋ ਕੇ ਤੁਸੀਂ ਮੁਸਲਮਾਨਾਂ ਨੂੰ ਆਖੋ ਫਲਾਣੇ ਮੁਸਲਮਾਨ ਗੁਸਤਾਖੀ ਕੀਤੀ ਹੈ? ਪਹਿਲਾਂ ਆਪਣਾ ਘਰ ਤੇ ਵੇਖੋ, ਪਹਿਲਾਂ ਆਪਣਾ ਢਿੱਡ ਤੇ ਵੇਖੋ, ਤੁਹਾਡੇ ਅੰਦਰ ਕੀ ਵੇ? ਅੰਦਰ ਤਾਂ ਤੁਹਾਡਾ ਗੰਦ ਨਾਲ ਭਰਿਆ ਸਾਰਾ, ਤੇ ਤੁਸੀਂ ਮੁਸਲਮਾਨਾਂ ਨੂੰ ਜਾ ਕੇ ਇਹ ਗੱਲਾਂ ਆਖੋ? ਦੇਖੋ ਫੁੱਦੂ ਮੁਸਲਮਾਨ ਲੱਭ ਗਿਆ ਨਾ ਜਿਸ ਤਰ੍ਹਾਂ ਦਾ ਅਗਲੇ ਦਿਨ ਉਹ TLP ਦਾ ਚੜਿਆ ਸੀ, ਤੇ ਉਹਨੂੰ ਇਹ ਗੱਲਾਂ ਪਏ ਆਖਿਓ? ਫਲਾਣੇ ਨੇ ਫਲਾਣੇ ਨੂੰ ਕਾਫਰ ਆ ਕੇ ਫਲਾਣੇ ਨੂੰ ਫਲਾਣੇ ਨੂੰ ਕਾਫਰ ਆਖਿਆ? ਇੱਥੇ ਬੰਦੇ ਜਾਗਦੇ ਨੇ ਪਏ, ਇਹਨਾਂ ਬਰਾਡਾਂ ਦੇ ਉੱਤੇ ਬੰਦੇ ਸੁੱਤੇ ਨਹੀਂ। ਇਹਨਾਂ ਦੇ ਸਾਹਮਣੇ ਅੱਧਾ ਘੰਟਾ ਡਰਾਮਾ ਚੱਲ ਸਕਦਾ? ਮੇਰਾ ਸਿਗਨਲ ਨਹੀਂ ਸੀ ਸਹੀ? ਡਰਾਮਾ ਤੁਸੀਂ ਕਰ ਲਿਆ ਜਿਹੜਾ ਕਰਨਾ ਸੀ। ਹੁਣ ਆ ਮੇਰੇ ਸਾਹਮਣੇ, ਮੈਂ ਤੇਰੀ ਮੰਜੀ ਠੋਕਾਂ ਤੇ ਮੈਂ ਤੈਨੂੰ ਘਰ ਛੱਡ ਗਿਆ ਵਾਂ ਤੇਰੇ ਦਜਾਲ ਦੇ ਨਾਲ, ਉਸੇ ਤੈਨੂੰ ਕਵਰ ਦੇ ਵਿੱਚ ਤੁੰਨ ਕੇ ਆਵਾਂ ਜਿਹੜੀ ਚੋ ਮਰਿਆ ਪਿਆ ਗੰਦ ਗੰਦ ਦਾ ਗਲਾਜ਼ਤ ਦਾ ਢੇਰ। ਦੋ ਘੰਟੇ ਤਰਾਏ ਹੋਏ ਨੇ ਯਾ ਬਈਆ ਬਿਨਾਂ ਸ਼ੁਰੂ ਕੀਤੀ। ਜਾਓ ਜਾ ਕੇ ਉਹਦੇ ਨਾਲ ਬਹਿ ਕੇ ਕੱਢੋ ਪੈਗੰਬਰ ਇਸਲਾਮ ਨੂੰ ਗਾਲਾਂ ਤੇ ਸਾਰੇ ਨਬੀਆਂ ਨੂੰ ਗਾਲਾਂ ਕੱਢੋ, ਕਿਉਂਕਿ ਤੁਹਾਡਾ ਕੰਮ ਹੀ ਗਾਲਾਂ ਕੱਢਣਾ। ਤੁਹਾਡੇ ਜਿਹਾ ਗਟਰ ਉਹ ਦਜਾਲ ਇਸੇ ਗੱਲੇ ਤਿਆਰ ਕਰਕੇ ਗਿਆ ਕਿ ਤੁਸੀਂ ਨਬੀਆਂ ਨੂੰ ਗਾਲਾਂ ਕੱਢੋ ਤੇ ਕੱਢੋ ਬਹਿ ਕੇ ਉੱਥੇ ਬਹਿ ਕੇ ਬਰਾਡ ਲਾ ਕੇ, ਇੱਥੇ ਕੀ ਲੈਣ ਆਉਂਦੇ ਹੋ? ਇੱਥੇ ਕੋਈ ਕੀਦੇ ਦੀ ਗੱਲ ਪੁੱਛਣੀ ਤੇ ਪੁੱਛੋ ਆ ਕੇ? ਹਾਂ ਜ਼ਰੂਰ ਆ ਜਾਓ, ਲੇਕਿਨ ਇਸ ਮੌਜੂ ਤੇ ਗੱਲ ਤੁਹਾਡਾ ਕੋਈ ਹੱਕ ਨਹੀਂ ਕਰਦਾ। ਤੁਸੀਂ ਉਹ ਸ਼ਾਤਮੇ ਰਸੂਲ ਤੇ ਗੰਦੀ ਤਰੀਨ ਕੌਮ, ਉਹ ਸਾਡੇ ਜ਼ਿਹਨ ਚਾਲ ਰੈਡੀ ਹੈ। ਜੇ ਕਿਸੇ ਮੁਸਲਮਾਨ ਦੇ ਦਿਮਾਗ 'ਚ ਜਾਂ ਦਿਲ 'ਚ ਕਿਰੇ ਕੋਈ ਵਹਾਮ ਪੈਦਾ ਹੋਇਆ ਨਾ, ਤੇ ਮੈਂ ਇਨਸ਼ਾਅੱਲਾ ਜਦ ਤੱਕ ਜੀਵਨਾ ਮੈਂ ਕੱਢ ਕੇ ਲੋਕਾਂ ਦੇ ਹੱਥ ਪੜਾਉਂਦਾ ਕਿ ਇਹਨਾਂ ਜਿਹੜਾ ਤੇ ਲਾਂਤੀ ਹੈ ਹੀ ਕੋਈ ਨਹੀਂ, ਇਹਨਾਂ ਜਿਹੜਾ ਤੇ ਗੰਦਾ ਹੈ ਹੀ ਕੋਈ ਨਹੀਂ। ਤੁਸੀਂ ਇਹਨਾਂ ਨੂੰ ਕਹਿੰਦੇ ਲਈ ਕੋਲੇ ਬਹਾ ਕੇ ਤੇ ਇਹਨਾਂ ਕੋਲ ਸਫਾਈਆਂ ਲੈਂਦੇ ਫਿਰਦੇ ਹੋ। ਇਹਨਾਂ ਨੂੰ ਖਬਰਦਾਰ, ਤੁਸੀਂ ਮੁਸਲਮਾਨ ਸਮਝੋ ਜਾਂ ਮੁਸਲਮਾਨਾਂ ਦਾ ਕੋਈ 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 ਗਰੋਹ ਸਮਝੋ ਜਾਂ ਕਿਹੜੇ ਗਰੋਹ ਦਾ ਕੋਈ ਜੁਜ਼ ਸਮਝੋ, ਅੱਲਾ ਇਹਨਾਂ ਨੂੰ ਤਬਾਹ ਕਰੇ। ਦੇਖੋ ਕਿੰਨੇ ਘੰਟਿਆਂ ਦੇ ਉਹ ਬਕਵਾਸ ਕਰਨ ਲੱਗੇ ਨੇ, ਕਿੰਨੇ ਘੰਟੇ ਗੁਜ਼ਰ ਗਏ ਨੇ, ਇਹ ਇੱਥੇ ਆ ਕੇ ਬੈਠੇ ਨੇ। ਇੱਕ ਆ ਬੋਲਾ ਜਾਂਦਾ ਹਾਂ ਮਜ਼ੰਮਤ ਕਰਨਾ, ਦੂਜਾ ਕਹਿ ਦਿੰਦਾ ਹਾਂ ਬਾਦ ਇਤਿਆਤੀ ਉਸਨੇ ਕੀ ਹੈ, ਵੈਸੇ ਤਾਂ ਇਹਨਾਂ ਦੀ ਗੁਸਤਾਖੀ ਕਰ ਹੀ ਨਹੀਂ ਸਕਦਾ, ਇਹਨਾਂ ਦੀ ਤਾਂ ਗੁਸਤਾਖੀ ਕਾ ਸੋਚ ਹੀ ਨਹੀਂ ਸਕਦਾ। ਨਾਸਰ ਸਾਹਿਬ ਉੱਤੇ ਆਓ, ਜਿਹੜੀ ਗੱਲ ਕੋ ਕੀਦੇ ਦੀ ਕਰਨ ਵਾਲੀ ਹੈ ਕਰਿਓ। ਸ਼ਾਤਮੀਅਤ ਮਿਰਜ਼ਾਈਅਤ ਦੀ ਮਾਂ ਹੈ, ਤੁਹਾਡਾ ਸ਼ਾਤਮੀਅਤ ਨਾਲ ਗਹਿਰਾ ਤੱਲਕ ਹੈ, ਜਨਮ ਜਨਮ ਦਾ। ਤੁਹਾਡਾ ਨਾ ਕੋਈ ਸਵਾਲ ਬਣਦਾ ਨਾ ਕੋਈ ਜਵਾਬ। ਇਲਜ਼ਾਮ ਲਓ ਬਸ, ਖਬਰਦਾਰ ਸ਼ਾਤਮੀਅਤ ਦੇ ਮੌਜੂਦ ਤੇ ਤੁਸੀਂ ਕੋਈ ਗੁਫ਼ਤਗੂ ਵੀ ਕੀਤੀ, ਅਕੀਦੇ ਦੇ ਮੌਜੂਦ ਤੇ ਜਿਹੜੀ ਗੱਲ ਕਰਨੀ ਬਿਸਮਿਲ੍ਲਾ ਕਰੋ ਆ ਕੇ। ਮਾਈਕ ਫ੍ਰੀ ਹੋਵੇ, ਮੈਂ ਥੋੜ੍ਹਾ ਬਿਜ਼ੀ ਹੋਣ ਲੱਗਾ। ਕੋਈ ਮੈਂ ਤਿੰਨਾਂ ਘੰਟਿਆਂ ਦੀ ਇਹ ਬਕਵਾਸ ਸੁਣਨ ਲੱਗਿਆ ਸੀ, ਮੇਰੇ ਸਿਗਨਲ ਨਹੀਂ ਸੀ ਸਹੀ, ਮੈਂ ਆਉਂਦਾ ਸੀ ਕੀ ਬਕਵਾਸ ਸ਼ੁਰੂ ਹੋਈ ਹੈ। ਜਿਹੜਾ ਵੀ ਬੰਦਾ ਕੁਰਾਨ ਹੱਥ 'ਚ ਉਹ ਅਹਿਲ ਕੁਰਾਨ ਨੇ, ਉਹ ਕਹਿੰਦੇ ਨੇ ਆਪਣੇ ਆਪ ਨੂੰ ਅਸੀਂ ਅਹਿਲ ਕੁਰਾਨ ਹਾਂ,
ਇਹਦਾ ਮਤਲਬ ਤਾਂ ਨਹੀਂ ਨਾ ਮੁਸਲਮਾਨ ਨੇ ਨਬੀ ਪਾਕ ਨੂੰ ਨਬੀ ਵੀ ਨਹੀਂ ਮੰਨਦੇ ਹਨ। ਜਿਹੜਾ ਉਹਨਾਂ ਦਾ ਕੁਰਾਨ ਪੜ੍ਹਨਾ, ਕੁਰਾਨ ਦੀਆਂ ਆਇਤਾਂ ਮੂੰਹ ਚ ਪੜ੍ਹਨਾ, ਤੁਸੀਂ ਉਹਨਾਂ ਨੂੰ ਮੁਸਲਮਾਨ ਸਮਝ ਕੇ ਗੱਲ ਕਰਨੀ ਸ਼ੁਰੂ ਕਰ ਦਿਓ। ਅਲੀ ਭਾਈ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਸਰ, ਕੁਝ ਕਹਿਣਾ ਚਾਹੁੰਦੇ ਨੇ ਇਸ ਬਾਰੇ। ਕੌਣ ਕਹਿਣਾ ਚਾਹੁੰਦੇ ਨੇ? ਕਹੋ ਜੀ, ਕਹੋ ਜਿਹਨੂੰ ਕਹਿਣਾ। ਗੁਰਬੇ ਕਿਆਮਤ ਐਸੇ ਗਰੋਹ ਪੈਦਾ ਹੋਣਗੇ, ਉਹ ਕੁਰਾਨ ਦੀਆਂ ਆਇਤਾਂ ਪੜ੍ਹਨਗੇ, ਨਬੀ ਪਾਕ ਦਾ ਨਾਂ ਲੈਣਗੇ, ਨਬੀ ਪਾਕ ਦੀਆਂ ਹਦੀਸਾਂ ਬਿਆਨ ਕਰਨ, ਲੇਕਿਨ ਉਹਨਾਂ ਦਾ ਕੋਈ ਤਲਕ ਨਹੀਂ ਹਨ। ਉਹ ਕਮ ਅਜ਼ ਕਮ ਇਹਨਾਂ ਨੂੰ ਬਿਹਤਰ ਨੂੰ ਇਸਲਾਮ ਕਲੇਮ ਵੀ ਨਹੀਂ ਕਰਦੇ ਜਿਹੜੇ ਨੇ ਨਾ ਉਹ ਕੁਰਾਨਿਸਟ, ਉਹ ਆਪਣੇ ਆਪ ਨੂੰ ਬੰਨੀ ਇਸਰਾਇਲ ਆਉਂਦੇ ਨੇ, ਉਹ ਇਸਲਾਮ ਕਲੇਮ ਹੀ ਨੇ। ਇਹ ਦੁਨੀਆਂ ਦੇ ਉੱਤੇ ਗੰਦੀ ਤਰੀਨ ਕੌਮ ਹੈ, ਗਲੀਜ਼ ਤਰੀਨ, ਸਭ ਤੋਂ ਗਲੀਜ਼ ਇਹ ਨੇ। ਉੱਤੋਂ ਇਸਲਾਮ ਕਲੇਮ ਕਰਦੇ ਨੇ, ਉੱਧਰੋਂ ਪੈਗੰਬਰ ਇਸਲਾਮ ਨੂੰ ਗਾਲਾਂ ਕੱਢ ਕੇ ਆਉਂਦੇ ਨੇ, ਉੱਧਰੋਂ ਆ ਕੇ ਇਸਲਾਮ ਕਲੇਮ ਕਰਦੇ ਨੇ। ਅਸੀਂ ਤਾਂ ਹੋਏ ਮੁਸਲਮਾਨ, ਹਮ ਅਹਿਮਦੀ ਤਾਂ ਸੋਚ ਵੀ ਨਹੀਂ ਸਕਦੇ, ਗੁਸਤਾਖੀ ਕਾ ਕੋਈ ਅਹਿਮਦੀ ਸੋਚ ਵੀ ਨਹੀਂ ਸਕਦਾ। ਕਿਸ ਤਰ੍ਹਾਂ ਤੁਸੀਂ ਇਹਦੀ ਬਕਵਾਸ ਇੰਨੀ ਦੇਰ ਦੀ ਸੁਣਨ ਲੱਗੇ ਹੋ? ਅਹਿਮਦੀ ਸੋਚ ਨਹੀਂ ਸਕਦਾ, ਅਹਿਮ ਦੀਆਂ ਗਾਲਾਂ ਕੱਢ ਕੱਢ ਕੇ ਅਤੇ ਮੁਸਲਮਾਨਾਂ ਦਾ ਜਿਹੜਾ ਖੂਨ ਪੀਣਾ ਸ਼ੁਰੂ ਕੀਤੇ ਆ। ਕਿਹੜਾ ਬੰਦਾ ਜਿਹੜਾ ਇੱਥੇ ਨਹੀਂ ਤੜਪਦਾ ਪਿਆ? ਉਹ ਪੀਰ ਅਸਕਾਨੀ ਸਾਹਿਬ ਨੂੰ ਤਾਂ ਤੁਸੀਂ ਆਉਂਦੇ ਹੋ ਕਿ ਬੜੇ ਮੁਹਤ ਦਿਲ, ਬੜੇ ਮੁਹਤ ਦਿਲ। ਤੁਸੀਂ ਉਹਨਾਂ ਦਾ ਨਹੀਂ ਵੇਖਿਆ ਇੱਕ ਘੰਟਾ ਪਹਿਲਾਂ ਕੀ ਹਾਲ ਹੋਇਆ ਸੀ? ਤੁਹਾਡੀਆਂ ਹਰਾਮਜ਼ਾਦਗੀਆਂ ਵੇਖ ਵੇਖ ਕੇ, ਉਸ ਗੰਦ ਨੂੰ ਵੇਖ ਵੇਖ ਕੇ ਜਿਹੜਾ ਗੰਦ ਇੱਥੇ ਇਕੱਠਾ ਹੋਇਆ ਮਿਰਜ਼ਾਈਆਂ ਦਾ ਸੋਸ਼ਲ ਮੀਡੀਆ ਦੇ ਉੱਤੇ। ਗੂੰਜੇ ਮਰਨ ਵਾਲਾ ਗੂੰਜ ਦੇ ਨੁਕਤੇ ਨੇ ਸਾਰੇ, ਦੋ ਨੰਬਰ ਖਲੀਫਾ ਨਹੀਂ ਜਿਹੜਾ ਨੁਤਫੇ ਨੇ, ਨੁਤਫੇ ਉਹਦੇ ਨੇ, ਉਹਦੇ ਹੀ ਨੁਤਫੇ ਨੇ, ਉਹਦੇ ਹੀ ਨੁਤਫੇ ਨੇ। ਕੋਈ ਵੀ ਇਹਨਾਂ ਦਾ ਬੰਦਾ, ਕੋਈ ਵੀ ਈਵਨ ਕਿ ਇਹਨਾਂ ਦਾ ਦੋ ਨੰਬਰ ਹਲੀਫਾ ਲੈ ਲਵੋ, ਭਾਵੇਂ ਇਹਨਾਂ ਦੀ ਕੋਈ ਵੀ ਨਸਲ ਚੁੱਕ ਕੇ ਵੇਖ ਲਓ, ਕੋਈ ਸਬੂਤਾਂ ਨਹੀਂ ਮਰਿਆ, ਕੋਈ ਪੋੜੇ ਦੀ ਫੀਪ ਨਾਲ ਮਰਿਆ, ਕੋਈ ਕਿਸੇ ਦੇ ਮੂੰਹ ਚੋਂ ਮੂੰਹ ਨਿਕਲ ਰਿਹਾ ਸੀ, ਇਹ ਇੰਜ ਦੀ ਇਹਨਾਂ ਦੀ ਨਸਲ ਤਿਆਰ ਹੋਈ ਹੈ। ਠੀਕ ਹੈ, ਇਹਨਾਂ ਨੂੰ ਰੱਬ ਵੀ ਪੁੱਛੇਗਾ। ਬਾਕੀ ਜਿਹੜੀ ਚੀਜ਼ਾਂ ਇਹ ਕਰ ਰਹੇ ਨੇ, ਕਿਸੇ ਖੰਜੀਰ ਦਾ ਹੀ ਕੰਮ ਹੋ ਸਕਦਾ, ਇਹਨਾਂ ਦੀ ਨਸਲ ਆਪਣੀ ਨਸਲ ਨਹੀਂ ਹੈ, ਕਿਸੇ ਹਰਾਮ ਕਰ ਹੀ ਨਹੀਂ ਸਕਦਾ। ਜਿੱਦਾਂ ਜਿਹੜਾ ਇੱਕ ਪਿਓ ਦਾ ਪੁੱਤਰ ਹੈ ਨਾ, ਉਹ ਪੀਰ ਅਸਕਾਨੀ ਸਾਹਿਬ ਠੀਕ ਬਿਆਨ ਦੇ ਸਨ, ਜਿਹੜਾ ਇੱਕ ਪਿਓ ਦਾ ਨੁਤਫਾ ਹੋਇਆ ਬਕਵਾਸ ਕਰ ਹੀ ਨਹੀਂ ਸਕਦਾ ਜਿਹੜੇ ਕਰਨਗੇ। ਤੇ ਦੋ ਨੰਬਰ ਹਲੀਫਾ ਨੇ ਪੂਰਾ ਰੱਬਾ ਵਿੱਚ ਉਹ ਦਿੱਤਾ ਸੀ, ਉਹਨਾਂ ਦੀ ਉਹਦੀਆਂ ਹੀ ਲਾਦਾ ਫਿਰ ਤੇ ਬੱਚੇ ਬੈਠੇ ਨੇ, ਚੰਗੇਜ਼ ਬੈਠੇ ਆ, ਜੱਟ ਬੈਠੇ ਆ, ਸਾਰੇ ਉਹ ਹੀ ਨੇ, ਸਾਰੇ ਉਹ ਹੀ ਨੇ। ਦੋ ਆ ਯਾ ਦੋ ਨੰਬਰ ਜਿਹੜਾ ਹਲੀਫਾ ਸੀ ਉਹਨੇ ਪੂਰਾ ਰੱਬਾ ਚ ਦਿੱਤਾ ਸੀ। ਜਿਹੜੀ ਇਹਦੀ ਮਰੀਦ ਨਹੀਂ, ਇੱਕ ਸੈਕਿੰਡ ਰੁਕ ਜਾ, ਇੱਕ ਸੈਕਿੰਡ ਰੁਕ ਜਾ, ਜਿਹੜੀ ਮਰੀਦ ਨਹੀਂ ਆਂਦੀ ਸੀ ਨਾ ਚੋਦੀ ਹੋਵੇ, ਜੱਟ ਦੀ ਅੰਮੀ ਵੀ ਉੱਥੇ ਚੋਦ ਚਲਵਾ ਕੇ ਆਈ ਹੈ। ਯਾਰ ਇਹਨਾਂ ਗੱਲਾਂ ਨੂੰ ਛੱਡੋ, ਮੇਰੀ ਗੱਲ ਸੁਣੋ। ਅਮਰ ਬਾਈ ਨੇ ਅਤੇ ਪੀਰ ਅਸਕਾਨੀ ਸਾਹਿਬ ਨੇ ਬਹੁਤ ਜ਼ਬਰਦਸਤ ਗੱਲ ਕਰ ਦਿੱਤੀ ਹੈ, ਠੀਕ ਹੈ। ਉਹ ਦੂਜੀ ਗੱਲ ਦੇਖੋ, ਤੁਸੀਂ ਹੈਰਾਨ ਕਿਉਂ ਹੁੰਦੇ ਹੋ ਯਾਰ? ਹੈਰਾਨ ਤਾਂ ਹੋ ਕਿ ਕੋਈ ਪਤਾ ਨਾ ਹੋਵੇ। ਇਹ ਤੁਸੀਂ ਮਿਰਜ਼ਾ ਕਾਦਿਆਨੀ ਦਾ ਲਿਟਰੇਚਰ ਪੜ੍ਹੋ, ਉਹਨੇ ਹਜ਼ੂਰੇ ਪਾਕ ਦੀ ਗੁਸਤਾਖੀ, ਉਸਨੇ ਸਾਰੇ ਅੰਬੀਆ ਦੀ ਗੁਸਤਾਖੀ, ਉਸਨੇ ਉਲੀਆ ਇਕਰਾਮ ਦੀ ਗੁਸਤਾਖੀ, ਉਮਾਤੁਲ ਮੁਮਿਨੀਨ ਦੀ ਗੁਸਤਾਖੀ, ਸਹਾਬਾ ਇਕਰਾਮ ਦੀ ਗੁਸਤਾਖੀ, ਉਹਨੇ ਕੋਈ ਬੰਦਾ ਨਹੀਂ ਛੱਡਿਆ। ਉਹ ਯਾਰ ਉਹ ਯਕੀਦਾ ਲੈ ਕੇ ਅੱਗੇ ਚੱਲਦੇ ਨੇ ਅਤੇ ਕਿਹੜਾ ਚੰਗਾ ਮਿਰਜ਼ਾਈ ਅਤੇ ਕਿਹੜਾ ਮੰਦਾ ਮਤਲਬ, ਉਹ ਯਾਰ ਸਾਰੇ ਹੀ ਹਿੱਕ ਨੇ। ਦੇਖੋ ਮੇਰੀ ਗੱਲ ਸੁਣੋ, ਇਹ ਸਾਰੇ ਹੈਕੀ ਨੇ, ਠੀਕ ਹੈ। ਇਹ ਟੋਲੀਆਂ ਬਣਾ ਕੇ ਕੋਈ ਕਿੱਥੇ ਬੈਠੇ ਹੁੰਦੇ ਨੇ, ਕੋਈ ਕਿੱਥੇ ਪਲੈਨਿੰਗ ਕਰਦੇ ਨੇ। ਇਹਨਾਂ ਦਾ ਜਿਹੜਾ ਜਿਹੜਾ ਸਰਗਨਾ ਉਹ ਮੀਆਂ ਕੀ ਨਾਂ ਫੇਵਰੇਟ ਹੈ, ਅਤੇ ਨਾਲ ਉਹਦੇ ਕੀ ਨਾਂ ਆਪਣਾ ਹੁਸੈਨੀ, ਅਤੇ ਇਹ ਸਾਰੇ ਹੈਕੀ ਨੇ। ਇਹ ਆਪਣੇ ਆਪਣੇ ਤਰੀਕੇ ਕਾਰਨ ਲੋਕਾਂ ਨੂੰ ਫੁੱਦੂ ਬਣਾਉਣ ਲੱਗੇ ਹੋਏ ਨੇ। ਅਤੇ ਯਾਰ ਤੁਸੀਂ ਦੇਖੋ, ਤੁਸੀਂ ਇਹਨਾਂ ਤੋਂ ਦਿਲ ਤਾਂ ਸਾੜੋ ਕਿ ਪਤਾ ਨਾ ਹੋਵੇ ਯਾਰ ਕਿ ਇਹ ਸਾਰੇ ਹੀ ਅਜੇ ਨੇ, ਵਨ ਟੂ ਆਲ, ਕਿਉਂਕਿ ਇਹ ਸਾਰੇ ਮਿਰਜ਼ਾ ਕਾਦਿਆਨੀ ਦੇ ਅਕੀਦੇ ਨੂੰ ਲਾ ਕੇ ਅੱਗੇ ਚੱਲਦੇ ਨੇ। ਉਹਨੇ ਕੀ ਕਿਹਾ ਕਿ ਬਈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਸਾਰਿਆਂ ਨੂੰ ਜ਼ਲੀਲ ਕਰੋ, ਤੋਬਾ ਨਜ਼ੁਬਿਲਾ, ਨਕਲੇ ਕੁਫਰ ਕੁਫਰ ਨਾ ਬਾਸ਼ਤ। ਅਤੇ ਇਹਦੇ ਵਾਸਤੇ ਤੁਸੀਂ ਸਿਰਫ, ਅਸੀਂ ਮੈਂ ਤਾਂ ਇਹ ਕਹਿਣਾ ਕਿ ਅਸੀਂ ਜਿਹੜਾ ਹੈ ਜਿਹਨੂੰ ਤੇ ਸਾਡੇ ਸੀਨੀਅਰ ਲੋਕ ਨੇ ਅਮਰ ਨਜ਼ੀਰ ਬਾਈ
ਜ਼ਾਹਿਦ ਅਸਕਾਨੀ ਸਾਹਿਬ ਜਿੰਨੇ ਵੀ ਸਾਰੇ ਨੇ ਵਨ ਟੂ ਆਲ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਪਣੀ ਨਵੀਂ ਨਸਲ ਹੈ ਉਹਨਾਂ ਨੂੰ ਇਹਨਾਂ ਦੇ ਬਾਰੇ ਵਿੱਚ, ਇਹਨਾਂ ਦੇ ਕੀਦਿਆਂ ਦੇ ਬਾਰੇ ਵਿੱਚ ਆਗਾਹ ਕਰੋ ਤਾਂ ਕਿ ਕਿਸੇ ਵੀ ਬੰਦੇ ਨੂੰ ਢੰਗ ਨਾ ਆਕਣ। ਐਵੇਂ ਉਸ ਧੜੇ ਅਮਰ ਬਈ ਇੱਕ ਹਵਾਲਾ ਲਾਇਆ ਜਿਹੜਾ ਇਹਨਾਂ ਦਾ ਅਲਫਜ਼ਲ ਅਖਬਾਰ ਦਾ, ਕਿ ਕੋਈ ਵੀ ਬੰਦਾ ਬੜੇ ਸੇ ਬੜਾ ਰੁਤਬਾ ਹਾਸਲ ਕਰ ਸਕਦਾ ਹੈ, ਅਤਾ ਕਿ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਸੇ ਵੀ ਉੱਚਾ ਰੁਤਬਾ ਹਾਸਲ ਕਰ ਸਕਦਾ ਹੈ। ਨਾਸਰ ਜਿਹੜਾ ਤੂੰ ਸਾਨੂੰ ਗਾਲਾਂ ਕੱਢਦਾ ਹੈ ਨਾ, ਇਹ ਕਹਿੰਦਾ ਹਾਂ ਬਿਲਕੁਲ ਸਹੀ ਲਿਖਿਆ ਹੋਇਆ। ਹਵਾਲਾ ਲਾਇਆ ਸੀ ਅਲ ਹਕਮ ਅਖਬਾਰ ਦਾ ਇੱਥੇ ਕੁਝ ਦਿਨ ਪਹਿਲੇ, ਮਿਰਜ਼ਾ ਕਾਦਿਆਨੀ ਦੀ ਜ਼ਿੰਦਗੀ ਦੇ ਵਿੱਚ ਅਖਬਾਰ ਅਲ ਹਕਮ ਦੇ ਉੱਤੇ ਛਪਿਆ ਕਿ ਨਬੀ ਅਲੈਹਿ ਸਲਾਤੁ ਵਸਲਾਮ ਦੇ ਨਾਲ ਆਪ ਦੇ ਜਿਸਮ ਨਾਲ ਗੈਰ ਮਹਿਰਮ ਔਰਤਾਂ ਜਿਸਮ ਆ ਕੇ ਮਸ ਕਰਦੀਆਂ ਸਨ, ਮਾਜ਼ ਅੱਲਾ ਅਸਤਗਫਿਰੁੱਲਾ, ਤੇ ਨਬੀ ਪਾਕ ਮਨਾ ਨਹੀਂ ਸੀ ਕਰਦੇ, ਉਹ ਬਰਕਤ ਵੀ ਹਾਸਲ ਕਰਦੀਆਂ ਸਨ। ਇਹਨਾਂ ਲਾਂਤੀਆਂ ਨੇ ਮਿਰਜ਼ਾ ਕਾਦਿਆਨੀ ਦੀ ਜਿਹੜੀ ਆਰਾਮ ਤੋਂ ਵੀ ਇਹੀ, ਉਹ ਜਿਹੜੀ ਉਹਦੀ ਉਹ ਜਿਹੜਾ ਹੈ ਤਾਂ ਗੈਰ ਮਹਿਰਮ ਲੜਕੀਆਂ ਨੂੰ ਕੋਲ ਖਿਦਮਤ ਲਈ ਰੱਖਿਆ ਸੀ, ਉਹ ਉਹਨੂੰ ਡਿਫੈਂਡ ਕਰਨੇ ਲਈ, ਉਹਨੂੰ ਡਿਫੈਂਡ ਕਰਨ ਵਾਸਤੇ, ਉਹਦੇ ਉੱਤੇ ਕੱਪੜਾ ਪਾਉਣ ਵਾਸਤੇ, ਉਹਦੀ ਜ਼ਿੰਦਗੀ ਦੇ ਵਿੱਚ 1906 ਦਾ ਲਕਮ ਅਖਬਾਰ ਹੈ, ਉਹਦੇ 'ਚ ਬਕਵਾਸ ਲਿਖੀ ਹੈ, ਇੱਥੇ ਸਭ ਦੇ ਸਾਹਮਣੇ ਸਕੈਨ ਲਾਇਆ। ਇਹਨਾਂ ਕੋਲੋਂ ਕੋਈ ਕਿਸੇ ਨਬੀ ਦੀ ਨਾ ਇੱਜ਼ਤ ਮਹਿਫੂਜ਼ ਹੈ, ਨਾ ਕੋਈ ਅੱਲਾ ਦਾ ਕੋਈ ਇਹਨਾਂ ਨੂੰ ਹਯਾ ਡਰ ਖੌਫ ਹੈ, ਨਾ ਇਹਨਾਂ ਨੂੰ ਮੌਤ ਯਾਦ ਹੈ, ਨਾ ਇਹਨਾਂ ਨੂੰ ਕਬਰ ਯਾਦ ਹੈ, ਨਾ ਇਹਨਾਂ ਨੂੰ ਕਿਆਮਤ ਯਾਦ ਹੈ। ਇਹ ਮੁਲਹਿਦ ਨੇ, ਸਾਰੇ ਮੁਲਹਿਦ। ਮੈਂ ਤੁਹਾਨੂੰ ਦੱਸਿਆ ਵੀ ਅੱਜ ਕਿੰਨੇ ਤਕਰੀਬਨ 8-10 ਮਹੀਨਿਆਂ ਬਾਅਦ ਇਸ ਬੰਦੇ ਦੇ ਮੂੰਹ ਤੋਂ ਟਾਲੀ ਚੰਦਨ ਫਿਨਲ ਮੈਨ ਤੇ ਇਨ ਦਾ ਐਂਡ ਉਹਦੇ ਮੂੰਹ ਤੋਂ ਵੀ ਨਕਾਬ ਨੋਚ ਲਿਆ ਸੋਸ਼ਲ ਮੀਡੀਆ ਨੂੰ, ਮਾਵਾਂ ਭੈਣਾਂ ਦੀਆਂ ਨੰਗੀਆਂ ਗਾਲਾਂ ਕੱਢਣ ਲੱਗਿਆ ਸੀ ਉਸ ਟੇਰੀਅਲ ਉੱਤੇ। ਕਿਉਂਕਿ ਜੇ ਮਿਰਜ਼ਾਈ ਹੈ, ਉਹਨੂੰ ਪਤਾ ਲੱਗ ਗਿਆ ਮਿਰਜ਼ਾਈਅਤ ਕੀ ਹੈ, ਉਹਦੇ ਬਾਅਦ ਫਿਰ ਉਹਦਾ ਕੋਲ ਇਹ ਹੀ ਹੱਲ ਰਹਿ ਜਾਂਦਾ ਕਿ ਉਹ ਗਾਲਾਂ ਕੱਢੇ ਮਾਵਾਂ ਭੈਣਾਂ ਦੀਆਂ ਨੰਗੀਆਂ, ਤੇ ਜਾਂ ਇਹ ਕੰਮ ਕਰਨਾ ਸ਼ੁਰੂ ਕਰ ਦੇ ਜਿਹੜੀ ਇਹ ਫੁਰਕਾਨ ਫੋਰਸ ਕਰਨ ਲੱਗੀ। ਇਹ ਫੁਰਕਾਨ ਫੋਰਸ ਇਹਦੀ ਬਣਾਈ ਹੈ ਨਾ, ਕੋਈ ਬਾਹਰੋਂ ਬੰਦਾ ਆਇਆ ਜਿਹੜਾ ਰੋਜ਼ ਇਹ ਹਰਾਮਜ਼ਾਦਗੀਆਂ ਕਰਦਾ ਪਿਆ, ਜਿਹੜਾ ਰੋਜ਼ ਸ਼ਾਤਮੀਅਤ ਪਿਆ ਕਰਦਾ, ਨਬੀ ਪਾਕ ਨੂੰ ਗਾਲਾਂ ਪਿਆ ਕੱਢਦਾ, ਮਰਜ਼ਾਈਆਂ ਦਾ ਹੀ ਬੰਦਾ ਹੈ ਨਾ, ਮਰਜ਼ਾਈਆਂ ਦਾ ਹੀ ਬੱਚਾ ਹੈ, ਤੇ ਮਰਜ਼ਾਈ ਉਹ ਦੁਬਾਰਾ ਬਹਿ ਕੇ ਕੋਲ ਕਰਾਉਂਦੇ ਨੇ, ਰਿਪੋਰਟ ਕਰਦੇ ਨੇ, ਓਏ ਉੱਥੇ ਕੋਲ ਬੈਠੇ ਹੁੰਦੇ ਨੇ ਨਾਸਰ ਬਾਹਰ ਕੋਲ ਬਹਿ ਕੇ ਕਰਾਉਣ ਲੱਗੇ ਨੇ ਸਾਰੇ ਇਹ ਸਾਰੇ। ਮੈਂ ਕਹਿੰਦਾ ਇਹ ਨਾਸਰ ਤੇ ਇਹੋ ਟਰੁੱਥ ਸੀਕਰ ਉਹਦੇ ਕੋਲ ਪੈਨਲ ਤੇ ਚੜ੍ਹ ਕੇ ਬੈਠੇ ਨੇ, ਇੱਥੇ ਅੰਬ ਲੈਣ ਆਏ ਨੇ, ਇਸ ਮੌਜੂਦ ਗੱਲ ਕਿਸ ਤਰ੍ਹਾਂ ਕਰਨ ਆਏ ਨੇ। ਅਖਬਾਰ ਦਾ ਹਵਾਲਾ ਲਾਇਆ ਕੱਲ ਅਮਰ ਬਾਈ ਤੇ ਕਹਿੰਦਾ ਬਿਲਕੁਲ ਸਹੀ ਲਿਖਿਆ ਹੋਇਆ। ਇਹਨਾਂ ਦੇ ਵਿੱਚੋਂ ਮੁਖਲਸ ਕਿਹੜਾ ਨਬੀ ਕਰੀਮ ਸੱਲਮ ਦੇ ਨਾਲ? ਇੱਕ ਵੀ ਨਹੀਂ। ਕੱਲ ਸ਼ਾਮੀ ਹੁਸੈਨੀ ਦੀ ਲਾਈਵ ਤੇ ਬਹਿ ਕੇ ਇਹ ਜਿਹੜਾ ਉਹ ਮਿਸਟਰ ਬੰਬਾਸਟਿਕ ਸੀ, ਔਰ ਉਸ ਤੋਂ ਬਾਅਦ ਇਹ ਸਾਰੇ ਬੰਦੇ ਉੱਥੇ ਬੈਠੇ ਸਨ, ਬੱਟ ਵੀ ਬੈਠਾ ਸੀ ਨਬੀ ਕਰੀਮ ਸੱਲਮ ਦੇ ਬਾਰੇ ਦੇ ਵਿੱਚ, ਇੰਨੇ ਕੁ ਮਾਜ਼ਰਲਾ ਸੁਮਾ ਮਾਜ਼ਰਲਾ, ਮੇਰਾ ਦਿਲ ਨਹੀਂ ਕਰਦਾ ਇੱਥੇ ਅਲਫਾਜ਼ ਇਸਤੇਮਾਲ ਕਰਨ ਤੇ, ਕਿ ਜਿੰਨੀ ਕੁ ਬਕਵਾਸ ਆ ਤੇ ਕਰਦੇ ਸਨ ਪਏ, ਕਿ ਉਹ ਕਹਾਣੀਆਂ ਸਨ, ਉਹ ਜੀ ਪਹਿਲਾਂ ਗਰੋਹ ਬਣ ਗਏ ਸਨ, ਉਹ ਮਦੀਨਾ 'ਚ ਆ ਕੇ ਪਹਿਲਾਂ ਤੋਂ ਆਬਾਦ, ਯਾਨੀ ਇੰਨੇ ਕੁ ਗਲਤ ਅਲਫਾਜ਼ ਸਨ ਇਹਨਾਂ ਦੇ। ਔਰ ਕੋਈ ਬੰਦਾ ਇਹਨਾਂ ਦਾ ਐਸਾ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਆਮਰ ਬਾਈ, ਇਹਨਾਂ ਦਾ ਕੋਈ ਬੰਦਾ, ਸਿਰਫ ਇਹਨਾਂ ਨੇ ਨਕਾਬ ਪਾਇਆ, ਆਹਿਸਤਾ ਆਹਿਸਤਾ ਇਹਨਾਂ ਦੇ ਨਕਾਬ ਉਤਰਦੇ ਨੇ ਪਏ। ਨਾਸਰ ਸਭ ਤੋਂ ਵੱਡਾ ਗੁਸਤਾਖ ਹੈ, ਬੰਬਾਸਕ ਉਸ ਤੋਂ ਵੱਡਾ, ਜੱਟ ਉਸ ਤੋਂ ਵੱਡਾ, ਉਸ ਤੋਂ ਬਾਅਦ ਮਲਕ ਅਵਾਲੀ ਭਾਈ, ਨਕਾਬ ਵੀ ਹੁੰਦੇ ਪਏ ਨੇ, ਇਹਦੇ ਉਲਟੀ ਵੀ ਕਰਦੇ ਪਏ ਨੇ, ਜੋ ਕੁਝ ਅੰਦਰ ਆਇਆ ਨਾ ਬਾਹਰ ਕੱਢਦੇ ਪਏ ਨੇ, ਉਲਟੀ ਬਹੁਤ ਹੀ ਕਰਦੇ ਪਏ ਨੇ, ਐਸਾ ਐਸਾ ਨਿਕਲਦਾ ਪਿਆ। ਦੇਖੋ ਹਜ਼ੂਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਜ਼ਾਤ ਦੇ ਉੱਤੇ ਭੌਂਕਣ ਵਾਲਾ ਬੰਦਾ ਹੋ ਹੀ ਨਹੀਂ ਸਕਦਾ ਛੁਪਿਆ ਰਿਹਾ, ਜੇ ਜਿਹਦੇ ਦਿਲ ਦੇ ਅੰਦਰ ਬੁਗਜ਼ ਹੈ ਉਹ ਸਾਹਮਣੇ ਆਏਗਾ, ਅੱਲਾਹ ਤਾਲਾ ਸਭ ਨੇ ਲੈ ਕੇ ਆਉਂਦਾ ਉਹਨਾਂ ਨੂੰ। ਬੁਗਜ਼ ਹੈ,
ਔਰ ਬੁਗਜ਼ ਹੈ ਔਰ ਮੈਂ ਖੁੱਲ੍ਹ ਕੇ ਤੁਸੀਂ ਸਾਰੇ ਜਿੰਨੇ ਵੀ ਸੀਨੀਅਰ ਹੋ ਸਾਰਿਆਂ ਨੂੰ ਪਤਾ ਹੈ ਇਹ ਮਿਰਜ਼ਾ ਕਾਦਿਆਨੀ ਨੂੰ ਆਖਰੀ ਨਬੀ ਸਮਝਦੇ ਨੇ। ਬਈ ਉਹ ਨਬੀ ਤੋਂ ਵੀ ਉੱਤੇ ਪਤਾ ਨਹੀਂ ਕੀ ਸਮਝਦੇ ਨੇ ਉਹਨੂੰ, ਉਸ ਕਾਲੇ ਦਜਾਲ ਨੂੰ। ਦੇਖੋ ਅਲੀ ਬਾਈ ਔਰ ਅਮਰ ਨਜ਼ੀਰ ਬਾਈ ਔਰ ਪੀਰ ਅਸਕਾਨੀ, ਨਾਦਰ ਦੀ ਬਰਾੜ, ਮਨਸੂਰੇ ਦੀ ਬਰਾੜ, ਪਾਕ ਪਾਕ ਦੀ ਬਰਾੜ, ਉੱਥੇ ਜ਼ੂਰੇ ਪਾਕ ਦੀ ਗੁਸਤਾਖੀ, ਉਹ ਗੱਲ ਗੱਲ 'ਤੇ ਕਰਦੇ ਨੇ, ਗੱਲ ਗੱਲ 'ਤੇ ਜਾ ਕੇ ਜ਼ਰਾ ਵੇਖਣਾ ਤਾਂ ਸਹੀ ਤੁਸੀਂ। ਗੁਸਤਾਖੀ ਤੋਂ ਬਗੈਰ ਇਹਨਾਂ ਦਾ ਕੋਈ ਹੈ ਹੀ ਨਹੀਂ ਕੰਮ, ਕੋਈ ਚੀਜ਼ ਅੱਗੇ ਵੱਧ ਹੀ ਨਹੀਂ ਸਕਦੇ। ਮਿਰਜ਼ਾ 'ਤੇ ਉਂਝ ਹੀ ਜਿਹੜਾ ਲਾਈਨ ਬਣ ਗਿਆ ਉਹਨੂੰ ਤਾਂ ਹਰ ਪਾਸੇ ਲਾਹਨਤਾਂ ਪੈਂਦੀਆਂ ਨੇ, ਉਹਦੀਆਂ ਲਾਹਨਤਾਂ ਨੂੰ ਡੱਕਣ ਵਾਸਤੇ ਇਹਨਾਂ ਨੇ ਇੱਕ ਨਵਾਂ ਵਤੀਰਾ ਫੜਿਆ ਨਬੀ ਕਰੀਮ ਸੱਲਮ। ਦੇਖੋ ਅਗਲੇ ਦਿਨ ਵੀ ਇੱਕ ਗੱਲ ਇੱਕ ਜਗ੍ਹਾ 'ਤੇ ਹੁੰਦੀ ਸੀ ਬਈ, ਅਤੇ ਕਹਿੰਦੇ ਸਨ ਜੀ ਨਬੀ ਕਰੀਮ ਸੱਲਮ ਦੀ ਜ਼ਾਤ 'ਤੇ ਗੱਲ। ਬਈ ਤੁਹਾਡਾ ਨਬੀ ਕਰੀਮ ਸੱਲਮ ਦੀ ਜ਼ਾਤ ਨਾਲ ਕੀ ਤਾਲਕ ਹੈ? ਤੁਸੀਂ ਉਸ ਬੰਦੇ ਦੀ ਗੱਲ ਕਰੋ ਜਿਹਨੂੰ ਤੁਸੀਂ ਨਬੀ ਮੰਨਦੇ ਹੋ। ਨਬੀ ਕਰੀਮ ਸੱਲਮ ਨਾਲ ਅਤੇ ਸਾਡੇ ਨਾਲ ਤਾਲਕ ਹੈ, ਅਸੀਂ ਹਜ਼ੂਰ ਪਾਕ ਸੱਲਮ ਦੀ ਅਹਾਦੀਸ ਬਿਆਨ ਕਰੀਏ, ਅਸੀਂ ਉਹਨਾਂ ਦੀ ਸ਼ਾਨ ਬਿਆਨ ਕਰੀਏ, ਕੁਰਾਨ ਬਿਆਨ ਕਰਦਾ, ਤੁਹਾਡਾ ਕੀ ਤਾਲਕ ਨਬੀ ਕਰੀਮ ਸੱਲਮ ਨਾਲ? ਤੁਸੀਂ ਉਸ ਲਾਹਨਤੀ ਖਿੰਜ਼ੀਰ ਨੂੰ ਜਿਹੜਾ ਨਾ ਉਹਨੂੰ ਸਾਹਮਣੇ ਰੱਖੋ, ਉਹਦਾ ਕਿਰਦਾਰ ਸਾਹਮਣੇ ਕਰੋ, ਦੱਸੋ ਕਿ ਬਈ ਉਹ ਬੰਦਾ ਜਿਹੜਾ ਕਿੰਨਾ ਕੁ ਤੁਹਾਡਾ ਪਾਏਦਾਰ ਸੀ। ਆਮਿਰ ਬਈ ਇਹ ਦੇਖੋ ਜਿਸਦੇ ਇਹਨਾਂ ਨੇ ਕੋਈ ਗੱਲ ਕਰਨੀ ਹੁੰਦੀ ਇੱਥੇ ਕੀ ਕਹਿੰਦੇ ਨੇ, ਉਹ ਫਲਾਣਾ ਇਹ ਕਹਿ ਰਿਹਾ ਸੀ, ਉਹ ਅਹਿਲੇ ਤਸ਼ੀ ਇਹ ਕਹਿ ਫਲਾਣਾ ਫਲਾਣੇ ਦਾ ਪੁੱਤਰ ਹੈ, ਮੈਨੂੰ ਗਾਲਾਂ ਕੱਢਣ ਲੱਗ ਪਏ। ਉਹ ਮੈਂ ਕਿਹਾ ਬਾਈ ਮੈਂ ਤਾਂ ਨਹੀਂ ਕਹਿ ਰਿਹਾ, ਤੁਸੀਂ ਜੇ ਆਪ ਖੁਦ ਕਹਿੰਦੇ ਹੋ ਕਿ ਬਾਈ ਅਸੀਂ ਤਾਂ ਨਹੀਂ ਕਹਿੰਦੇ ਫਲਾਣਾ ਕਹਿ ਰਿਹਾ, ਅਤੇ ਮੈਂ ਤਾਂ ਨਹੀਂ ਕਹਿ ਰਿਹਾ, ਅਤੇ ਮੈਂ ਨਾ ਕੋਈ ਕਹਿੰਦੇ ਨੇ ਕਦੇ ਤੂੰ ਇੰਝ ਕਹਿ ਰਿਹਾ ਤਾਂ ਮਤਲਬ ਤੂੰ ਹੀ ਕਹਿ ਰਹੇ। ਆਪਣੀ ਵਾਰੀ ਆਈ, ਕਿੰਨਾ ਸੇਕ ਲੱਗਿਆ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਕਹਿੰਦਾ ਕਾਦੀਆਨੀਆ ਤਸਵਫ ਦਾ ਆਰਾਮੀ ਬੱਚਾ ਤੇ ਔਲਾਦ ਦੀ ਮਾਂ ਹੈ। ਗਲਾਜ਼ਤ ਨਿਰੀ, ਗਲਾਜ਼ਤ ਨਿਰੀ, ਇਹਨਾਂ ਦਾ ਜਮਾਤ ਵਿੱਚ ਗਲਾਜ਼ਤ, ਇਹਨਾਂ ਦੇ ਖਾਨਦਾਨ ਜਿਹੜੇ ਨੇ ਗਲਾਜ਼ਤ ਨਾਲ ਭਰੇ। ਕੱਲ੍ਹ ਇੱਕ ਬੰਦਾ ਕੱਲ੍ਹ ਇਹ ਕਹਿ ਰਿਹਾ ਸੀ, ਨਸਰ ਬਾਟੀ ਸੀ ਬੈਠਾ ਪਿਆ, ਬਕਵਾਸ ਕਰਦਾ ਸੀ, ਕੁੱਤੀ ਦਾ ਪੁੱਤਰ ਕਹਿ ਰਿਹਾ ਸੀ ਜੀ ਮੁਸਲਮਾਨ ਜਿਹੜੇ ਨੇ ਇਹ ਆਪਣੀਆਂ, ਇਹਨਾਂ ਨੇ ਹਾਂ ਇਹ ਸਟੇਰੀਅਲ ਵੀ ਅਤੇ ਇੱਕ ਦੋ ਬੰਦੇ ਹੋਰ ਇਹਨਾਂ ਕਿ ਮੁਸਲਮਾਨ ਜਿਹੜੇ ਨੇ ਇਹ ਆਪਣੀਆਂ ਧੀਆਂ ਦੇ ਕੇ ਅਤੇ ਮਾਲ ਪੈਸਾ ਦੇ ਕੇ ਅਤੇ ਜਾਇਦਾਦ ਲਾਲਚਾਂ ਦੇ ਕੇ ਲੋਕਾਂ ਨੂੰ ਇਸਲਾਮ ਉਹ ਬਗੈਰ ਤੋਂ, ਇਹ ਤਾਂ ਤੁਹਾਡੇ ਕੰਮ ਨੇ। ਕਿਹੜਾ ਐਸਾ ਮੈਨੂੰ ਕੋਈ ਮਿਸਾਲ ਦੱਸੋ ਕਿ ਜਿੱਥੇ ਮੁਸਲਮਾਨਾਂ ਨੇ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਤਰੀਕਾ ਅਪਣਾਇਆ ਹੋਵੇ? ਤੁਸੀਂ ਉਹ ਬਗੈਰ ਤੋਂ ਨਾ ਤੁਸੀਂ ਆਪਣੀਆਂ ਧੀਆਂ ਛੱਡੋ, ਤੁਹਾਡੇ ਤੇ ਮਿਰਜ਼ਾ ਜਿਹੜਾ ਦੂਸਰਾ ਮਿਰਜ਼ਾ ਸੀ ਉਹ ਜਿਵੇਂ ਅੱਗੇ ਗੱਲ ਕੀਤੀ ਉਹਨੇ ਤਾਂ ਤੁਹਾਡੇ ਸਾਰੇ, ਤੁਸੀਂ ਹੈ ਹੀ ਉਹਦੇ ਨੁਤਫੇ 'ਚੋਂ, ਉਹ ਵੀ ਹਰਾਮ ਦਾ ਜੰਮਿਆ ਸੀ ਅੱਗੂ, ਤੁਸੀਂ ਵੀ ਹਰਾਮ ਦੇ ਸਾਰੇ ਜੰਮੇ, ਔਰ ਤੁਸੀਂ ਆਪਣੇ ਮਜ਼ਹਬ ਵਾਸਤੇ ਜਿਹੜਾ ਤੁਹਾਡਾ ਕਲਚਰ ਹੈ ਜਿਹੜਾ ਤੁਸੀਂ ਲੈ ਕੇ ਲੱਗੇ ਫਿਰਦੇ ਹੋ ਉਹਦੇ ਵਾਸਤੇ ਤੁਸੀਂ ਕਦੀ ਧੀਆਂ ਪੇਸ਼ ਕਰਦੇ ਹੋ? ਜ਼ਿੰਦਾ ਮਿਸਾਲਾਂ ਮੌਜੂਦ ਨੇ, ਇੱਥੇ ਬੈਲਜੀਅਮ ਦੀਆਂ ਦੋ ਲੜਕੀਆਂ ਹਾਲੇ ਵੀ ਉਹ ਲਾਈਵ ਦੇ ਉੱਤੇ ਇੱਥੇ ਆਈਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਦੋਵਾਂ ਦੇ ਨਾਲ ਉਹ ਹੈ ਵੀ ਮਖਬੂਤੁਲ ਆਵਾਸ ਨੇ, ਹੈ ਵੀ ਉਹ ਯਾਨੀ ਜ਼ਿਹਨੀ ਕਮਜ਼ੋਰ ਨੇ, ਉਹਨਾਂ ਦਾ ਮੁਸਲਮਾਨ ਮੁੰਡਿਆਂ ਦੇ ਨਾਲ ਵਿਆਹ ਕਰਾ ਕੇ ਅਤੇ ਇਹਨਾਂ ਨੇ ਉਹਨਾਂ ਨੂੰ ਕਾਦਿਆਨੀ ਕੀਤਾ, ਪੈਸਾ ਦੇ ਕੇ ਤੁਸੀਂ ਕਾਦਿਆਨੀ ਕਰਦੇ ਹੋ ਪੇ, ਤੁਸੀਂ ਧੀਆਂ ਆਪਣੀਆਂ ਪੇਸ਼ ਕਰਦੇ ਹੋ, ਮਾਵਾਂ ਆਪਣੀਆਂ ਪੇਸ਼ ਕਰਦੇ ਹੋ, ਭੈਣਾਂ ਪੇਸ਼ ਕਰਦੇ ਹੋ, ਅਤੇ ਆ ਕੇ ਮੁਸਲਮਾਨਾਂ ਨੂੰ ਗੱਲ ਕਰਦੇ ਹੋ ਬਗੈਰ ਤੋਂ ਹਰਾਮੀ ਤੋਂ, ਤੁਸੀਂ ਆਪਣੇ ਮਾਂ ਪਿਓ ਨੂੰ ਪੁੱਛੋ ਜਾ ਕੇ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਜੰਮੇ ਕਿਹਦੇ ਵਿੱਚ ਹੋ। ਅੱਛਾ ਇਹ ਪੀਰ ਅਸਕਾਨੀ ਸਾਹਿਬ ਕੇ ਉਸ ਆਜ ਮੈਨੇ ਪਹਿਲੀ ਦਫਾ ਇਤਨੇ ਉਸ ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਆਮਿਰ ਭਾਈ, ਅਗਰ ਇਹ ਲੋਗਨ ਨੂੰ ਦੱਸਣਾ ਵੀ ਅਗਰ ਉਹ ਕਿਤਾਬ ਦੇ ਵਿੱਚ ਕੋਈ ਐਸੀ ਕਾਈ ਗੱਲ ਮਿਸਾਲ ਦੇ ਤੌਰ ਤੇ ਲਿਖੀ ਹੋਈ ਹੈ ਤਾਂ ਉਹ ਮੁਸਲਮਾਨਾਂ ਦੇ ਵਿੱਚ ਨਹੀਂ ਜਾਣਦੇ ਨਹੀਂ ਗੱਡੀ ਕਿ ਆਉਣ ਵਾਲੇ ਵਕਤ ਦੇ ਵਿੱਚ ਅੱਜ ਤੋਂ 400-500 ਸਾਲ ਜਾਂ 100 ਸਾਲ ਬਾਅਦ ਦੇ ਵਿੱਚ ਲੋਕ ਅੱਖੇ ਸਨ ਵੇਖ ਲਓ ਤੁਹਾਡੀਆਂ ਹਦੀਸਾਂ ਝੂਠੀਆਂ, ਉਹ ਅਗਰ ਕੋਈ ਲਿਖੀ ਹੋਈਆਂ ਤਾਂ ਉਹਨਾਂ ਦੀ ਮਿਸਾਲ ਦੇ ਤੌਰ ਤੇ ਇਸ ਨੂੰ ਲਿਖੀ ਹੋਈ ਹਨ ਵੀ ਕੱਲ ਨੂੰ ਕੋਈ ਮੁਸਲਮਾਨਾਂ ਨੂੰ ਇਹ ਨਾ ਆਖੇ ਕਿ ਵਿੱਚੋਂ ਤੁਹਾਡੀਆਂ ਤਾਂ ਉਹ ਇਹ ਕਿਤਾਬਾਂ ਚੋਂ ਨਿਕਲੀ ਹੋਈਆਂ ਤੇ ਉਹ ਇਸ ਵਜ੍ਹਾ ਤੋਂ ਉਹ ਕਿਤਾਬਾਂ ਦੇ ਵਿੱਚ ਅਗਰ ਕੋਈ ਗੱਲ ਲਿਖੀ ਹੋਈ ਵੀ ਹੈ ਤਾਂ ਐਨੀ ਮਨ ਅਗਰ ਕੋਈ ਲਿਖੀ ਹੋਈ ਹੈ ਤਾਂ
ਤੇ ਦੂਸਰੀ ਗੱਲ ਇਹ ਵੇ ਜਿਹੜੇ ਹੁਣ ਗੱਲ ਕਰ ਰਿਹਾ ਹੈ ਨਾ ਬਈ ਇਹ ਆਪਣੇ ਰਿਸ਼ਤੇ ਦੇਂਦੇ ਨੇ, ਮੈਂ ਇਹ ਤਕਦੀਰ ਤੇ ਮੈਂ ਤਾਂ ਪਿਆ ਕਲਮਾ ਭਰ ਕੇ ਆਦਾ ਪਿਆ ਬਈ ਖੁਦ ਮੇਰੇ ਭਾਈ ਨੂੰ ਇੱਕ ਮਿਰਜ਼ਈ ਆਖਿਆ ਏ ਬਈ ਤੁਸੀਂ ਮਿਰਜ਼ਈ ਹੋ ਵਜੋ, ਤੂੰ ਟੁਰ ਮੇਰੇ ਨਾਲ ਰਵੇ, ਜਿਹੜੀ ਲੜਕੀ ਤੈਨੂੰ ਪਸੰਦ ਆਈ ਜਿਹੜੀ ਲੜਕੀ ਉਹ ਜਿਹੜਾ ਨੇ ਮੈਂ ਤੈਨੂੰ ਲੈ ਕੇ ਦੇਸਾਂ। ਬਿਲਕੁਲ ਸਹੀ ਹੈ, ਬਿਲਕੁਲ ਇਹਨਾਂ ਦਾ ਕਿਰਦਾਰ ਹੀ ਇਹ ਵੇ, ਇਹ ਤੇ ਕੰਜਰਾਂ ਦੀ ਜਮਾਤ ਹੈ, ਕੰਜਰਾਂ ਦੀ, ਇਹ ਕੋਈ ਲੋਕ ਇਨਸਾਨ ਥੋੜੇ ਨੇ। ਇਨਸਾਨ ਦੇ ਅੰਦਰ ਕੋਈ ਗੈਰਤ ਹੁੰਦੀ ਹੈ, ਕੋਈ ਹਯਾ ਹੁੰਦੀ ਹੈ, ਕੋਈ ਸ਼ਰਮ ਹੁੰਦੀ ਹੈ, ਇਹਨਾਂ ਚ ਕੋਈ ਚੀਜ਼ ਨਹੀਂ ਹੈ। ਇਹਨਾਂ ਨੂੰ ਮਾਂ ਭੈਣ ਦੀ ਤਮੀਜ਼ ਹੀ ਖਤਮ ਹੋ ਗਈ ਹੈ, ਉਹ ਹੀ ਉਹ ਧੀ ਨੂੰ ਜੁੜਿਆ, ਉਹ ਹੀ ਮਾਂ ਨੂੰ ਜੁੜਿਆ, ਉਹ ਹੀ ਉਹਦੀ ਭਣੀਵੀ ਨੂੰ ਜੁੜਿਆ, ਉਹ ਹੀ ਸਮਝ ਨੀ ਲੱਗਦੀ ਹੈ ਇਹਨਾਂ ਦੇ। ਅਮਰ ਬਾਈ ਮੁਰੱਬੀ ਲਾਇਕ ਵਾਲੀ ਵੀਡੀਓ ਹੈ ਤੁਹਾਡੇ ਕੋਲ? ਬੇਗੈਰਤ ਤੁਸੀਂ ਉਹ ਪੀਰ ਸਰਕਾਰ ਕਾਦਿਆਨੀ ਜਿੰਨੇ ਵੀ ਨੇ ਸਾਰੇ ਬੇਗੈਰਤ ਨੇ। ਅਮਰ ਬਾਈ ਮੈਂ ਗੱਲ ਦੱਸੋ, ਨਸਲੀ ਹਰਾਮੀ ਨੇ ਕੁਝ ਲੋਕ, ਉਹਨਾਂ ਦੇ ਆਦਤਾਂ ਹਰਾਮੀ ਹੁੰਦੇ ਨੇ, ਕੁਝ ਨਸਲੀ ਹਰਾਮੀ ਨੇ। ਤੁਸੀਂ ਉਹ ਨਸਲੀ ਹਰਾਮੀ, ਤੁਹਾਡੀ ਨਸਲ ਜਿਹੜੀ ਹੈ ਨਾ ਉਹ ਹਰਾਮਦਿਆਂ ਦੀ ਚੱਲੀ ਆ ਰਹੀ ਹੈ। ਕਿਉਂ ਨਹੀਂ ਅਲੀ ਭਾਈ, ਦੋ ਕਿਸਮ ਦੇ ਬੇਗੈਰਤ ਦੋ ਕਿਸਮ ਦੇ ਹੁੰਦੇ ਨੇ। ਨਬੀ ਸੱਲਮ ਦੀ ਗੁਸਤਾਖੀ ਨਹੀਂ ਕਰ ਸਕਦਾ ਕੋਈ ਵੀ ਹਲਾਲੀ ਬੰਦਾ, ਜਿਹਦੇ ਅੰਦਰ ਹਲਾਲ ਦਾ ਖੂਨ ਹੈ ਨਾ, ਉਹ ਨਬੀ ਕਰੀਮ ਸੱਲਮ ਦੀ ਜ਼ਾਤ ਦੇ ਉੱਤੇ ਨਾ ਉਂਗਲੀ ਉਠਾ ਸਕਦਾ, ਨਾ ਸੋਚ ਹੀ ਸਕਦਾ ਆਪ ਸੱਲਮ ਦੀ ਸ਼ਾਨ ਗੁਸਤਾਖੀ ਕਰਨ ਦੇ ਬਾਰੇ ਚ। ਔਰ ਜਿਹਨੇ ਬੰਦੇ ਨੇ ਗੁਸਤਾਖੀ ਕਰਨੀ ਹੈ ਉਹ ਕੁਰਾਨ ਦੀ ਨਸ ਤੋਂ ਸਾਬਤ ਹੈ ਕੋਈ ਬੰਦਾ ਹਰਾਮੀ ਹੈ। ਉਹਦਾ ਪਿਓ ਉਹ ਨਹੀਂ ਜਿਹਦੇ ਨਾਲ ਉਹਦੀ ਮਾਂ ਦਾ ਨਿਕਾਹ ਹੋਇਆ, ਉਹਦਾ ਪਿਓ ਕੋਈ ਹੋਰ ਹੈ। ਅਮਰ ਭਾਈ ਇਹ ਜਿਹੜਾ ਅਨਸਰ ਰਜ਼ਾ ਹੈ ਇਹਨਾਂ ਦਾ ਮਰੱਬੀ ਹੈ ਜਾਂ ਨਹੀਂ ਹੈ? ਬਿਲਕੁਲ ਮਰੱਬੀ ਹੈ। ਅਮਰ ਭਾਈ ਮਰੱਬੀ ਹੈ ਜਾਂ ਨਹੀਂ ਹੈ? ਹਾਂਜੀ ਹਾਂਜੀ, ਮੋਸਟ ਫਿਰ ਮਰੱਬੀ, ਅਨਸਰ ਰਜ਼ਾ ਮਰੱਬੀ ਹੈ ਇਹਨਾਂ ਦਾ। ਹੁਣ ਮੇਰੀ ਗੱਲ ਸੁਣੋ, ਅੱਜ ਮੈਂ ਉਹਦੀ ਇੱਕ ਵੀਡੀਓ ਦੀ ਰਿਕਾਰਡਿੰਗ ਚਲਾਈ ਹੈ, ਠੀਕ ਹੈ, ਜਿਹਦੇ 'ਚ ਜਿਹੜਾ ਹੈ ਨਾ ਉਹ ਜਿਹੜਾ ਅੰਬੀਆ ਕੋਲੋਂ ਇਹ ਲਿੱਤਾ ਗਿਆ ਸੀ ਉਹਦੇ 'ਤੇ ਉਹਦੀ ਐਕਸਪਲੇਨੇਸ਼ਨ ਕਰ ਰਿਹਾ ਸੀ ਕਿ ਇਹ ਜਿਹੜਾ ਮਤਲਬ ਸਾਰੇ ਕਿਤਾਬਾਂ ਦੀ ਅਤੇ ਉਹਦੀ ਤਸਦੀਕ ਕਰੇਗਾ ਉਹ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਹੈ ਇਹਦੇ। ਹਾਂਜੀ ਹਾਂਜੀ, ਉਹ ਮਿਸਾਕੁਨ ਨਬੀਏ ਨਾਲੀ ਆਇਤ ਮਿਰਜ਼ੇ 'ਤੇ ਲਾਉਂਦਾ। ਮਿਸਾਕੁਨ ਨਬੀ, ਮੈਂ ਇਹਨਾਂ ਕੋਲੋਂ ਪੁੱਛਿਆ ਝੂਆਂ ਦੇ ਚਾਰ ਨੱਸ ਗਏ ਉੱਥੋਂ, ਠੀਕ ਹੈ, ਫਿਰ ਤਾਂ ਇਹ ਰਮਜੋਤ ਆਇਆ ਉਹ ਜੀ ਉਹ ਕਹਿੰਦਾ ਉਹ ਇੱਦਾਂ ਇੰਨਾ ਉਹ ਨਹੀਂ ਹੈ ਆਮ ਆਦਮੀਆਂ ਨਾਲੋਂ ਸਾਡੇ ਜਿਹੜਾ ਹੈ ਅਤੇ ਜਮਾਤ ਤੇਜ ਅਤੇ ਇਹਦੀ ਗੱਲ ਕੋਈ ਇੰਨੀ ਉਹ ਨਹੀਂ ਰੱਖਦੀ। ਅਤੇ ਮੈਂ ਕਿਹਾ ਤੂੰ ਉੱਤੇ ਆ ਕੇ ਦੱਸ ਕੇ ਤੇਰਾ ਕਿਦਾ ਖੇਵੇ। ਆਮ ਨਹੀਂ, ਜਿਹੜੇ ਪੱਕੇ ਮਿਰਜ਼ਾਈ ਨੇ ਨਾ ਉਹ ਸਾਰੇ ਮਿਸਾਕੁਨ ਨਬੀਜੀ ਨਾਲੀ ਆਇਤ, ਉਹ ਚੀਮਾ ਵੀ, ਔਰ ਅਨਸਰ ਰਜ਼ਾ ਵੀ ਹੈ, ਜਿਹੜੇ ਵੱਡੇ ਵੱਡੇ ਸਹੀ ਮਿਰਜ਼ਾਈ ਨੇ ਉਹਨੂੰ ਤੁਸੀਂ ਰਜ਼ੀ ਨੂੰ ਪੁੱਛ ਕੇ ਬੋਲੋ, ਉਹ ਮਿਰਜ਼ੇ 'ਤੇ ਲਾਣਗੇ, ਉਹ ਆਇਤ ਆਖਣਗੇ ਮਿਰਜ਼ੇ ਦੇ ਬਾਰੇ। ਕਹਿੰਦੇ ਕੀ ਨੇ, ਕਹਿੰਦੇ ਕੀ ਨੇ, ਉਹ ਅਨਸਰ ਸਾਹਿਬ ਪਹਿਲੇ ਮੁਸਲਮਾਨ ਸੀ ਅਤੇ ਫਿਰ ਉਹ ਵੈਬੰਦੀ ਹੋ ਗਿਆ ਅਤੇ ਇਹ ਹੋ ਗਿਆ ਅਤੇ ਫਲਾਣ ਹੋ ਗਿਆ। ਮੈਂ ਕਿਹਾ ਮਰੱਬੀ ਹੈ ਤੁਹਾਡਾ, ਦੱਸੋ ਇਹ ਸੱਚ ਕਹਿ ਰਹੇ? ਨਹੀਂ, ਮੁਸਲਮਾਨ ਨਹੀਂ ਸਨ, ਮੁਸਲਮਾਨ ਨਹੀਂ ਸਨ ਉਹ। ਇੱਕ ਸ਼ੇਖ ਸਾਹਿਬ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਹੋਈ ਸੀ ਡਕੈਤੀ, ਅਤੇ ਉਹਨਾਂ ਦੇ ਨਾ ਡਾਕੂ ਆਏ ਸਨ ਰਾਤ ਨੂੰ, ਅਤੇ ਉਹਨਾਂ ਨੇ ਨਾ ਸਿਰਫ ਉਹਨਾਂ ਦਾ ਮਾਲ ਲੁੱਟ ਲਿਆ ਸੀ ਬਲਕਿ ਕੁਝ ਖਵਾਤੀਨ ਨਾਲ ਜ਼ਿਆਦਤੀ ਵੀ ਕੀਤੀ ਸੀ। ਅੱਛਾ, ਇਹ ਉਹਨਾਂ ਦੇ ਬੋਲਾ ਅਤੇ ਉੱਥੋਂ ਫਿਰ ਬਾਅਦ 'ਚ ਪੈਦਾ ਹੋਇਆ ਨਾ, ਅਤੇ ਫਿਰ ਉਹ ਨਬੀ ਪਾਕ 'ਤੇ ਭੌਂਕਣਾ। ਇਹੋ ਜਿਹੇ ਨੇ ਸਭ, ਇਹੋ ਜਿਹੇ ਨੇ ਹਲਾਲ ਜ਼ਿਆਦਾ ਰਹਿਮਤੁਲਿਲ ਆਲਮੀਨ 'ਤੇ ਕਿਸ ਤਰ੍ਹਾਂ ਭੌਂਕ ਸਕਦਾ, ਮੌਸਮ ਇਨਸਾਨੀਅਤ 'ਤੇ ਕਿਸ ਤਰ੍ਹਾਂ ਭੌਂਕ ਸਕਦਾ, ਉਹ ਹਲਾਲ ਦਾ ਹੈ ਹੀ ਨਹੀਂ। ਇਹ ਤਾਂ ਪੱਕੀ ਨਿਸ਼ਾਨੀ ਹਲਾਲ ਦੇ, ਤਾਂ ਰਾਮ ਦੇ 'ਚ ਪਛਾਣ ਕਰਨੀ ਹੋਵੇ ਤਾਂ ਚੈੱਕ ਕਰ ਲਓ, ਜਿਹੜਾ ਨਬੀ ਪਾਕ 'ਤੇ ਭੌਂਕਦਾ ਹੈ ਉਹਦਾ ਨੁਤਫਾ ਹਲਾਲ ਦਾ ਹੋ ਨਹੀਂ ਸਕਦਾ, ਜ਼ਰੂਰ ਉਹਦੇ ਘਾਟੇ ਸੀ ਨਾ। ਇਹਨੂੰ ਸ਼ਰਮ ਨਹੀਂ, ਮੈਂ ਕਹਿੰਦਾ ਕਿ ਕਦੀ ਵੀ ਕੋਈ ਮੁਸਲਮਾਨ
ਜਿਹਦੇ ਦਿਲ ਦੇ ਅੰਦਰ ਹਜ਼ੂਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਮੁਹੱਬਤ ਹੈ, ਟਰੁੱਥ ਫਿਕਰ, ਉਹ ਕਦੀ ਹਜ਼ੂਰ ਦੀ ਸ਼ਾਨ ਗੁਸਤਾਖੀ ਦੇ ਬਾਰੇ 'ਚ ਸੋਚ ਵੀ ਨਹੀਂ ਸਕਦਾ। ਤੁਸੀਂ ਬਗੈਰ ਤੋਂ ਲਈ ਨਹੀਂ, ਤੁਸੀਂ ਤੁਹਾਡਾ ਮਿਰਜ਼ਾ ਕਾਨਾ ਦਜਾਲ ਸੀ, ਲਾਂਤੀ ਸੀ, ਔਰ ਹੁਣ ਤੱਕ ਲਾਂਤਾਂ ਪੈਂਦੀਆਂ ਨੇ, ਔਰ ਤੁਸੀਂ ਪਵਾਉਂਦੇ ਹੋ ਪਏ ਲਾਂਤਾਂ ਉਹਦੇ 'ਤੇ। ਉਹਦਾ ਆਪਣਾ ਜਿਹੜਾ ਕਸੂਰ ਆਇਆ ਸੀ ਉਹ ਆਪਣੀ ਜਗ੍ਹਾ 'ਤੇ, ਲੇਕਿਨ ਤੁਸੀਂ ਅੱਜ ਜ਼ਿਆਦਾ ਉਹਦੇ 'ਤੇ ਲਾਂਤਾਂ ਪਵਾਉਂਦੇ ਹੋ, ਔਰ ਖੁਦ ਆਪਣੇ ਆਪ ਨੂੰ ਤੁਸੀਂ ਜਿਹੜਾ ਨਾ ਲਾਂਤਾਂ ਦੇ ਵਿੱਚ ਡੁੱਬੇ ਹੋਏ ਹੋ ਸਵੇਰ ਤੋਂ ਸ਼ਾਮ ਤੱਕ। ਮੈਂ ਸਮਝਣਾ ਕਿ ਦੁਨੀਆਂ ਦੇ ਅੰਦਰ ਕੋਈ ਐਸੀ ਜਮਾਤ ਨਹੀਂ ਹੈ ਕਿ ਜਿਹਦੇ ਉੱਤੇ ਇੰਨੀਆਂ ਲਾਂਤਾਂ ਪੈਂਦੀਆਂ ਹੋਣ ਜਿੰਨੀਆਂ ਤੁਹਾਡੇ 'ਤੇ ਪੈਂਦੀਆਂ ਨੇ, ਸੁਬਾਹ ਤੋਂ ਸ਼ਾਮ, ਸ਼ਾਮ ਤੋਂ ਰਾਤ, ਰਾਤ ਤੋਂ ਫਿਰ ਸਵੇਰ ਤੱਕ। ਅਤੇ ਤੁਹਾਡੇ ਅੰਦਰ ਬੇਗੈਰਤੀ ਦੀ ਇੰਤਹਾ ਹੈ ਕਿ ਤੁਸੀਂ ਫਿਰ ਮੂੰਹ ਲੈ ਕੇ ਸਾਹਮਣੇ ਬੈਠੇ ਹੁੰਦੇ ਹੋ, ਉਹ ਸ਼ਰਮ ਕਰੋ, ਡੁੱਬ ਕੇ ਮਰ ਜਾਓ। ਤੁਹਾਡੇ ਵਰਗੇ ਲੋਕਾਂ ਨੂੰ ਤੇ ਦੁਨੀਆਂ ਦੇ ਉੱਤੇ ਜੀਣ ਦਾ ਜੀਣਾ ਹੀ ਨਹੀਂ ਚਾਹੀਦਾ, ਤੁਸੀਂ ਤਾਂ ਖੁਦਕੁਸ਼ੀ ਕਰ ਲਵੋ ਯਕੀਨ ਮੰਨੋ ਤੁਹਾਡੇ 'ਚ ਗੈਰਤ ਹੋਵੇ ਤੇ। ਲੇਕਿਨ ਗੈਰਤ ਕਿੱਥੋਂ ਆਈ ਤੁਹਾਡੇ 'ਚ? ਤੁਹਾਡਾ ਗੈਰਤ ਨਾਲ ਕੀ ਤਾਲਕ ਹੈ? ਤੁਸੀਂ ਤੇ ਕੁਰਾਨੇ ਪਾਕ ਦੀ ਉਸ ਆਇਤ ਵਾ ਉਤੀ ਲਿੰਬਾ ਦੇ ਜ਼ਾਲਿਕ ਜ਼ਨੀਮ ਦੇ ਜ਼ੁਮਰੇ ਤੁਸੀਂ ਆਉਂਦੇ ਹੋ, ਵੁਲਦੇ ਜ਼ਨਾ ਉਹ ਜਿਹੜੇ ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਦੀ ਸ਼ਾਨ ਗੁਸਤਾਖੀ ਕਰਦੇ ਹੋ, ਔਰ ਕੋਈ ਬੰਦਾ ਤੁਹਾਡੇ 'ਚ ਐਸਾ ਨਹੀਂ ਹੈ ਜਿਹੜਾ ਗੁਸਤਾਖੀ ਨਾ ਕਰਦਾ ਹੋਵੇ। ਫਟਕਾਰਾਂ ਪਈਆਂ ਨੇ, ਲਾਂਤਾਂ ਪਈਆਂ ਨੇ ਤੁਹਾਡੇ 'ਤੇ, ਔਰ ਯਕੀਨ ਮੰਨੋ ਜਦੋਂ ਇਹਨਾਂ ਦੀ ਜਿੱਥੇ ਵੀ ਇਹ ਬੈਠੇ ਹੋਣਗੇ ਨਾ, ਖੁਦ ਇਹਨਾਂ ਦੇ ਸਾਰੇ ਲਾਂਤੀ ਬੈਠੇ ਹੋਣਗੇ ਹਰਾਮੀ, ਇਹ ਹਜ਼ੂਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਜ਼ਾਤ ਨੂੰ ਇਹ ਲੋਕ ਨਿਸ਼ਾਨਾ ਬਣਾਉਂਦੇ ਨੇ। ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ, ਉੱਥੇ ਬਹਿ ਕੇ ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਬਾਰੇ 'ਚ ਐਸੇ ਅਲਫਾਜ਼ ਇਸਤੇਮਾਲ ਕਰਨਗੇ ਗੁਸਤਾਖਾਨਾ ਕਿ ਜਿਹੜਾ ਅਸੀਂ ਆਮ ਕਿਸੇ ਆਪਣੇ ਵੱਡੇ ਕਿਸੇ ਆਪਣੇ ਯਾਨੀ ਮੁਹਤਰਮ ਸ਼ਖਸੀਅਤ ਦੇ ਬਾਰੇ 'ਚ ਅਸੀਂ ਉਹ ਅਲਫਾਜ਼ ਨਹੀਂ ਅਸੀਂ ਇਸਤੇਮਾਲ ਕਰ ਸਕਦੇ, ਲੇਕਿਨ ਇਹ ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਬਾਰੇ 'ਚ ਗੱਲਾਂ ਕਰਦੇ ਨੇ। ਕਿਉਂ ਕਿ ਇਹਨਾਂ ਦੇ ਅੰਦਰ ਹਲਾਲ ਦੀ ਚੀਜ਼ ਹੀ ਕੋਈ ਨਹੀਂ ਹੈ। ਅੱਲਾਹ ਤਾਲਾ ਨੇ ਇਹਨਾਂ ਦੇ ਉੱਤੇ ਐਸੀ ਲਾਂਤਾਂ ਪਾ ਦਿੱਤੀਆਂ ਨੇ ਕਿ ਇਹ ਕਿਆਮਤ ਤੱਕ ਜਿਹੜਾ ਜਿੰਨੇ ਵੀ ਇਹ ਜਦੋਂ ਤੱਕ ਇਹ ਰਹਿਣਗੇ ਇਹਨਾਂ ਨੇ ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਨਿਸ਼ਾਨੇ, ਕੱਲ ਕਿਆਮਤ ਵਾਲੇ ਦਿਨ ਹਿਸਾਬ ਦਾ ਪਤਾ ਚੱਲੇਗਾ। ਇਹਨਾਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ, ਅੱਜ ਸਿਰਫ ਚੰਦ ਉਹਨਾਂ ਦੀ ਜਿਹੜਾ ਨਾ ਗੋਦ ਵਿੱਚ ਜਾ ਕੇ ਬੈਠੇ ਨੇ, ਉਹਨਾਂ ਈਸਾਈਆਂ ਦੀ, ਉਹਨਾਂ ਯਹੂਦੀਆਂ ਦੀ, ਕਿ ਜਿਨ੍ਹਾਂ ਦੇ ਖਿਲਾਫ ਮੁਸਲਮਾਨ ਜਿਹੜਾ ਨਾ ਮੁਸਲਮਾਨਾਂ ਨੂੰ ਐਲਾਨ ਜੰਗ ਦਾ ਹੁਕਮ ਹੈ, ਇਹ ਉਹਨਾਂ ਦੀਆਂ ਗੋਦਾਂ ਜਾ ਕੇ ਬੈਠੇ ਨੇ, ਉਹਨਾਂ ਕੋਲ ਪੈਸੇ ਲੈ ਲੈ ਕੇ ਖਾ ਕੇ, ਔਰ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਅਸੀਂ ਕਰਨੇ ਕੀ ਹੈ ਪਏ। ਡੁੱਬ ਕੇ ਮਰ ਜਾਓ ਲਾਂਤੀਓ, ਡੁੱਬ ਕੇ ਮਰ ਜਾਓ ਬਗੈਰ ਤੋਂ। ਤੁਹਾਡੇ 'ਚ ਸ਼ਰਮ ਹਜ਼ਾ ਹੋਵੇ ਨਾ ਤੇ ਯਕੀਨ ਮੰਨੋ ਤੁਸੀਂ ਸਵੇਰੇ ਹੀ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਓ। ਟਰੁੱਥ ਸੀਕਰ, ਤੇਰੇ ਵਰਗਾ ਬੇਗੈਰਤ ਇਨਸਾਨ ਦੁਨੀਆਂ 'ਤੇ ਕੋਈ ਨਹੀਂ। ਇਹ ਬੱਟ ਜਿਹੜਾ ਇਹ ਬੜੀ ਦੇਰ ਦਾ ਭੌਂਕਦਾ ਪਿਆ, ਇਹਦੇ ਇਹਨਾਂ ਨੇ ਸਿਰਫ ਲਿਬਾਦਾ ਉੜਿਆ, ਜਿੱਥੇ ਆ ਕੇ ਵੇਖਿਆ ਕੋਈ ਮੁਅੱਜ਼ਜ਼ ਬੰਦੇ ਬੈਠੇ ਨੇ, ਉੱਥੇ ਥੋੜ੍ਹੀ ਦੇਰ ਵਾਸਤੇ ਮੁਅੱਜ਼ਜ਼ ਹੋਣਗੇ, ਜੂੰ ਹੀ ਤੁਸੀਂ ਇਹਨਾਂ ਦੀ ਅਸਲੀਅਤ ਸਾਹਮਣੇ ਰੱਖੋਗੇ, ਇਹਨਾਂ ਦੀ ਅਸਲੀਅਤ ਸਾਹਮਣੇ ਇਹਨਾਂ ਇਹ ਫੌਰਨ ਖੁੱਲ ਜਾਂਦੇ ਨੇ, ਉੱਥੇ ਹੀ ਸਬੋਸ਼ਤਮ ਸ਼ੁਰੂ ਕਰ ਦਿੰਦੇ ਨੇ। ਮੁਸਲਮਾਨ ਕਦੇ ਵੀ ਗੁਸਤਾਖੇ ਰਸੂਲ ਨਹੀਂ ਹੋ ਸਕਦਾ। ਇੱਕ ਮਿੰਟ ਦੇ ਵਿੱਚ ਇਹਨਾਂ ਦੇ ਮਿਰਜ਼ੇ ਦੀ ਲਾਹ ਪਾ ਕੇ ਹੱਥ 'ਚ ਰੱਖੋਗੇ ਤੇ ਯਕੀਨ ਇਹਨਾਂ ਨੇ ਇੱਕ ਸੈਕਿੰਡ ਨਹੀਂ ਲਾਣਾ ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਦੀ ਜ਼ਾਤ 'ਤੇ। ਉਹ ਬਈ ਅਗਲੇ ਦਿਨ ਪਤਾ ਨਹੀਂ ਇੱਥੇ ਕਿਹੜਾ ਬੰਦਾ ਗੱਲ ਕਰਦਾ ਸੀ ਪਿਆ, ਇਹਨਾਂ ਦਾ ਇੱਕ ਉਹ ਜਿਹੜਾ ਉਹ ਪਠਾਨ ਹੈ, ਉਹ ਵਡੇਰਾ ਬਜ਼ੁਰਗ ਲਾਂਨ ਸੀ ਜਿਹੜਾ, ਉਹਦੇ ਨਾਲ ਜਦੋਂ ਗੱਲ ਹੋਈ ਤੇ ਉਹਨੇ ਕਿਹਾ ਜੀ ਮਿਰਜ਼ੇ 'ਤੇ ਨਹੀਂ ਗੱਲ ਕਰਨੀ, ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਤੁਹਾਡੇ 'ਤੇ ਬੇਗੈਰਤੋ ਉਹ ਲਾਂਤੀਓ, ਨਬੀ ਕਰੀਮ ਸੱਲਲਲਾਹੁ ਅਲੈਹਿ ਵਸੱਲਮ ਦੀ ਜ਼ਾਤ 'ਤੇ ਤੁਸੀਂ ਕੀ ਗੱਲ ਕਰਨੀ ਹੈ? ਅਗਲੇ ਦਿਨ ਇੱਕ ਮੁੰਡਾ ਸੀ, ਉਹ ਮਲੇਸ਼ੀਆ 'ਚ ਹੁੰਦਾ ਤੇ ਉਹਨੇ ਆਖਿਆ ਕਿ ਮੈਂ ਅਰਸ਼ਾ ਛੱਡ ਦਿੱਤੀ ਹੈ, ਮੁਲਹਿਦ ਹੋ ਗਿਆ, ਸਿਰਫ ਖੁਦਾ ਦੇ ਬਾਰੇ ਮੈਨੂੰ ਸ਼ੱਕ ਹੈ ਕਿ ਖੁਦਾ ਦੀ ਕੋਈ ਜ਼ਾਤ ਹੈ,
ਬਾਕੀ ਮੈਂ ਕਿਸੇ ਨਬੀ ਨੂੰ ਕਿਸੇ ਰਸੂਲ ਨੂੰ ਨਹੀਂ ਮੰਨਦਾ। ਉਹਨੂੰ ਇਹ ਨਾ ਕੋਈ ਪਹਿਲਾਂ ਤਾਂ ਅੱਧਾ ਘੰਟਾ ਲੈਕਚਰ ਲੁਕਚਰ ਦਿੰਦੇ ਰਹੇ, ਉਹਨੂੰ ਸਮਝਾਉਂਦੇ ਰਹੇ ਵੀ ਰੱਬ ਦੀ ਜ਼ਾਤ ਹੈ ਇਹ, ਰੱਬ ਦੀ ਜ਼ਾਤ ਹੈ ਇਹ। ਫਿਰ ਨਾ ਇਹ ਜਿਸ ਅੱਧਾ ਘੰਟਾ ਗੁਜ਼ਰਿਆ ਤਾਂ ਮਰਜ਼ਾਈਆਂ ਸਮਝਿਆ ਬਈ ਥੋੜ੍ਹਾ ਜਿਹਾ ਨਾ ਚੈੱਕ ਤਾਂ ਕਰੀਏ। ਉਹਨੂੰ ਆਉਂਦੇ ਨੇ ਅਸਲ ਗੱਲ ਇਹ, ਇਹਨਾਂ ਨੂੰ ਪਤਾ ਨਹੀਂ ਸੀ ਉਹ ਕੌਣ। ਕਹਿੰਦੇ ਨੇ ਅਸਲ ਗੱਲ ਇਹ ਕਿ ਤੇਰੇ ਜ਼ਿਹਨ 'ਚੋਂ ਇਹ ਜਿਹੜਾ ਸਾਰਾ ਤਸੱਵਰ ਕੱਢਿਆ ਨਾ ਮਜ਼ਹਬ ਦਾ, ਇਹ ਇਹਨਾਂ ਮੌਲਵੀਆਂ ਨੇ ਕੱਢਿਆ, ਜਿਹੜਾ ਮੌਲਵੀਆਂ ਨੇ ਗੰਦ ਪਾਇਆ ਪਾਕਿਸਤਾਨ ਦੇ ਵਿੱਚ। ਉਹ ਮੁੜਾ ਬੋਲਿਆ, ਉਹਨੇ ਆਖਿਆ ਭਾਈ ਜੀ ਮੈਂ ਮਾਜ਼ਰਤ ਦੇ ਨਾਲ, ਮੈਂ ਪੈਦਾਇਸ਼ੀ ਤੌਰ 'ਤੇ ਅਹਿਮ ਦੀ ਜੇ, ਇਹ ਵੇਖ ਲਿਓ। ਅੱਛਾ ਲਓ ਜੀ, ਇਹਨਾਂ ਨੂੰ ਸਾਰਿਆਂ ਮਰਜ਼ਾਈਆਂ ਨੂੰ ਇੰਜ ਜਿਸ ਤਰ੍ਹਾਂ ਸੱਪ ਸੁੰਘ ਗਿਆ, ਸੱਪ ਸੁੰਘ ਗਿਆ ਹੋਣਾ ਇਹ ਸਾਰੇ ਮਰਜ਼ਾਈ। ਪਹਿਲਾਂ ਤਾਂ ਕੋਈ 5 ਮਿੰਟ ਤਾਂ ਬੋਲਦੇ ਹੀ ਨਹੀਂ ਸੀ, ਉਹਦੇ ਬਾਅਦ ਨਾ ਹੌਲੀ ਹੌਲੀ ਕਰਕੇ ਨਾ ਭੁੜ ਭੁੜ ਕਰਨ ਲੱਗ ਪਏ। ਅਤੇ ਫਿਰ ਉਹਨੂੰ ਇੱਕ ਤਾਂ ਇੰਨਾ ਕੁ ਤੱਪਿਆ ਕਿ ਉਹ ਆ ਕੇ ਨਾ ਉਹਦੇ ਗਲ ਪਿਆ, ਉਹ ਸਪੇਨ ਹੁੰਦਾ ਉਹਦਾ ਨਾਮ ਮੇਰੇ ਜ਼ਿਹਨ 'ਚ ਨਿਕਲ ਗਿਆ। ਉਹਨੇ ਆਖਿਆ ਗੱਲ ਸੁਣ, ਤੂੰ ਆਪਣਾ ਤਾਰਫ ਕਰਾ, ਤੂੰ ਵਾਕਈ ਜਾਂਦੇ, ਤੂੰ ਝੂਠ ਬੋਲਣਾ, ਤੂੰ ਸਾਡੇ ਕੋਲ ਪ੍ਰੋਪਗੈਂਡਾ ਸਾਨੂੰ ਬਦਨਾਮ ਪਿਆ ਕਰਨਾ, ਇੱਥੋਂ ਤੱਕ ਉਹਦੇ ਗਲ ਪਵਣ। ਉਹ ਆਖੇ ਮੈਨੂੰ ਮੇਰੀ ਸ਼ਨਾਖਤ ਲੈ ਲਓ, ਮੈਂ ਰੱਬ ਵੇ ਫਲਾਣੇ ਮੁਹੱਲੇ 'ਚ ਰਿਹਾ, ਫਲਾਣੇ ਦਾ ਮੈਂ ਪੁੱਤਰ ਹਾਂ, ਫਲਾਣੀ ਥਾਂ ਮੈਂ ਮਲੇਸ਼ੀਆ ਆ, ਮੇਰਾ ਤਜਨੀਦੀ ਨੰਬਰ ਸਾਰਾ ਕੋਈ, ਉਹਨੇ ਕਾਰਡ ਤੱਕ ਆਪਣੀ ਫੋਟੋ ਘੱਲੀ, ਉਹ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ, ਮੈਂ ਯੂਟਿਊਬ 'ਤੇ ਅਪਲੋਡ ਕੀਤੀ। ਅੱਛਾ ਇਹ ਹੁਣ ਉਹਨੂੰ ਲੱਗੇ ਯਕੀਨ ਦਵਾਉਣ ਕਿ ਨਬੀ ਸੱਚੇ ਹੁੰਦੇ ਨੇ, ਅਤੇ ਨਬੀਆਂ ਦੇ ਉੱਤੇ ਜਿਹੜੀ ਵਹੀ ਆਉਂਦੀ ਹੈ ਨਾ ਉਹ ਸੱਚੀ ਹੁੰਦੀ ਹੈ, ਨਬੀ ਝੂਠ ਨਹੀਂ ਬੋਲਦੇ। ਅੱਛਾ ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਮਿਰਜ਼ਾ ਪੇਸ਼ ਕਰਨਾ ਚਾਹੀਦਾ ਸੀ ਨਾ ਉਸ ਮੁੰਡੇ ਦੇ ਅੱਗੇ, 26-27 ਸਾਲ ਦਾ, 28 ਸਾਲ ਦਾ ਮੁੰਡਾ ਹੈ ਅਤੇ ਮਰਜ਼ਾਈਆਂ ਦੇ ਘਰ ਜੰਮਿਆ, ਅਤੇ ਉਹ ਮਰਜ਼ਾਈ ਆ, ਤੂੰ ਤੋਬਾ ਪਿਆ ਕਰਦਾ ਹੈ, ਮੁਲਹਿਦ ਪਿਆ ਹੁੰਦਾ ਹੈ, ਅਤੇ ਸਭ ਤੋਂ ਪਹਿਲੇ ਉਹਨਾਂ ਨੂੰ ਮਿਰਜ਼ਾ ਪੇਸ਼ ਕਰਕੇ ਆਖਣਾ ਚਾਹੀਦਾ ਸੀ ਕਿ ਮਿਰਜ਼ੇ ਦੇ ਉੱਤੇ ਜਿਹੜੀ ਨਬੂਤ ਦੀ ਵਹੀ ਆ ਇਲਹਾਮ ਸ਼ਾਹ ਹੁੰਦੇ ਸਨ ਉਹ ਸੱਚੇ ਸਨ, ਝੂਠੇ ਨਹੀਂ ਸਨ। ਇਹ ਲਾਂਤੀ ਜਿਹੜਾ ਤਾਇਰ ਵੈਂਸ, ਇਹ ਉਹਨੂੰ ਆਉਂਦਾ ਮੈਂ ਤੇਰੇ ਅੱਗੇ ਸਭ ਤੋਂ ਪਹਿਲਾਂ ਨਬੀ ਪਾਕ ਦੀ ਜ਼ਾਤ ਪੇਸ਼ ਕਰਨਾ, ਨਬੀ ਪਾਕ 'ਤੇ ਜਿਹੜੀ ਵਹੀ ਨਾਜ਼ਲ ਹੁੰਦੀ ਰਹੀ ਸੀ, ਵੇਖ ਉਹ ਵਹੀ ਸੱਚੀ ਸੀ, ਵੇਖ ਨਬੀ ਪਾਕ, ਮਤਲਬ ਕੀ ਕਿ ਇਹਨੇ ਜਿਹੜਾ ਬਕਵਾਸ ਕਰਨਾ ਉਹ ਨਬੀ ਪਾਕ ਦੇ ਬਾਰੇ ਕਰੇ। ਇਹ ਮਿਰਜ਼ੇ ਨੂੰ ਹਮੇਸ਼ਾ ਪਿੱਛੇ ਰੱਖਣਗੇ, ਛੁਪਾ ਕੇ ਕੱਪੜੇ ਥੱਲੇ ਚਾਦਰ ਥੱਲੇ ਦੇ ਕੇ ਰੱਖਣਗੇ, ਅਤੇ ਨਬੀ ਪਾਕ ਦੀ ਜ਼ਾਤ ਅੱਗੇ ਪੇਸ਼। ਇਹਨਾਂ ਨੂੰ ਕ੍ਰਿਸ਼ਨਾਂ ਦੇ ਸਾਹਮਣੇ ਛੱਡਿਆ, ਅਤੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਨਬੀ ਪਾਕ ਨੂੰ ਕਿਉਂ ਨਹੀਂ ਮੰਨਦੇ? ਉਹਨਾਂ ਆਖਿਆ ਯਾਰ ਨਬੀ ਪਾਕ ਨੂੰ ਮੰਨਣਾ ਹੈ ਤਾਂ ਅਸੀਂ ਮੁਸਲਮਾਨਾਂ ਦੇ ਹੱਥੇ ਕਬੂਲ ਕਰ ਲਾਂਗੇ ਇਸਲਾਮ, ਤੁਸੀਂ ਮਿਰਜ਼ਾ ਪੇਸ਼ ਕਰੋ ਸਾਡੇ ਅੱਗੇ। ਐ ਨਹੀਂ, ਜੇ ਤੁਸੀਂ ਨਬੀ ਪਾਕ ਨੂੰ ਪਹਿਲਾਂ ਮੰਨਣਾ ਨਹੀਂ ਤਾਂ ਫਿਰ ਮਿਰਜ਼ਾ ਪੇਸ਼ ਕਰਨ ਦਾ ਕੀ ਫਾਇਦਾ? ਮਤਲਬ ਕੀ ਵੀ ਜੋ ਆਖਣੇ ਤੂੰ ਨਬੀ ਪਾਕ ਦੇ ਬਾਰੇ ਆ, ਇਹ ਅਸਾਂ ਆਪਣੀਆਂ ਅੱਖਾਂ ਨਾਲੇ ਤਮਾਸ਼ੇ ਇਹਨਾਂ ਦੇ ਧੱਕੇ ਨੇ, ਤਲਤ ਮਲਕ ਨਾਲ ਉਹਦੀ ਗੱਲ ਕਰਾਈ ਸੀ ਐਮੀ ਕੋਲ ਦੀ, ਉਹਦੇ ਬਾਅਦ ਦੂਜੇ ਜਿੰਨੇ ਮਰਜ਼ਾਈ ਨੇ। ਮੇਰਾ ਕਹਿਣ ਦਾ ਮਕਸਦ ਇਹ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਗਾਲਾਂ ਕਢਾਉਣ ਵਾਸਤੇ ਅੱਗੇ ਪੇਸ਼ ਕਰਦੇ ਨੇ, ਅਤੇ ਜਿਸ ਵੇਲੇ ਕਹਿੰਦੇ ਨੇ ਨਾ ਬਈ ਮਾਲ ਖਾਨ ਨੂੰ ਗਿੱਦੜ ਅਤੇ ਛਿੱਤਰ ਖਾਨ ਨੂੰ ਲੂੰਬੜੀ, ਜਿਸ ਵੇਲੇ ਮਾਲ ਖਾਣਾ ਹੁੰਦਾ ਅਤੇ ਉਸੇ ਮਰਦੂਦ ਦਾ ਨਾਂ ਲੈਂਦੇ ਨੇ। ਸਟੇਰੀਅਲ ਪੁੱਤਰ, ਇੱਥੇ ਕੋਈ ਖੁਦੂ ਮੁਸਲਮਾਨ ਬੈਠਿਆ ਹੋਇਆ ਨਾ, ਉਹਨੂੰ ਤਬਾਹ ਦਵਾਈ, ਤੁਸੀਂ ਨਬੀ ਪਾਕ ਵਾਸਤੇ ਕੁਰਬਾਨੀਆਂ ਪੇ ਦਿੰਦੇ ਹੋ, ਤੁਸੀਂ ਉਸ ਦਜਾਲ ਵਾਸਤੇ ਕੁਰਬਾਨੀਆਂ ਪੇ ਦਿੰਦੇ ਹੋ, ਉਸ ਲਾਂਤੀ ਵਾਸਤੇ। ਆਹ ਮੈਂ ਤੁਹਾਨੂੰ ਦੱਸਾਂ, ਮੈਂ ਕਲਮਾ ਪੜ੍ਹ ਕੇ ਨਾ ਲਾ ਇਲਾਹਾ ਇੱਲੱਲਾ ਮੁਹੰਮਦ ਰਸੂਲੱਲਾ, ਮੈਂ ਫਰੈਂਕਫਰਟ ਵਿਆਹ ਖਾ ਕੇ ਆਇਆ ਤੁਹਾਡਾ ਮਰਜ਼ਾਈਆਂ ਦਾ, ਕਿਸੇ ਨੂੰ ਨਹੀਂ ਸੀ ਪਤਾ ਕਿ ਇੱਥੇ ਇੱਕ ਮੁਸਲਮਾਨ ਵਿੱਚ ਬੈਠੇ ਆ, ਕਿਉਂਕਿ ਮੇਰੇ ਰਿਸ਼ਤੇਦਾਰ ਸਨ। ਮੈਂ ਉੱਥੇ ਬਹਿ ਕੇ ਸੁਣ ਕੇ ਆਇਆ, ਕਸਮ ਚੁੱਕ ਕੇ ਆਹਨਾ, ਸਾਰੀ ਤਕਰੀਬ ਦੇ ਦੌਰਾਨ ਨਬੀ ਅਲੈਹਿ ਸਲਾਤੁ ਵਸਲਾਮ ਦਾ ਨਾਂ ਨਹੀਂ ਇਹਨਾਂ ਨੇ ਲਿਆ, ਮੈਂ ਕਸਮ ਚੁੱਕ ਕੇ ਆਹਨਾ, ਸਾਰੀ ਤਕਰੀਬ ਦੇ ਦੌਰਾਨ ਮਿਰਜ਼ੇ ਦਾ ਨਾਂ, ਮੋਹ ਜਿਹੜਾ 2 ਨੰਬਰ ਖਲੀਫਾ ਹੈ ਉਹਦਾ ਨਾਂ, ਇੱਕ ਵਾਰੀ ਨਬੀ ਪਾਕ ਦਾ ਨਾਂ ਇਹਨਾਂ ਦੀ ਜ਼ੁਬਾਨ 'ਤੇ ਮੈਂ ਨਹੀਂ ਸੁਣਿਆ। ਜਿਹਨੇ ਨਿਕਾਹ ਪੜ੍ਹਾਇਆ ਉਹਦੇ ਕੋਲੋਂ, ਜਿਹਨੇ ਖੁਤਬਾ ਸ਼ੁਤਬਾ ਦਿੱਤਾ ਉਹਦੇ ਕੋਲੋਂ, ਜਾਬੋ ਕਬੂਲ ਕਰਾਉਣ ਵਾਲਾ, ਉੱਠ ਕੇ ਤਕਰੀਰ ਕਰਨ ਵਾਲਾ, ਕਿਸੇ ਮਰਜ਼ਾਈ ਮਰਦੂਦ ਨੂੰ ਨਬੀ ਅਲੈਹਿ ਸਲਾਤੁ ਵਸਲਾਮ ਦਾ ਪੂਰੀ ਤਕਰੀਬ ਦੇ ਵਿੱਚ, ਪੂਰੇ ਉਸ ਫੰਕਸ਼ਨ ਦੇ ਵਿੱਚ ਇੱਕ ਵਾਰੀ ਵੀ ਮੈਂ ਨਾਂ ਨਹੀਂ ਲੈਂਦਿਆਂ ਵੇਖਿਆ। ਤੁਸੀਂ ਜਿਸ ਵੇਲੇ ਇਹੋ ਜਿਹੀ ਫੈਸਟੀਵਲ ਹੋਵੇ ਅਤੇ ਉਸ ਦਜਾਲ ਦਾ ਨਾਂ ਲਵੋ, ਅਤੇ ਜਿਸ ਵੇਲੇ ਲੋਕਾਂ ਅੱਗੇ ਪੇਸ਼ ਕਰਨਾ ਹੋਵੇ ਤਾਂ ਨਬੀ ਪਾਕ ਦੀ ਜ਼ਾਤ ਨੂੰ ਪੇਸ਼ ਕਰੋ, ਵੀ ਇਹਨਾਂ ਨੂੰ ਗਾਲਾਂ ਕੱਢੋ। ਤੁਹਾਡੇ ਜਿੱਦਾਂ ਆਸਤੀਨ ਦਾ ਸੱਪ
ਅੱਲਾ ਦੀ ਧਰਤੀ ਦੇ ਉੱਤੇ ਅੱਗੇ ਪੈਦਾ ਹੀ ਨਹੀਂ ਹੋਇਆ। ਮੁਨਾਫਕ ਮੈਂ ਇਹ ਵੀ ਉਹਨਾਂ ਮੁਸਲਮਾਨਾਂ ਭੋਲਿਆਂ ਮੁਸਲਮਾਨਾਂ ਦੇ ਉੱਤੇ ਮੈਨੂੰ ਗੁੱਸਾ ਚੜ੍ਹਦਾ ਜਿਹੜੇ ਇਹਨਾਂ 'ਤੇ ਤਬਾਹ ਕਰ ਲੈਂਦੇ ਨੇ, ਜਿਹੜੇ ਇਹਨਾਂ ਦੀਆਂ ਗੱਲਾਂ ਸੁਣ ਮੈਨੂੰ ਤਾਂ ਮੇਰਾ ਤਾਂ ਖੂਨ ਬਲਦਾ ਜਿਸ ਵੇਲੇ ਮੇਰੇ ਸਾਹਮਣੇ ਨਬੀ ਪਾਕ ਦਾ ਨਾਂ ਲੈਂਦੇ ਨੇ, ਕਹਿੰਦੇ ਨੇ ਅਸੀਂ ਨਬੀ ਪਾਕ ਕੇ ਲੀਏ ਹਮ ਨਬੀ ਪਾਕ ਦੇਖੇ ਇਖਲਾਕ ਕੇ ਨਬੀ ਅਤੇ ਉਸਵਾ ਸਨਾ ਅਤੇ ਨਬੀ ਪਾਕ ਨਬੀ ਸਲਾਤੋ ਇਸਲਾਮ ਦਾ ਜ਼ੁਬਾਨ ਉੱਤੇ ਨਾਂ ਲੈਂਦੇ ਨੇ, ਮੇਰਾ ਖੂਨ ਖੋਲਣ ਸ਼ੁਰੂ ਹੋ ਜਾਂਦਾ। ਬਈ ਤੁਸੀਂ ਕਾਹਦੇ ਲਈ ਨਬੀ ਪਾਕ ਦਾ ਨਾਂ 'ਤੇ ਲੈਂਦੇ ਹੋ? ਤੁਸੀਂ ਉਹ ਦਜਾਲ ਦਾ ਨਾਂ ਲਓ ਜਿਹੜਾ ਤੁਹਾਡੇ ਵਾ ਅਤੇ ਉਸਵਾ ਹਸਨਾ, ਤੁਹਾਡੇ ਵਾ ਅਤੇ ਉਸਵਾ ਹਸਨਾ ਦਜਾਲ ਹੈ, ਉਹ ਮਿਰਜ਼ਾ ਕਾਦਿਆਨੀ, ਉਹਦਾ ਨਾਂ ਲਿਆ ਕਰੋ। ਤੁਸੀਂ ਨਬੀ ਪਾਕ ਦਾ ਨਾਂ ਲੈਂਦੇ ਹੋ, ਮੈਨੂੰ ਤਾਂ ਕਾਹਦੇ ਮੇਰੇ ਬਲਦੇ ਨੇ। ਅਮਰ ਬਾਈ ਇੱਕ ਜਿਹੜੀ ਗੱਲ ਹੈ, ਵੇਖੋ ਨਿਕਾਹ ਵਾਸਤੇ ਨਾ ਚਾਰ ਸ਼ਰਤਾਂ ਨੇ, ਅਨ ਨਿਕਾਹ ਹੋਈ ਹੈ ਨਾ ਕਿ ਤੋਂ ਕੀ ਇਜਾਬ ਹੈ ਬਲਕਿ ਕੁਲ ਆਕਲ ਹੈ ਨੇ ਬਾਲਗ ਹੈ ਨੇ ਹੁਰ ਹੈ ਨੇ ਮੁਸਲਿਮ ਹੈ ਮੁਸਲਮਾਨ ਹੋਣਾ ਸ਼ਰਤ ਹੈ। ਇਹ ਲੋਕ ਇਹਨਾਂ ਦਾ ਤਾਂ ਇਸਲਾਮ ਨਾਲ ਤਲਕ ਹੀ ਕੋਈ ਨਹੀਂ, ਮੁਸਲਮਾਨ ਤਾਂ ਉਹ ਵੀ ਜਿਹੜਾ ਅੱਲਾਹ ਤਾਲਾ ਦੇ ਰਸੂਲ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨੂੰ ਆਖਰੀ ਨਬੀ ਮੰਨਦਾ ਔਰ ਅੱਲਾਹ ਦੇ ਅਹਕਾਮਾਤ ਅਤੇ ਨਬੀ ਕਰੀਮ ਸਸਮ ਦੀ ਤਾਲੀਮਾਂ 'ਤੇ ਅਮਲ ਕਰਦਾ ਹੈ, ਅਤੇ ਇਹ ਜਦੋਂ ਇਸਲਾਮ ਵਿੱਚੋਂ ਖਾਰਜ ਹੋ ਗਏ ਨੇ, ਇਹਨਾਂ ਦਾ ਕਿਹੜਾ ਨਿਕਾਹ ਹੈ? ਅਗਰ ਇਹ ਮਿਰਜ਼ੇ ਦਾ ਨਾਂ ਲੈਂਦੇ ਨੇ ਜਾਂ ਮਿਰਜ਼ੇ ਦੇ ਕਿਹੜੇ ਤਰੀਕੇ 'ਤੇ ਚੱਲਦੇ ਨੇ, ਤਾਂ ਫਿਰ ਹੋਏ ਤਾਂ ਸਾਰੇ ਬੋਲਦੇ ਸਨ ਆਏ, ਇਹਨਾਂ ਦਾ ਤਾਂ ਫਿਰ ਜਿਹੜਾ ਹਲਾਲਤ ਹਲਾਲੀ ਦੇ ਹੈ ਨਹੀਂ, ਹਰਾਮੀ ਨੇ ਸਾਰੇ, ਅਤੇ ਜਦੋਂ ਹੈ ਹੀ ਹਰਾਮੀ ਨੇ ਤਾਂ ਫਿਰ ਇਹਨਾਂ ਦਾ ਭੌਂਕਣਾ ਤਾਂ ਜਿਹੜਾ ਨਾ ਉਹ ਸ਼ਰਤ ਹੈ ਨਾ। ਉਹ ਤਾਂ ਕੁਝ ਵੀ ਨਹੀਂ, ਨਿਕਾਹ ਜਿਹੜਾ ਉਹ ਇਹਨਾਂ ਦਾ ਮੈਂ ਕੋਈ ਇਸਲਾਮੀ ਤਕਰੀਬ ਨਹੀਂ ਸਮਝ ਕੇ ਗਿਆ, ਮੇਰੇ ਰਿਸ਼ਤੇਦਾਰ ਸਨ ਅਤੇ ਹੁਣੇ ਮੈਂ ਉਹਨਾਂ ਦੇ ਜਾਵਾਂਗਾ, ਉਹ ਮਸਲਾ ਨਹੀਂ ਹੈ। ਗੱਲ ਇਹ ਵੇ ਉੱਥੇ ਇਹਨਾਂ ਨੇ ਉਸ ਪੂਰੇ ਫੈਸਟੀਵਲ ਦੇ ਵਿੱਚ ਇੱਕ ਵਾਰੀ ਹੀ ਨਬੀ ਅਲੈਹਿ ਸਲਾਤੁ ਵਸਲਾਮ ਦਾ ਨਾਂ ਨਹੀਂ ਜ਼ੁਬਾਨ 'ਤੇ ਲਿਆ, ਕਿਉਂਕਿ ਆਪਸ 'ਚ ਬੈਠੇ ਸਨ ਨਾ ਮਿਰਜ਼ਾ ਜੀ, ਆਪਸ 'ਚ ਬੈਠਿਆ ਮਿਰਜ਼ਾ ਸਾਹਿਬ ਯੇ ਫਰਮਾਇਆ, ਮਸੀਹ ਮਊਦ ਨੇ ਯੇ ਫਰਮਾਇਆ, ਮੁਸਲਿਮ ਮਊਦ ਨੇ ਵੋ ਫਰਮਾਇਆ, ਇੱਕ ਵਾਰੀ ਇਹਨਾਂ ਨਬੀ ਅਲੈਹਿ ਸਲਾਤੁ ਵਸਲਾਮ ਦੀ ਸੀਰਤ ਦਾ ਜ਼ਿਕਰ ਨਹੀਂ ਕੀਤਾ, ਆਪ ਦੇ ਉਸਵੇ ਹਸਨਾਂ ਦਾ ਕਿਰੇ ਤਜ਼ਕਰਾ ਤੱਕ ਨਹੀਂ ਪੂਰੇ ਫੈਸਟੀਵਲ ਦੇ ਵਿੱਚ। ਪੁੱਤਰ ਜਾ ਕਹਿੰਦਾ ਮੈਂ ਵੀਡੀਓ ਕਢਾ ਦਿਆਂਗਾ, ਮੇਰੇ ਰਿਸ਼ਤੇਦਾਰ ਨੇ ਅਤੇ ਮੈਂ ਉਹਨੂੰ ਬੁਲਾ ਲੈਣਾ ਇੱਥੇ ਫੋਨ ਦੇ ਉੱਤੇ ਵੀ ਕੱਢ ਵੀਡੀਓ ਮੁੰਡੇ ਦੇ ਵਿਆਹ ਦੀ ਅਤੇ ਦੱਸ ਉੱਥੇ ਨਬੀ ਪਾਕ ਦਾ ਨਾਂ ਪੂਰੇ ਨਿਕਾਹ ਦੇ ਵਿੱਚ ਜਿਹੜੀ ਰਿਕਾਰਡਿੰਗ ਹੋਈ ਹੈ, ਮੈਂ ਵੀ ਉੱਥੇ ਹੀ ਸਾਂ, ਦੱਸ ਕਿੱਥੇ ਨਬੀ ਪਾਕ ਦਾ ਨਾਂ ਤੁਸੀਂ ਲਿਆ? ਪੂਰੀ ਤਕਰੀਬ ਦੇ ਵਿੱਚ ਨਬੀ ਪਾਕ ਦਾ ਨਾਂ ਨਹੀਂ, ਅਤੇ ਲਾਂਤੀ ਇੱਥੇ ਆ ਕੇ ਨਾ ਅਤੇ ਡਰਾਮਾ ਕਰਨ ਲੱਗੇ ਹੁੰਦੇ ਨੇ ਅਤੇ ਪੀਰ ਅਸਕਾਨੀ ਸਾਹਿਬ ਨੂੰ ਅਤੇ ਮਲਕ ਕੈਸਰ ਸਾਹਿਬ ਨੂੰ ਯਕੀਨ ਦਵਾਉਣ ਲੱਗੇ ਨੇ ਅਸੀਂ ਨਬੀ ਪਾਕ ਦੀ ਖਾਤਰ 'ਤੇ ਕੁਰਬਾਨੀਆਂ ਦੇ ਰਹੇ ਹਾਂ, ਹਮ ਨਬੀ ਪਾਕ ਕੇ ਲਈ ਕੁਰਬਾਨੀ, ਉਹ ਤੁਸੀਂ ਉਸ ਦਜਾਲ ਵਾ ਤਾਂ ਕੁਰਬਾਨੀਆਂ ਵੀ ਦਿੰਦੇ ਹੋ, ਨਬੀ ਪਾਕ ਵਾ ਤਾਂ ਕਿੱਥੇ ਤੁਸੀਂ ਕੁਰਬਾਨੀਆਂ ਵੀ ਦਿੰਦੇ ਹੋ? ਜੇ ਤੁਸੀਂ ਨਬੀ ਪਾਕ ਵਾ ਕੁਰਬਾਨੀ ਦੇਣੀ ਹੈ ਨਾ ਤਾਂ ਤੁਹਾਡੇ ਕੇ ਸਾਰੀ ਉਮਤ ਹੱਥ ਜੋੜਦੀ ਹੈ, ਤੁਸੀਂ ਨਬੀ ਪਾਕ ਦਾ ਨਾਂ ਲੈਣਾ ਛੱਡ ਦਿਓ, ਤੁਸੀਂ ਕਿਸੇ ਹੋਰ ਜਿਹੜਾ ਮੰਨਿਆ ਜੀ ਉਹਦੇ ਪਿੱਛੇ ਲੱਗ ਜਾਓ, ਜਾਂ ਉਹਦੇ ਤਾਂ ਲਾਨਤ ਪਾ ਕੇ ਇਸਲਾਮ ਕਬੂਲ ਕਰ ਲਓ, ਅਤੇ ਜਾਂ ਤੁਸੀਂ ਨਬੀ ਪਾਕ ਵਾ ਤਾਂ ਕੁਰਬਾਨੀ ਦੇਣੀ ਹੈ, ਆਪਣੇ ਮਜ਼ਹਬ ਦਾ ਨਾਂ ਹੀ ਵੱਖਰਾ ਰੱਖ ਲਓ। ਤੁਸੀਂ ਨਬੀ ਪਾਕ ਦੇ ਦੀਨ ਦੇ ਵਿੱਚ ਜਿਹੜਾ ਗੰਦ ਪਾਉਣ ਲੱਗੇ ਹੋ, ਇਹਨੂੰ ਇਸਲਾਮ ਇਸਲਾਮ ਕਹਿ ਕੇ ਮੁਤਾਰਫ ਕਰਾਉਣ ਲੱਗੇ ਹੋ, ਇਹ ਸਾਰਿਆਂ ਤੋਂ ਵੱਡੀ ਤਕਲੀਫ ਦੇ ਗੱਲ ਹੈ। ਸਾਨੂੰ ਬਨੀ ਇਸਰਾਈਲੀਆਂ ਦੀ ਇੰਨੀ ਤਕਲੀਫ ਨਹੀਂ, ਸਿੱਖਾਂ ਦੀ ਇੰਨੀ ਤਕਲੀਫ ਨਹੀਂ, ਕਿਸੇ ਹੋਰ ਦੀ ਇੰਨੀ ਤਕਲੀਫ ਨਹੀਂ ਹੈ ਜਿੰਨੀ ਤੁਹਾਡੀ ਤਕਲੀਫ, ਕਿਉਂਕਿ ਤੁਸੀਂ ਜਿਸ ਇਸਲਾਮ ਦਾ ਨਾਂ ਲੈਂਦੇ ਹੋ ਤੇ ਕਿਸੇ ਬੰਦੇ ਨੂੰ ਵੀ ਧੋਖਾ ਲੱਗ ਸਕਦਾ। ਇਹ ਤਾਂ ਕੱਲ੍ਹ ਬੰਦਾ ਆਇਆ ਸੀ ਇਸਲਾਮਾਬਾਦ ਦਾ, ਮਾਸ਼ਾਅੱਲਾ ਚੰਗਾ ਭਲਾ ਪੜ੍ਹਿਆ ਲਿਖਿਆ ਐਜੂਕੇਟਡ, ਅਮਰੀਕਾ ਤੋਂ ਗਿਆ ਇਸਲਾਮਾਬਾਦ ਕਾਰੋਬਾਰ ਪਿਆ ਕਰਦਾ, ਉਹਨੂੰ ਨਹੀਂ ਪਤਾ ਇੱਥੇ ਆ ਕੇ ਬਰਾੜ ਤੇ 10-15 ਮਿੰਟ ਸਾਨੂੰ ਲੱਗੇ ਨੇ ਤਾਰਫ ਕਰਵਾਉਂਦੇ ਆ ਵੀ ਅਸੀਂ ਮੁਸਲਮਾਨ ਹਾਂ, ਅਸੀਂ ਮਰਜ਼ਾਈ ਨਹੀਂ। ਕਹਿੰਦਾ ਯਾਰ ਮੈਂ ਉਹ ਮਸਰੂਰ ਕਿ ਕੀ ਨਾਂ ਹੈ ਉਸ ਬਰਾੜ ਤੇ ਮੈਂ ਕਾਫੀ ਦਿਨਾਂ ਤੋਂ ਜਾਂਦਾ ਰਿਹਾ, ਉੱਥੇ ਇਹ ਬਕਵਾਸ ਹੁੰਦੀ ਰਹਿੰਦੀ ਹੈ, ਮਤਲਬ ਉਹਨੂੰ ਨਹੀਂ ਪਹਿਚਾਣ ਕਿ ਇਹ ਮੁਸਲਮਾਨਾਂ ਦੀ ਬਰਾੜ ਹੈ ਜਾਂ ਮਰਜ਼ਾਈਆਂ ਦੀ ਬਰਾੜ ਹੈ, ਐਸਾ ਇਹਨਾਂ ਨੇ ਕਪੜਾ ਵਿੱਚ ਪਾਇਆ ਇਸਲਾਮ ਦੇ ਨਾਂ ਤੇ ਧੋਖਾ ਦੇਣ ਲੱਗੇ ਨੇ। ਇਸ ਵਾਸਤੇ ਉਹ ਇਹਨਾਂ ਵਾਸਤੇ ਉਹ ਸ਼ੇਰ ਦਾ ਦੁਰੰਗੀ ਛੋੜ ਯੱਕ ਰੰਗ ਹੋ ਜਾ ਸਰਾਸਰ ਮੋਮ ਜਾਂ ਫਿਰ ਸੰਘ ਹੋ ਜਾ, ਬਈ ਯਾ ਤੇ ਪੱਕੇ ਪੱਕੇ ਮੁਸਲਮਾਨ ਹੋ ਜਾਓ ਜਾਂ ਪੱਕੇ ਪੱਕੇ ਮਰਜ਼ਾਈ ਹੋ ਜਾਓ, ਜਮਾਤ ਜਿਹੜੀ ਤੁਹਾਡੀ ਹੈ ਵੀ ਜਿਹਦੇ ਪੈਰੋਕਾਰ ਹੋ, ਜਿਹਨੂੰ ਤੁਸੀਂ ਨਬੀ ਮੰਨਦੇ ਹੋ, ਜਿਹਨੂੰ ਤੁਸੀਂ ਇੰਨੀ ਅਹਿਮੀਅਤ ਦਿੰਦੇ ਹੋ ਕਿ ਉਹਦੇ ਉਹਦੇ ਯਾਨੀ ਕਿ ਅਗੇਂਸਟ ਤੁਸੀਂ ਨਬੀ ਕਰੀਮ ਸੱਲਮ ਦੀ ਜ਼ਾਤ ਨੂੰ ਤੁਸੀਂ ਉਨੀ ਅਹਿਮੀਅਤ ਨਹੀਂ ਦਿੰਦੇ, ਬਿਲਕੁਲ ਹੀ ਬਲਕਿ ਅਹਿਮੀਅਤ ਦਿੰਦੇ ਹੀ ਨਹੀਂ ਹੈ ਇਹਨਾਂ ਦੇ ਨਜ਼ਦੀਕ। ਇਹ ਜਿਹੜਾ ਥੋੜ੍ਹਾ ਬਹੁਤਾ ਉੱਤੂ ਉੱਤੂ ਇਹ ਗੱਲਾਂ ਕਰਦੇ ਨੇ ਨਾ, ਇਹ ਸਿਰਫ ਔਰ ਸਿਰਫ ਆਪਣੇ ਵਜੂਦ ਨੂੰ ਕਾਇਮ ਰੱਖਣ ਵਾਸਤੇ,
ਕਿ ਅਸੀਂ ਜਿਹੜਾ ਲਿਬਾਦਾ ਓੜਿਆ ਨਾ ਉਹ ਲਿਬਾਦਾ ਸਾਡਾ ਕੋਈ ਲਾਹ ਨਾ ਸਕੇ। ਵਰਨਾ ਅਗਰ ਹਕੀਕਤ 'ਚ ਦੇਖਿਆ ਜਾਏ ਤਾਂ ਜਿਸ ਤਰ੍ਹਾਂ ਤੁਸੀਂ ਭਾਈ ਅਹਿਮਦ ਤੁਸੀਂ ਕਿਹਾ ਕਿ ਉਹਨਾਂ ਦੀ ਇਹ ਸ਼ਾਦੀ ਦਾ ਜਿਹੜਾ ਫੈਸਟੀਵਲ ਸੀ ਉੱਥੇ ਇਹਨਾਂ ਨੇ ਨਬੀ ਕਰੀਮ ਸੱਸਾ ਦੇ ਨਾਂ ਲੈਣ ਦੇ ਬਜਾਏ ਉਸ ਮਿਰਜ਼ੇ ਕਾਣੇ ਨੂੰ ਪੇਸ਼ ਕੀਤਾ ਇਹਨਾਂ ਨੇ। ਇਹਨਾਂ ਨੇ ਲਿਬਾਦਾ ਓੜਿਆ ਹੈ, ਇਹ ਸਿਰਫ ਦਾ ਨਾਂ ਲੈਂਦੇ ਨੇ। ਹਦੀਸਾਂ ਦੇ ਮੁਤਾਬਿਕ ਹਜ਼ਰਤ ਮਸੀਹ ਅੱਗੋਂ ਜਿਹੜਾ ਆਦੇ ਨੇ ਉਹ ਆਇਆ ਤੇ ਉਹਦੇ ਉੱਤੇ ਈਮਾਨ ਨਹੀਂ ਲੈ ਆਉਂਦੇ, ਉਹ ਕਿਹੜੀ ਹਦੀਸ ਦੇ ਮੁਤਾਬਿਕ ਤੁਹਾਡਾ ਇਹ ਆਇਆ ਹੋਇਆ ਮਿਰਜ਼ਾ? ਮੇਰੀ ਅਗਲੇ ਦਿਨ ਦੋ ਬੰਦਿਆਂ ਦੇ ਨਾਲ ਮੇਰੀ ਗੱਲ ਹੋਈ, ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਤੁਸੀਂ ਮਿਰਜ਼ੇ ਨੂੰ ਮਸੀਹ ਮਊਦ ਕਹਿੰਦੇ ਹੋ ਔਰ ਬੜਾ ਵੱਡਾ ਟਾਈਟਲ ਤੁਸੀਂ ਦਿੱਤਾ ਮਸੀਹ ਮਊਦ ਦਾ, ਕਿਹੜੀ ਕੁਰਾਨ ਦੀ ਉਹ ਆਇਤ ਹੈ ਜਾਂ ਕਿਹੜੀ ਹਦੀਸ ਹੈ ਜਿੱਥੋਂ ਤੁਸੀਂ ਇਹਨੂੰ ਯਕੀਨ ਮੰਨੋ? ਇਹਨਾਂ ਉਹਨੇ ਜੀ ਈਸਾ ਅਲੈਹਿ ਸਲਾਮ ਨੂੰ ਤੁਸੀਂ ਈਸਾ ਸਲਾਮ ਦੀ ਜ਼ਿੰਦਗੀ ਹਯਾਤ 'ਤੇ ਗੱਲ ਕਰੋ, ਉਹ ਕਿ ਉਹ ਜ਼ਿੰਦਾ ਨੇ ਕਹਿੰਦੇ ਬਈ ਤੁਸਾਡਾ ਹਯਾਤ ਨਾਲ ਕੀ ਤਾਲਕ? ਸਿੰਪਲ ਜੀ ਗੱਲ ਹੈ, ਤੁਸੀਂ ਇੱਕ ਬੰਦੇ ਨੂੰ ਇੱਕ ਲਾਂਤੀ ਕਿਰਦਾਰ ਹੈ ਜਿਹੜਾ ਉਸ ਬੰਦੇ ਨੂੰ ਤੁਸੀਂ ਮਸੀਹ ਮਊਦ ਕਹਿੰਦੇ ਹੋ, ਬਈ ਸਾਨੂੰ ਦੱਸੋ ਕਿਸ ਤਰ੍ਹਾਂ ਉਹ ਮਸੀਹ ਮਊਦ ਹੈ? ਜਦੋਂ ਇਹ ਗੱਲ ਨਹੀਂ, ਤੁਸੀਂ ਜਿਹੜਾ ਈਸਾ ਅਲੈਹਿ ਸਲਾਮ ਦੀ ਹਯਾਤ ਤੁਸੀਂ ਜਦੋਂ ਉਹਨਾਂ ਨੂੰ ਉਹਨਾਂ ਦੀ ਵਫਾਤ 'ਤੇ ਗੱਲ ਕਰੋ, ਤੁਸੀਂ ਈਸਾ ਅੰਬੀਆਲੇਮੁਸਲਾਮ ਜਿਹੜੇ ਅੱਲਾਹ ਤਾਲਾ ਦੇ ਸੱਚੇ ਨਬੀ ਪੈਗੰਬਰ ਰਸੂਲ ਨੇ, ਇਹ ਬਗੈਰ ਡਾਇਰੈਕਟ ਉਹਨਾਂ ਦੀ ਸ਼ਾਨ ਦੇ ਅੰਦਰ ਗੁਸਤਾਖੀ ਕਰਨ ਵਾਸਤੇ ਇੱਕ ਮਿੰਟ ਤੋਂ ਪਹਿਲਾਂ ਤਿਆਰ ਹੋ ਜਾਂਦੇ ਨੇ। ਔਰ ਉਸ ਮਿਰਜ਼ੇ ਨੂੰ ਕਿ ਜਿਸ ਬੰਦੇ ਦੀ ਜ਼ਿੰਦਗੀ ਵੀ ਲਾਹਨਤ, ਜਿਹਦੀ ਮੌਤ ਵੀ ਲਾਹਨਤ, ਜਿਹਦੀ ਆਖਰਤ ਵੀ ਲਾਹਨਤ ਨਸੀਬ ਦੇ ਵਿੱਚ ਔਰ ਇਹਨਾਂ ਦੀ ਜਮਾਤ ਦੇ ਵੀ ਨਸੀਬ ਵਿੱਚ, ਉਸ ਬੰਦੇ ਦੀ ਗੱਲ ਹੀ ਨਹੀਂ ਕਰਦੇ। ਦੱਸੋ ਤਾਂ ਸਹੀ, ਉਹ ਤਾਂ ਗੱਲ ਸੁਣਾ, ਉਹ ਜਿਹੜੀ ਅਗਲੇ ਦਿਨ ਤੁਸੀਂ ਆਖੀਏ ਟਰੁੱਥ ਸੀਕਰ ਨੂੰ ਕਿਹੜੀ ਜਾ ਤੇ ਹਦੀਸਾਂ ਲਿਖੀਆਂ ਹੋਈਆਂ ਤੇ ਉਹ ਅੱਗੋਂ ਕੀ ਆਦਾ ਹੈ? ਕਿਉਂਕਿ ਮਿਰਜ਼ੇ ਨੇ ਜਿੰਨੀ ਆਖੀਆਂ ਆਪਣੇ ਕੋਲੋਂ ਇਸ ਹਦੀਸ ਦੇ ਮੁਤਾਬਿਕ ਮੈਂ ਇਹ ਹਾਂ, ਇਸ ਮੁਤਾਬਿਕ ਮੈਂ ਉਹ ਹਾਂ। ਕੋਈ ਕਿਸੇ ਹਦੀਸ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ, ਨਾ ਕੋਈ ਕੁਰਾਨ ਨਾਲ ਇਹਨਾਂ ਦਾ। ਅਸਲ ਫਰੇਬ ਤੇ ਮੱਕਰ ਹੈ ਹੀ ਹੈ ਵੇ ਕਿ ਕੁਰਾਨ ਹਦੀਸ ਦਾ ਨਾਂ ਲੈਂਦੇ ਨੇ, ਲੋਕਾਂ ਨੂੰ ਧੋਖਾ ਦਿੰਦੇ ਨੇ, ਫਿਰ ਕੋਈ ਸਿੱਧੀ ਗੱਲ ਪੁੱਛੇ, ਸਿੱਧੀ ਗੱਲ ਦਾ ਜਵਾਬ ਦੇਣ ਦੀ ਬਜਾਏ ਜਿਸ ਤਰ੍ਹਾਂ ਆਪੇ ਦੱਸਦੇ ਨੇ ਬਈ ਉਹ ਵਫਾ ਤੋਂ ਹਯਾਤ ਤੋਂ ਵਫਾ ਤੇ ਮਸੀਹ ਤੇ ਦੌੜ ਕੇ ਟੁੱਟ ਜਾਣਗੇ, ਈਸਾ ਅਲੈਹਿ ਸਲਾਮ ਦੱਸੋ ਬਈ ਜ਼ਿੰਦਾ ਨੇ ਕਿ ਫੌਤ। ਮਤਲਬ ਇੰਨਾ ਮੱਕਰ, ਇੰਨਾ ਫਰੇਬ, ਹੁਣ ਤਾਂ ਇਹਨਾਂ ਦੇ ਆਪਣੇ ਬੱਚੇ ਪੁੱਛਣ ਲੱਗ ਪਏ ਨੇ, ਯਾਰ ਕੋਈ ਮੁਸਲਮਾਨ ਆਉਂਦਾ ਉਹ ਗੱਲ ਕੋਈ ਹੋਰ ਕਰਦਾ, ਸਾਡੇ ਬੰਦੇ ਭੌਂ ਕੇ ਗੱਲ ਹਯਾਤ ਤੋਂ ਵਫਾ ਤੇ ਮਸੀਹ ਤੇ ਲੈ ਜਾਂਦੇ। ਖੁਦ ਇਹਨਾਂ ਦੇ ਦੋ ਨੰਬਰ ਖਲੀਫਾ ਨੇ ਆਖਿਆ ਕਿ ਮੈਂ ਗਿਆ ਵਾਂ ਉੱਥੇ ਜਾਮਿਆ ਅਹਿਮਦੀਆ ਵਿੱਚ, ਉੱਥੇ ਮੈਂ ਵੇਖੇ ਨੇ ਮੁੰਡੇ ਜਿਹੜੇ ਮਦਰਸੇ 'ਚ ਪੜ੍ਹਦੇ ਤੇ ਸਵਾਏ ਹਯਾਤ ਤੋਂ ਵਫਾਤੇ ਮਸੀਹ ਦੀਆਂ ਚੰਦ ਐਤਾਂ ਯਾਦ ਕਰ ਲੈਂਦੇ, ਕੱਖ ਪਤਾ ਨਹੀਂ ਉਹਨਾਂ ਨੂੰ ਮਿਰਜ਼ਾਈਅਤ ਦਾ, ਕੱਖ ਪਤਾ ਨਹੀਂ ਉਹਨਾਂ ਨੂੰ ਮਿਰਜ਼ੇ ਕਾਦਿਆਨੀ ਦੇ ਦਲਾਇਲ ਦਾ, ਵੀ ਕਿਹੜੇ ਦਲਾਇਲ ਨੇ ਮਿਰਜ਼ਾਈਅਤ ਦੇ ਤੇ ਕਿਹੜੇ ਦਲਾਇਲ ਨੇ ਇਸਲਾਮ ਦੇ, ਉਹਦੇ ਬਾਰਕਸ ਕਿਹੜੀ ਗੱਲ ਦਾ ਸਾਡੇ? ਉਹ ਕਹਿੰਦਾ ਚੰਦ ਐਤਾਂ ਯਾਦ ਕੀਤੀਆਂ ਨੇ ਤੇ ਜਿੱਥੋਂ ਵੀ ਗੱਲ ਟੋਰੋ ਦੇ ਜਿਹੜੇ ਨਾਲ ਵੀ ਗੱਲ ਕਰੋ ਤੇ ਉਹ ਆਖਦਾ ਆ ਜਾਓ ਆਪ ਹਯਾਤ ਮਸੀਹ ਸਾਬਤ ਕਰ ਦਿਓ, ਹਮ ਮਿਰਜ਼ਾਈਅਤ ਕੋ ਛੋੜ ਦੇਂਗੇ, ਹਮ ਵਫਾਤ ਮਸੀਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੁਮ ਹਯਾਤ ਮਸੀਹ ਸਾਬਤ ਕਰਨਾ। ਇਹ ਕਿਹੜਾ ਤਰੀਕਾ? ਇਹ ਮੱਕਰ ਔਰ ਫਰੇਬ ਕਿੰਨੇ ਕੁ ਦਾਰੇ ਤੁਸੀਂ ਰੱਖੋਗੇ? ਤੁਸੀਂ ਕਿਉਂ ਨਹੀਂ ਉਹਨਾਂ ਨੂੰ ਲੋਕਾਂ ਨੂੰ ਦੱਸਦੇ ਭਾਈ ਇਹ ਉਹ ਬੰਦਾ ਹੈ ਜਿਹਨੂੰ ਅਸੀਂ ਮੰਨ ਬੈਠੇ ਹਾਂ ਤੇ ਇਹਦੀ ਵਜ੍ਹਾ ਤੋਂ, ਇਹਦੇ ਇਸ ਲਾਮਾਂ ਲੋਮਾਂ ਦੀ ਵਜ੍ਹਾ ਤੋਂ ਮੰਨ ਬੈਠੇ ਹਾਂ, ਇਹਦੇ ਲਾਮ ਚੈੱਕ ਕਰ ਲਓ ਜੇ ਇਹ ਸੱਚ ਬੋਲਦਾ ਜਾਂ ਝੂਠ ਬੋਲਦਾ, ਤੇ ਇਹ ਇਹਦੇ 'ਤੇ ਗੱਲ ਕਰੀ ਨਹੀਂ ਹਯਾਤ ਤੋਂ ਫਾਤਿਮ ਸੀ। ਮਤਲਬ ਅਗਲੇ ਬੰਦੇ ਨੂੰ ਇਹ ਸਮਝਦੇ ਨੇ ਕਿ ਹਰੇ ਰੋਟੀ ਕੰਨ 'ਚ ਪਾਉਂਦਾ, ਇਹਨੂੰ ਅਕਲ ਮੌਤ ਕੋ ਨਹੀਂ। ਨਹੀਂ ਅਸਲ ਮੈਂ ਆਪ ਕਾ ਔਰ ਹਮਾਰਾ ਇਖਤਲਾਫ ਹੈ ਹਯਾਤ ਤੋਂ ਵਫਾਤਿਮ ਸੀ ਕਾ। ਭਾਈ ਦੱਸੋ ਦੁਨੀਆਂ ਦੇ ਉੱਤੇ ਉਹ ਕਿਹੜੀ ਕੌਮ ਹੈ ਉਹ ਜਿਹਨਾਂ ਦੀ ਆਪਸ 'ਚ ਲੜਾਈ ਹੋ ਜਾਏ ਤੇ ਉਹਨਾਂ ਦਾ ਇੱਕ ਫਰੀਕ ਤੈਅ ਕਰਦਾ ਵੀ ਸਾਡਾ ਤੇ ਤੁਹਾਡਾ ਇਖਤਲਾਫ ਕਾਂ ਦਾ? ਯਾਰ ਗਵਾਂਢੀ ਦੋ ਲੜ ਪਵਣਾ, ਉਹਨਾਂ ਦਾ ਦਮਾਂ ਦਾ ਇਤਫਾਕੇ ਰਾਏ ਇਸ ਗੱਲ 'ਤੇ ਹੋਣਾ ਜ਼ਰੂਰੀ ਹੈ ਕਿ ਉਹਨਾਂ ਦੀ ਲੜਾਈ ਕਿਹੜੀ ਗੱਲ ਤੋਂ ਹੋਈ, ਉਹਨਾਂ ਦਾ ਇਖਤਲਾਫ ਕਿਹੜੀ ਗੱਲ ਤੋਂ, ਕੰਧ ਤੋਂ, ਕੋਠੇ ਤੋਂ,
ਜ਼ਮੀਨ ਤੋਂ ਬੰਨੇ ਤੋਂ ਕਾਹਦਾ ਉਹਨਾਂ ਦਾ ਝਗੜਾ ਹੈ? ਦੋਵੇਂ ਆਉਂਦੇ ਨੇ ਸਾਡਾ ਇਸ ਗੱਲ ਦਾ ਝਗੜਾ, ਤਾਂ ਫੈਸਲਾ ਹੁੰਦਾ ਨਾ। ਇੱਕ ਕਹਿੰਦਾ ਮੇਰਾ ਤੇਰਾ ਕੰਨ ਦਾ ਝਗੜਾ, ਦੂਜਾ ਕਹਿੰਦਾ ਮੇਰਾ ਤੇਰਾ ਕੰਨ ਦਾ ਝਗੜਾ ਹੈ ਹੀ ਨਹੀਂ, ਕੰਨ ਤੂੰ ਪਿਛਾ ਕੇ ਰੱਖੀ ਰੱਖ, ਮੈਂ ਤੇਰੇ ਨਾਲ ਗੱਲ ਬਾਹਰ ਨਹੀਂ ਦੀ ਕਰਨਾ, ਤੂੰ ਮੇਰੇ ਨਾਲ ਕੰਨ ਦੀ ਕਰਨਾ, ਇੰਝ ਹੋ ਸਕਦੀ ਗੱਲ? ਇਹ ਆ ਕਹਿੰਦੇ ਨੇ ਸਾਡਾ ਤੁਹਾਡਾ ਇਖਤਲਾਫ ਹੈ ਯਾ ਤੋ ਫਾਤਿਮ ਸੀ ਦਾ। ਅਸੀਂ ਕਹਿੰਦੇ ਯਾਰ ਯਾ ਤੋ ਫਾਤਿਮ ਸੀ ਦਾ ਤੁਹਾਡਾ ਇਖਤਲਾਫ ਸਾਡਾ ਨਹੀਂ ਹੈ, ਹਯਾ ਤੋ ਵ ਫਾਤਿਮ ਸੀ ਦੇ ਕਾਇਲ ਮੁਸਲਮਾਨਾਂ 'ਚ ਵੀ ਇੱਕਾ ਦੁੱਕਾ ਬੰਦੇ ਕਿਰੇ ਗਾਮ ਦੀ ਹਾਰਦੇ ਹੈ ਨਹੀਂ ਨੇ, ਲੱਭ ਹੀ ਜਾਣਦੇ। ਇਹਦੇ ਨਾਲ ਸਾਡਾ ਇਖਤਲਾਫ ਨਹੀਂ, ਤੁਸੀਂ ਅਸਲ ਗੱਲ ਦੱਸੋ ਲੋਕਾਂ ਨੂੰ, ਹੇਰਾ ਫੇਰੀ ਨਾ ਕਰੋ। ਨਹੀਂ, ਇਸ ਹੇਰਾ ਫੇਰੀ ਤੋਂ ਬਾਅਦ ਨਹੀਂ ਆਉਂਦੇ ਅਤੇ ਆ ਕੇ ਡਰਾਮਾ ਕਰਦੇ ਅਤੇ ਨਾਂ ਲੈਂਦੇ ਨੇ। ਹਮ ਤੋਂ ਨਬੀ ਪਾਕ ਕੀ ਖਾਤਰ ਕੁਰਬਾਨੀਆਂ ਦੇ ਰਹੇ ਹੈ, ਕਲਮੇ ਕੀ ਖਾਤਰ ਜਾਨੇ ਦੇ ਰਹੇ ਹੈ। ਬੇਸ਼ਰਮੋ, ਤੁਸੀਂ ਕਲਮੇ ਦੀ ਖਾਤਰ ਜਾਨਾ ਨਹੀਂ ਦੇ ਰਹੇ, ਤੁਸੀਂ ਉਸ ਕਲਮੇ ਦੀ ਖਾਤਰ ਜਾਂਦੇ ਜਿਹੜੇ ਕਲਮੇ ਦੇ ਵਿੱਚ ਤੁਸੀਂ ਮਿਰਜ਼ਾ ਪਾਇਆ ਹੈ, ਜਿਹੜਾ ਮੁਸਲਮਾਨਾਂ ਦਾ ਕਲਮਾ, ਉਹਦੀ ਖਾਤਰ ਤੁਸੀਂ ਜਾਨ ਨਹੀਂ ਦੇ ਰਹੇ। ਤੁਸੀਂ ਆਪਣੀਆਂ ਇਹਨਾਂ ਹਰਾਮਜ਼ਾਦਗੀਆਂ ਦੀ ਵਜ੍ਹਾ ਤੋਂ ਜਾਨਾਂ ਦੇ ਰਹੇ ਹੋ, ਜਿਹੜੀਆਂ ਹਰਾਮਜ਼ਾਦਗੀਆਂ ਤੁਸੀਂ ਸੋਸ਼ਲ ਮੀਡੀਆ 'ਤੇ ਕਰਨ ਲੱਗੇ ਹੋ। ਇਹੋ ਹੀ ਉਹ ਬੰਦਾ ਵੀ ਸਵੇਰੇ ਅੰਦਰ ਕਿ ਜਿਹੜੀਆਂ ਤੁਸੀਂ ਸ਼ੈਤਾਨੀਆਂ ਵੀ ਕਰਦੇ ਹੋ, ਇਹ ਜਿਹੜਾ ਉਹ ਇਹੋ ਹੀ ਵਰਕਾ ਉਹ ਪੜ੍ਹਦਾ ਸੀ ਪਿਆ, ਇਹ ਜਿਹੜਾ ਬਿੱਛੂ ਵਾਲਾ ਜੀ, ਉਹਨੇ ਆਖਿਆ ਇਹ ਜਿਹੜਾ ਤੁਸੀਂ ਹਦੀਸਾਂ ਖੋਲ੍ਹ ਕੇ ਪੜ੍ਹਨ ਲੱਗੇ ਹੋ ਅਤੇ ਜੋ ਕੋਈ ਅਲਫਾਜ਼ ਇਸਤੇਮਾਲ ਕਰਨ ਲੱਗੇ ਹੋ, ਕਿਹਨੂੰ ਨਹੀਂ ਸਮਝ ਆਉਂਦੀ ਇਸ ਦੁਨੀਆਂ ਦੇ? ਤੂੰ ਕਿਹੜਾ ਬੰਦਾ ਐਡਾ ਅਨੁਭੋਲ ਹੈ, ਉਹਨੂੰ ਨਹੀਂ ਪਤਾ ਪਿਆ ਲੱਗਦਾ ਬੰਦਿਆਂ ਨੂੰ ਥੱਲੇ ਬਹਿ ਕੇ ਤੁਸੀਂ ਕੀ ਪੇ ਕਰਦੇ ਹੋ? ਬੰਦੇ ਤੁਸੀਂ ਜਿਹੜੇ ਥੱਲੇ 50-60 ਬੈਠੇ ਵੇਖਦੇ ਹੋ ਨਾ, ਉਹ ਬੰਦੇ ਤੁਹਾਡੇ ਖੂਨ ਦੇ ਪਿਆਸੇ ਨੇ, ਮਤਲਬ ਸਮਝੋ ਵੀ ਇਹ ਤੁਹਾਡੇ ਤੋਂ ਮੁਤਾਸਰ ਪਏ ਹੁੰਦੇ ਨੇ। ਉਹ ਗਚੀਚੀਆਂ ਨੂੰ ਵੜਦੇ ਨੇ ਵੀ ਕਿਰੋ ਮੇਰੇ ਨੇੜੇ ਹੋ, ਮੈਂ ਤੇਰੀ ਦਿਆਂ ਫਲਾਨ ਢਿੰਗ, ਮੈਂ ਤੁਹਾਨੂੰ ਸਾਰਿਆਂ ਨੂੰ ਤੋਨਾ ਦਮਾ ਮਰਦੇ। ਉਹ ਇੱਥੋਂ ਕਿਰੇ ਤੱਪਿਆ ਜਾਏਗਾ, ਕੋਈ ਮਰਜ਼ਾਈ ਮਾਰ ਛੜੇਗਾ ਉੱਥੇ ਗਲੀ 'ਚ ਲੰਘਦਾ, ਜਿਸ ਤਰ੍ਹਾਂ ਉਹ ਮੁੰਡਾ ਜਾਣਗੇ ਉਹਨੇ ਦੋ ਗਲੀ 'ਚ ਪੜਕਾ ਖੜੇ ਨੇ। ਬਿਲਕੁਲ, ਇਹ ਰਿਜ਼ਲਟ ਹੋਵੇਗਾ ਉਸ ਤੁਹਾਡੀ ਬੇਹਈ ਹੋਈ ਦਾ। ਔਰ ਬਾਕੀ ਈਸਾ ਵਾਲੇ ਸਾਤ ਸਵਾਮ ਵੀ ਹਯਾਤ ਹੋਵੇ ਜਾਂ ਵਫਾਤ, ਉਹਦਾ ਇਹਨਾਂ ਨਾਲ ਕੀ ਤਲਕ ਹੈ, ਮਿਰਜ਼ੇ ਨਾਲ ਕੀ ਤਲਕ ਹੈ? ਅਗਰ ਇਹਨਾਂ ਦੇ ਬਕੌਲ ਇਹ ਮਿਰਜ਼ਾ ਆਪਣੇ ਮਿਰਜ਼ੇ ਨੂੰ ਲਾਂਤੀ ਨੂੰ ਲਈ ਨੂੰ ਕਾਣੇ ਦਜਾਲ ਨੂੰ ਅਗਰ ਇਹ ਉਹਨੂੰ ਮਸੀਹ ਮਊਦ ਅਗਰ ਮੰਨਦੇ ਨੇ ਤਾਂ ਬਈ ਉਹਦਾ ਉਸ ਚੀਜ਼ ਦਾ ਕੋਈ ਰੈਫਰੈਂਸ ਦੇ ਦਿਓ ਬਈ ਇਸ ਹਦੀਸ ਦੇ ਮੁਤਾਬਕ ਹਜ਼ੂਰ ਨਬੀ ਉਸਮ ਦਾ ਫਰਮਾਨ ਸੀ, ਲਿਹਾਜ਼ਾ ਇਹ ਬੰਦਾ ਜਿਹੜਾ ਨਾਲ ਸਾਹਮਣੇ ਆ ਗਿਆ ਉਹ ਬਈ ਉਹ ਬੰਦਾ ਜਦੋਂ ਤੁਸੀਂ ਕੋਈ ਗੱਲ ਕਰੋਗੇ ਉਹਦੇ 'ਤੇ ਲਾਂਤਾਂ ਪੈਣ ਤੋਂ ਇਲਾਵਾ ਹੋਰ ਕੰਮ ਵੀ ਕੋਈ ਨਹੀਂ ਹੁੰਦਾ। ਈਸਾ ਅਲੈਹਿ ਸਲਾਤੁ ਵਸਲਾਮ ਹਯਾਤ ਨੇ ਜਾਂ ਈਸਾ ਅਲੈਹਿ ਸਲਾਤੁ ਵਸਲਾਮ ਮਾਜ਼ ਅੱਲਾ ਵਫਾਤ ਪਾ ਚੁੱਕੇ ਨੇ ਜਾਂ ਉਹ ਅਸਮਾਨਾਂ 'ਤੇ ਨੇ ਜਾਂ ਜ਼ਮੀਨ 'ਤੇ ਜਿੱਥੇ ਵੀ ਹੈ ਨੇ, ਅੱਲਾਹ ਤਾਲਾ ਨੇ ਜਦੋਂ ਕਿਹਾ ਕਿ ਪਰ ਰਫਾ ਉਲਾਹੁ ਇਲੈਹਿ ਕਿ ਮੈਂ ਉਹਨੂੰ ਆਪਣੀ ਤਰਫ਼ ਉਠਾ ਲਿਆ, ਅੱਲਾਹ ਨੇ ਆਪਣੀ ਤਰਫ਼ ਉਠਾ ਲਿਆ, ਤਾਂ ਬਈ ਉਹ ਜਿੱਥੇ ਵੀ ਹੈ ਨੇ ਉਹਨਾਂ ਦਾ ਮਾਮਲਾ ਅੱਲਾਹ ਦੇ ਨਾਲ ਹੈ, ਤੁਹਾਡਾ ਕੀ ਤਾਲਕ ਹੈ? ਤੁਸੀਂ ਤਾਂ ਫਿਰ ਵੀ ਆਪਣੀ ਮਿਰਜ਼ੇ ਨੂੰ ਜਿਹੜਾ ਨਾ ਸੱਚਾ ਸਾਬਤ ਨਹੀਂ ਕਰ ਸਕੇ। ਅਤੇ ਕੈਦੀ ਨੰਬਰ 804 ਥੱਲੇ ਬਹਿ ਕੇ ਹੱਸਦਾ ਹੈ, ਜਿਹੜੇ ਹੱਸਦੇ ਉਹ ਹੀ ਹੁੰਦੇ ਨੇ ਜਿਹਨਾਂ 'ਚ ਗੈਰਤ ਨਾ ਹੋਵੇ, ਇਹਨਾਂ ਕੋਈ ਸੁਣ ਕੇ ਵੀ ਅਗਰ ਤੁਹਾਡੇ ਹਾਸੇ ਨਹੀਂ ਨਾ ਬੰਦ ਹੁੰਦੇ ਤਾਂ ਫਿਰ ਸਮਝ ਲਓ ਕਿ ਤੁਸੀਂ ਵਾਕਈ ਜਿਹੜਾ ਇਹਨਾਂ ਤੋਂ ਆਪਣੀ ਮਾਂ ਤੋਂ ਪੁੱਛ ਲਈ ਜਾ ਕੇ ਕਿ ਗੈਰਤ ਨਾਲ ਤੁਹਾਡਾ ਕੋਈ ਤਲਕ ਨਹੀਂ। ਕੈਦੀ 804 ਉਹਦਾ ਬੇਲੀ ਅਤੇ ਉਹਦਾ ਭਰਾ ਵੇ ਜਿਹੜਾ ਆ ਕੇ ਮੇਰੀ ਬਰਾੜ 'ਤੇ ਕਹਿੰਦਾ ਸੀ ਕਿ ਨਬੀ ਦੇ ਕਿਰਦਾਰ 'ਤੇ ਮੇਰੇ ਉੱਤੇ ਗੱਲ ਗਾਲ ਵਾਲੀ ਵਾਈ ਹੈ, ਉਹ ਬਗੈਰਤ ਦੇ ਫੁਰਕਾਨ ਦਾ ਭਰਾ ਵੇ ਹੈ 804 ਕੈਦੀ, ਪਤਾ ਹੈ ਜੀ ਨਾ ਕੌਣ ਹੈ ਜਿਹੜੇ ਸਾਡੀ ਬਰਾਡਾਂ 'ਤੇ ਆ ਕੇ ਕਹਿੰਦੇ ਕਿ ਨਬੀ ਦੇ ਕਿਰਦਾਰ 'ਤੇ ਗੱਲ ਕਰੋ। ਜਿਹੜੀ ਸਲੀਬ ਨੂੰ ਤੋੜਨਾ ਸੀ ਇਮਾਮ ਮਹਿਦੀ ਨੇ ਉਹਨਾਂ ਦੀ ਸਲੀਬ ਵਾਲਿਆਂ ਦੇ ਗੋਲ ਤੇ ਜਾ ਕੇ ਉਹਨਾਂ ਦੀ ਝੋਲੀਆਂ 'ਚ ਜਾ ਕੇ ਬਹਿ ਕੇ ਤੇ ਉੱਥੇ ਮਜ਼ੇ ਲੈਂਦੇ ਨੇ ਪਏ। ਜਿਹੜੇ ਖਨਜ਼ੀਰ ਨੂੰ ਕਤਲ ਕਰਨਾ ਸੀ ਉਹਨਾਂ ਖਾਨ ਵਾਲਿਆਂ ਦੇ ਜਾ ਕੇ ਜਿਹੜਾ ਨਾ ਇਹ ਕਲਮੇ ਪੜ੍ਹਦੇ ਨੇ ਪਏ, ਉਹਨਾਂ ਕੋਲ ਪੈਸੇ ਲੈਂਦੇ ਨੇ ਪਏ, ਉਹਨਾਂ ਦੀਆਂ ਜਿਹੜੇ ਨਾ ਇਹਨਾਂ ਨੇ ਪਿੱਛੇ ਜੇ ਉਹ ਮਲਕਾ ਜਿਹੜੀ ਇਹਨਾਂ ਦੀ ਉਹ ਮਰ ਗਈ ਹੈ ਉਹਦਾ ਇਹਨਾਂ ਨੇ ਉਹ ਜਿਵੇਂ ਯਾਨੀ ਕਿ ਉਹਦੀ ਫਾਤਿਹਾ ਵਾਸਤੇ ਸਮਝ ਲਓ ਜਿਵੇਂ ਅਸੀਂ ਕਹਿੰਦੇ ਹਾਂ
ਇਹ ਪਤਾ ਨਹੀਂ ਕੀ ਲਫ਼ਜ਼ ਇਸਤੇਮਾਲ ਕਰ ਰਹੀਆਂ ਉਹ ਜੋ ਉਹਦੇ ਵਾਸਤੇ ਇਹਨਾਂ ਨੇ ਐਡਾ ਵੱਡਾ ਪ੍ਰੋਗਰਾਮ ਤੈਅ ਅੰਜਾਮ ਦਿੱਤਾ ਸੀ ਬਈ ਮੁਸਲਮਾਨ ਦਾ ਕੀ ਤਾਲਕ ਹੈ ਅੱਲਾਹ ਤਾਲਾ ਦੇ ਕੁਰਾਨ ਪਾਕ ਵਿੱਚ ਫਰਮਾਇਆ ਵਲਨ ਤਦਾਨ ਕਲ ਯਹੂਦ ਵਲਨ ਨਸਾਰਾ ਹੱਤਾ ਤਬਿਆ ਮਿਲਤ ਹੁ ਮੁਸਲਮਾਨ ਦਾ ਕੀ ਤਾਲਕ ਹੈ ਕਿ ਉਹ ਮਲਕਾ ਦੀ ਜਿਹੜਾ ਫਾਤਿਹਾ ਖਾਨੀ ਜਾ ਕੇ ਕਰੇ ਠੀਕ ਹੈ ਉਹ ਇੱਕ ਇਨਸਾਨੀਅਤ ਦੇ ਨਾਤੇ ਨਾਲ ਦੁਨੀਆਦਾਰੀ ਦੇ ਮਾਮਲਾ ਦੇ ਅੰਦਰ ਉਹ ਇੱਕ ਅਲੱਗ ਚੀਜ਼ ਹੈ ਕਿਸੇ ਦੇ ਜਿਹੜਾ ਨਾ ਦੁੱਖ ਦਰਦ ਸ਼ਾਮਿਲ ਹੋਣਾ ਲੇਕਿਨ ਇਸਲਾਮੀ ਸ਼ਾਇਰ ਦੇ ਨਾਲ ਕਿਸੇ ਦਾ ਜ਼ਿਕਰ ਕਰਨਾ ਕਿਸੇ ਗੈਰ ਮੁਸਲਮ ਦਾ ਇਹਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ ਲੇਕਿਨ ਇਹ ਮੁਸਲਮਾਨ ਹੋਣ ਤਾਂ ਫਿਰ ਨਾ ਇਹਨਾਂ ਲਿਬਾਦਾ ਹੀ ਮੁਸਲਮਾਨਾਂ ਵਾਲਾ ਸਿਰਫ ਹੋ ਰਿਹਾ ਇਹ ਚਾਦਰ ਉੱਤੇ ਪਾਈਏ ਇਸਲਾਮ ਲਿਖ ਕੇ ਕਿ ਅਸੀਂ ਮੁਸਲਮਾਨ ਹਾਂ ਲੇਕਿਨ ਕਰਤੂਤ ਸਾਰੇ ਇਹਨਾਂ ਦੇ ਯਹੂਦੀਆਂ ਵਾਲੇ ਕੰਮ ਇਹਨਾਂ ਦੇ ਸਾਰੇ ਈਸਾਈਆਂ ਵਾਲੇ ਗੈਰ ਮੁਸਲਮਾਨ ਬਲਕਿ ਮੈਂ ਯਕੀਨ ਮੰਨੋ ਮੇਰਾ ਖਿਆਲ ਹੈ ਕਿ ਇੰਨੇ ਸਖ਼ਤ ਜਿਹੜੇ ਨੇ ਅਲਫਾਜ਼ ਈਸਾਈ ਵੀ ਸਾਰੇ ਮੌਕਫ ਨਹੀਂ ਰੱਖਦੇ ਜਾਂ ਯਹੂਦੀ ਵੀ ਉਸ ਬਸ ਦੇ ਬਾਰੇ 'ਚ ਜਿੰਨਾ ਗਲਤ ਜ਼ੁਬਾਨ ਜਿਹੜੀ ਨਾ ਇਹ ਕਾਦੀਆਂ ਨਹੀਂ ਇਸਤੇਮਾਲ ਕਰਦੇ ਨਬੀ ਯਕੀਨ ਕਰੋ ਅਮੀਰ ਭਾਈ ਮੈਂ 20 ਸਾਲ ਯੂਰਪ ਵਿੱਚ ਹੋ ਗਏ ਮੈਂ ਕਿਸੇ ਯਹੂਦੀ ਕਿਸੇ ਈਸਾਈ ਇਟਲੀ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਅਕਸਰ ਉਹਨਾਂ ਲੋਕਾਂ ਦਾ ਸ਼ੌਕ ਹੈ ਨਾ ਇਸਲਾਮ ਦੇ ਉੱਤੇ ਗੱਲ ਕਰਨ ਦੀ ਤੇ ਯਕੀਨ ਕਰੋ ਅੱਜ ਤੱਕ ਇੱਕ ਬੰਦੇ ਨੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਇੱਕ ਗੱਲ ਨਹੀਂ ਕੀਤੀ ਇੱਕ ਗੱਲ ਮੇਰੀ ਬੜੇ ਬੰਦੇ ਨਾਲ ਗੱਲ ਉੱਥੇ ਆਉਂਦੀ ਹੈ ਇੱਕ ਬੰਦੇ ਦੇ ਮੂੰਹ ਦੇ ਵਿੱਚੋਂ ਔਰ ਮੈਂ ਉਹਨਾਂ ਆਖਿਆ ਹੀ ਨਹੀਂ ਕਿ ਤੁਸੀਂ ਕੋਈ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਗੱਲ ਨਹੀਂ ਕਰਨੀ ਲਾ ਇਲਾਹ ਮੁਹੰਮਦ ਰਸੂਲਲਾ ਮੇਰੇ ਕੰਨ ਹੀ ਨਹੀਂ ਸੁਣਿਆ ਅੱਜ ਤਾਈ ਜੋ ਕਈ ਲੋਕਾਂ ਆਖਿਆ ਹੋਇਆ ਬਾਈ ਤੁਹਾਡੇ ਨਬੀ ਦੀ ਜਾਂ ਹਾਂ ਉਹ ਚਲੋ ਉਂਝ ਸਹੀ ਨਹੀਂ ਆ ਤੇ ਦੋ ਅੱਖੇ ਦਿਨ ਮੁਹੰਮਦ ਉਹ ਪੈਸੇ ਦੀ ਖਾਤਰ ਪੈਸੇ ਦੀ ਲਾਲਚ ਦੇ ਕੇ ਕਰਵਾ ਕੇ ਇਸਲਾਮ ਦੇ ਖਿਲਾਫ ਪ੍ਰਾਪੋਗੰਡਾ ਕਰਦੇ ਨੇ ਅਗਰ ਇਸਲਾਮ ਪਾਕਿਸਤਾਨ ਦੇ ਅੰਦਰ ਕਿਸੇ ਜਗ੍ਹਾ ਦੇ ਉੱਤੇ ਅਗਰ ਇੰਤਸ਼ਾਰ ਪੈਦਾ ਕੀਤਾ ਇਸਲਾਮ ਔਰ ਗੈਰ ਮੁਸਲਿਮ ਲੋਕਾਂ ਦੇ ਦਰਮਿਆਨ ਇਹਨਾਂ ਕਾਦੀਆਨੀਆਂ ਨੇ ਇਹਨਾਂ ਦਾ ਹੱਥ ਨਿਕਲਿਆ ਵਿੱਚੋਂ ਅਗਰ ਚਰਚ ਜਲਾਏ ਗਏ ਪਿੱਛੇ ਕਾਦੀਆਨੀ ਅਗਰ ਲੜਾਈਆਂ ਹੋਈਆਂ ਇਮਰਾਨ ਕਾਲੂ ਬਰਾਂਡ ਲਾਈ ਹੋਈ ਆ ਸ਼ੀਆ ਬਣੇ ਹੋਏ ਆਈ ਤੇ ਉੱਤੇ ਜਨਾਬ ਅਲੀ ਜਿਹੜੇ ਆਂਦੇ ਨਾ ਕੋ ਵਹਾਬੀ ਵਗੈਰਾ ਇਹ ਜਿਹੜੇ ਆਪਣੇ ਆਪ ਨੂੰ ਬਿਲਕੁਲ 100% ਇਸਲਾਮ ਦੇ ਖਿਲਾਫ ਜਿੱਥੇ ਵੀ ਕੋਈ ਵੀ ਪ੍ਰਾਪੋਗੰਡਾ ਹੋਇਆ ਨਾ ਉਹਦੇ ਪਿੱਛੇ ਇਹਨਾਂ ਲਾਈਨਾਂ ਦਾ ਹੱਥ ਹੋਇਆ ਕਾਦੀਆਨੀਆਂ ਦਾ ਇਹ ਤੁਸੀਂ ਕਿਸੇ ਜਗ੍ਹਾ ਤੇ ਵੀ ਬਲਕਿ ਤਹਿਕੀਕ ਹੋਈ ਵੀ ਹੈ ਕਿ ਇਹਨਾਂ ਦਾ ਹੱਥ ਨਿਕਲਿਆ ਔਰ ਇਹਨਾਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨੂੰ ਅਗਰ ਕਿਸੇ ਨੂੰ ਧੀ ਦੇਣੀ ਪਵੇ ਧੀ ਦੇ ਦਿਓ ਭੈਣ ਦੇਣੀ ਪਵੇ ਭੈਣ ਦੇ ਦਿਓ ਮਾਂ ਪੇਸ਼ ਕਰ ਦਿਓ ਕਿਸੇ ਨੂੰ ਪੈਸੇ ਦੇ ਦਿਓ ਜ਼ਮੀਨ ਦਾ ਟੁਕੜਾ ਦੇ ਦਿਓ ਲੇਕਿਨ ਕਾਦੀਆਨੀ ਕਰ ਲਵੋ ਉਸ ਬੰਦੇ ਨੂੰ ਇਹਨਾਂ ਦੇ ਅੰਦਰ ਤਾਂ ਇਹ ਗੈਰਤ ਕੋਈ ਨਹੀਂ ਹੈ ਇਹਨਾਂ ਦੇ ਅੰਦਰ ਇਹ ਨਾ ਤਾਂ ਇਨਸਾਨੀਅਤ ਕਹਿੰਦੇ ਨਾ ਜੀ ਇਨਸਾਨੀਅਤ ਕੀ ਕਹਿੰਦੇ ਨੇ ਕਿ ਲਵ ਫਾਰ ਆਲ ਹੇਟਡ ਫਾਰ ਨਨ ਇਹਨਾਂ ਦਾ ਤਾਲਕ ਜਿਹੜਾ ਨਾ ਇਹ ਤਾਂ ਹਰ ਬੰਦੇ ਨਾਲ ਨਫ਼ਰਤ ਇਹਨਾਂ ਦੀ ਇਨਸਾਨੀਅਤ ਇਹਨਾਂ ਦੇ ਅੰਦਰ ਹੈ ਹੀ ਨਹੀਂ ਇੱਕ ਜ਼ਰਾ ਬਰਾਬਰ ਵੀ ਨਹੀਂ ਹੈ ਯਾਰ ਜਿਹੜੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਜਿਹੜਾ ਬੰਦਾ ਬੌਕਸ ਰੱਖ ਸਕਦਾ ਉਹਦੇ ਵਾਸਤੇ ਅਸਦ ਸ਼ਾਹੀ ਕੋਈ ਨਾ ਬਿਲਕੁਲ ਇਹਨਾਂ ਦਾ ਇਨਸਾਨੀਅਤ ਦੇਖੋ ਅਗਰ ਇਹਨਾਂ ਨੇ ਇੰਨੇ ਬੰਦੇ ਜੋ ਜਿਹੜੇ ਈਸਾਈ ਜਲਾ ਦਿੱਤੇ ਵਿਚਾਰੇ ਪਾਕਿਸਤਾਨ ਦੇ ਅੰਦਰ ਇਹ ਕਿਹਨਾਂ ਦਾ ਕਾਰਨਾਮਾ ਸੀ ਇਹਨਾਂ ਦਾ ਹੀ ਕਾਰਨਾਮਾ ਸੀ ਇਹਨਾਂ ਜਾਂ ਮਰਜ਼ੀਆਂ ਦਾ
ਚਰਚਾਂ 'ਚ ਅੱਗ ਲਾਈ, ਘਰਾਂ ਦੇ ਵਿੱਚ ਅੱਗ ਲੱਗ ਗਈ, ਉਹਨਾਂ ਦੇ ਘਰ ਸਾੜ ਦਿੱਤੇ, ਵਿਚਾਰੇ ਈਸਾਈ ਸੜ ਗਏ। ਬਈ ਮੈਨੂੰ ਇਹ ਇਨਸਾਨੀਅਤ ਹੈ? ਸਾਰਿਆਂ ਨਾਲੋਂ ਵੱਡੀ ਗੱਲ ਹੀ ਹੈ ਵੇ, ਜਿਹੜੀ ਗੱਲ ਤੋਂ ਜ਼ਿਆਦਾ ਬੰਦਾ ਪਰ ਹੁੰਦਾ ਕਿ ਇਹ ਆਪਣੀ ਆਈਡੈਂਟੀਫਿਕੇਸ਼ਨ ਛੁਪਾਉਂਦੇ ਨੇ, ਦੱਸਦੇ ਨਹੀਂ। ਮੁਸਲਮਾਨ ਬਣ ਕੇ ਵਿੱਚ ਅਤੇ ਜਿਹੜੀ ਮਰਜ਼ੀ ਵਾਰਦਾਤ ਕਰ ਜਾਣ, ਮੁਸਲਮਾਨਾਂ ਨੂੰ ਕਿੱਥੇ ਪਤਾ ਲੱਗਦਾ? ਮੁਸਲਮਾਨ ਕਿਹੜੇ ਕਿ ਸਾਰੇ ਐਡੇ ਬਾਸ਼ੂਰ ਅਤੇ ਹੋਸ਼ ਵਾਲੇ ਨੇ? ਇਹ ਟਵਿੱਟਰ ਉੱਤੇ ਅਸੀਂ ਜਾ ਕੇ ਵੇਖਿਆ, ਉੱਥੇ ਕਈ ਵਿੱਚ ਵੜੇ ਨੇ ਪੀ ਟੀ ਆਈ ਦੇ ਜਿਹੜੇ ਹੁੰਦੇ ਨੇ ਸਿਆਸੀ ਵਰਕਰ, ਉਹਨਾਂ ਦੇ ਵਿੱਚ ਵੜ ਕੇ ਪਾਕਿਸਤਾਨ ਦੇ ਖਿਲਾਫ਼, ਫੌਜ ਦੇ ਖਿਲਾਫ਼ ਜ਼ਹਿਰ ਉਗਲਣ ਲੱਗੇ। ਨਹੀਂ ਅਮਰ ਭਾਈ, ਹੁਣ ਮੁਸਲਮਾਨ ਬੜੇ ਹੁਸ਼ਿਆਰ ਨੇ, ਪਛਾਣ ਲੈਂਦੇ ਨੇ। ਵੀਡੀਓ ਤੁਹਾਨੂੰ ਤੋੜੀ, ਅਗਲੇ ਨੇ ਆਵਾਜ਼ਾਂ ਤੋਂ ਹੀ ਪਛਾਣੇ ਆ। ਇਹ ਮਰਦੂਦਾਂ ਨੂੰ ਫੜਾਂ ਦੇ, ਤੁਸੀਂ ਵੇਖਿਓ ਇਹਨਾਂ ਵਿੱਚੋਂ ਵਿੱਚ ਵੜ ਕੇ ਕੱਢਾਂ ਦੇ, ਇਹਨਾਂ ਦੇ ਗਿੱਚੇ ਤੋਂ ਫੜ ਕੇ ਲਿਆਵਾਂ ਦੇ ਇਹਨਾਂ ਨੂੰ। ਅਹਿਮਦ ਭਾਈ, ਆਹਿਸਤਾ ਆਹਿਸਤਾ ਮੁਸਲਮਾਨਾਂ ਨੂੰ ਵੀ ਸ਼ਊਰ ਹੁੰਦਾ ਪਿਆ ਹੈ ਨੇ, ਠੀਕ ਹੈ। ਲੇਕਿਨ ਇਸ ਤੋਂ ਪਹਿਲਾਂ ਤਾਂ ਜਦੋਂ ਤੱਕ ਇਹਨਾਂ ਨੇ ਬਗੈਰਤੀਆਂ ਨਹੀਂ ਸਨ ਕੀਤੀਆਂ ਤਾਂ ਮੁਸਲਮਾਨ ਦੇ ਭੋਲੇ ਭਾਲੇ ਸਨ ਨਾ, ਇਤਮਾਦ ਕਰ ਜਾਂਦਾ ਹਰ ਕਿਸੇ ਦੇ ਉੱਤੇ। ਲੇਕਿਨ ਜਦੋਂ ਤੱਕ ਜਦੋਂ ਇਹਨਾਂ ਨੇ ਹੁਣ ਆਪਣੀਆਂ ਬਗੈਰਤੀਆਂ ਸ਼ੁਰੂ ਕਰ ਦਿੱਤੀਆਂ ਨੇ, ਹੁਣ ਮੁਸਲਮਾਨਾਂ ਨੂੰ ਵੀ ਜਿਹੜਾ ਨਾ ਸਮਝ ਆ ਗਈ ਹੈ। ਅਤੇ ਇਹ ਦੇਖੋ ਤੁਸੀਂ, ਅਗਰ ਕਿਸੇ ਵੀ ਜਗ੍ਹਾ ਦੇ ਉੱਤੇ, ਅਗਰ ਜਰਮਨੀ ਦੇ ਅੰਦਰ, ਇੰਗਲੈਂਡ ਦੇ ਅੰਦਰ, ਕਿਸੇ ਜਗ੍ਹਾ ਦੇ ਉੱਤੇ ਅਗਰ ਜਿਹੜੇ ਪਿੱਛ ਕੀ ਉਹਨੂੰ ਕਹਿੰਦੇ ਸੀ ਯਾਰ, ਅਤੇ ਉਹਦੇ ਅੰਦਰ ਜਿੰਨਾ ਵੀ ਯਾਨੀ ਕਿ ਬੈਗ ਦੇ ਉੱਤੇ ਜਿੰਨੇ ਵੀ ਨਿਕਲੇ, ਕਾ ਉਹਨਾਂ 'ਚ ਅਕਸਰੀਅਤ ਕਾਦਿਆਨੀਆਂ ਦੀ ਸੀ ਜਿਹੜੇ ਮੁਸਲਮਾਨ ਬਣ ਕੇ ਅਤੇ ਮੁਸਲਮਾਨ ਨੂੰ ਬਦਨਾਮ ਕਰਦੇ ਹੋ, ਪਾਕਿਸਤਾਨ ਦਾ ਨਾਮ ਵੀ ਇਸਤੇਮਾਲ ਕਰਦੇ ਹੋ। ਇਹ ਲੋਕ ਇਹਨਾਂ ਉਹ ਜਰਮਨੀ 'ਚ ਇਹਨਾਂ ਦਾ ਇੱਕ ਮੁਰੱਬੀ ਉਹ ਜਿਹੜਾ ਜਿਹਨੂੰ 30 ਸਾਲ ਕੈਦ ਹੋਈ ਹੈ, ਉਹ ਕਾਹਦੇ ਵਿੱਚ ਕੈਦ ਹੋਈ ਹੈ ਉਹਨੂੰ? ਇਹਨਾਂ ਨੇ ਹਰ ਪਲੇਟਫਾਰਮ ਦੇ ਉੱਤੇ ਇਸਲਾਮ ਔਰ ਮੁਸਲਮਾਨ ਔਰ ਪਾਕਿਸਤਾਨ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਜਗ੍ਹਾ ਦੇ ਉੱਤੇ, ਕਿਸੇ ਲਾਈਵ ਦੇ ਉੱਤੇ ਬੈਠ ਕੇ ਕਦੀ ਇਹਨਾਂ ਨੇ ਪਾਕਿਸਤਾਨ ਦੀ ਤਾਰੀਫ਼ ਨਹੀਂ ਕੀਤੀ, ਬਲਕਿ ਇਹਨਾਂ ਨੇ ਹਮੇਸ਼ਾ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ ਦੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਸਲਾਮ ਔਰ ਉਹਨਾਂ ਦੇ ਬਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਬਕਵਾਸਾਤ ਕਰਨ ਵਾਲੇ, ਆਪਣੇ ਯਾਨੀ ਮੁਸਲਮਾਨ ਹੋ ਕੇ ਕਿਰਦਾਰ ਬਦ ਕਿਰਦਾਰੀਆਂ ਕਰਨ ਵਾਲੇ ਇਹ ਲੋਕ ਨੇ। ਲੇਕਿਨ ਜਦੋਂ ਇੱਥੇ ਬਰਾਡਾ 'ਤੇ ਆਉਣਗੇ, ਅਫਗਾਨੀ ਸਾਹਿਬ ਕੋਲ ਬਹਿਣਗੇ, ਅਤੇ ਇਹ ਆਪਣੇ ਆਪ ਨੂੰ ਸੱਚਾ ਆਖਣਗੇ ਜੀ ਸਾਡੇ ਜਿੰਨਾ ਜਿਹੜਾ ਨਾ ਉਹ ਅੱਲਾਹ ਪਾਕ ਇਹਨਾਂ ਨੂੰ ਗਾਰਤ ਕਰੇ, ਤਬਾਹੋ ਬਰਬਾਦ ਕਰੇ ਇਹਨਾਂ ਨੂੰ, ਜਾਂ ਤਾਂ ਇਹਨਾਂ ਨੂੰ ਅੱਲਾਹ ਹਦਾਇਤ ਦੇ ਕਿ ਮੁਸਲਮਾਨ ਹੋ ਜਾਣ, ਪੱਕੇ ਸੱਚੇ ਮੁਸਲਮਾਨ ਹੋ ਜਾਣ, ਅਤੇ ਜਾਂ ਫਿਰ ਇਹਨਾਂ ਨੂੰ ਉਂਝ ਹੀ ਜਿਹੜਾ ਨਾ, ਕਿਉਂਕਿ ਇਹ ਇਸਲਾਮ ਵਾਸਤੇ ਨਾਸੂਰ ਨੇ, ਇਹਨਾਂ ਇਸਲਾਮ ਨੂੰ ਨੁਕਸਾਨ ਕਿਸੇ ਗੈਰ ਮੁਸਲਿਮ ਨੇ ਨਹੀਂ ਪਹੁੰਚਾਇਆ ਜਿੰਨਾ ਇਸਲਾਮ ਨੂੰ ਨੁਕਸਾਨ ਇਹਨਾਂ ਜਿਹੜਾ ਨਾ ਨਾਮ ਨਿਹਾਦ ਇਹ ਜਿਹੜੇ ਨਾ ਮੁਸਲਮਾਨ ਆਪਣੇ ਆਪ ਨੂੰ ਕਹਿੰਦੇ ਨੇ ਕਾਦਿਆਨੀ, ਜਿੰਨਾ ਇਹਨਾਂ ਨੇ ਇਸਲਾਮ ਨੂੰ ਨੁਕਸਾਨ ਪਹੁੰਚਾਇਆ, ਜਿੰਨੀ ਇਹਨਾਂ ਨੇ ਸ਼ਾਤਮੀਅਤ ਕੀਤੀ ਹੈ, ਜਿੰਨੀ ਇਹਨਾਂ ਨੇ ਗੁਸਤਾਖੀਆਂ ਕੀਤੀਆਂ ਨੇ, ਇਹਨਾਂ ਤੋਂ ਇਲਾਵਾ ਕੋਈ ਬੰਦਾ ਗੁਸਤਾਖੀ ਨਹੀਂ ਕਰ ਸਕਿਆ। ਭਾਈ ਇਹ ਕਿਦੋਂ ਮੁਸਲਮਾਨ ਤਾਂ ਹੈ ਨਹੀਂ, ਮੈਂ ਇੱਕ ਦੜੇ ਤੁਰਕੀ ਮੇਰੇ ਨਾਲ ਗਿਆ ਤੇ ਤੁਰਕੀ ਨੂੰ ਮੈਂ ਇਹਨਾਂ ਦਾ ਦਸਾਇਆ ਨਾ, ਮੈਂ ਕਿਹਾ ਨਹੀਂ ਇੰਡੀਆ ਨਾਲ ਤੇ ਕੁਛ ਪਾਕਿਸਤਾਨੀ ਜਿਹੜੇ ਉਹਨੂੰ ਮੈਂ ਤਸਵੀਰ ਵਿਖਾਈ ਨੇ ਮਿਰਜ਼ੇ ਦੀ, ਤਾਂ ਉਹ ਹੱਡੀ ਘਾਲ ਕੱਢ ਗਿਆ। ਇਸਲਾਮ
ਔਰ ਰਹੀ ਗੱਲ ਇਹਨਾਂ ਦੀਆਂ ਜਿਹੜੀਆਂ ਲਜਨਾਤ ਨੇ, ਮੈਂ ਇੱਕ ਔਰਤ ਤਾਂ ਇਹਨਾਂ ਦੀਆਂ ਮੈਂ ਡਿੱਗ ਚੜਦਾ, ਲੇਕਿਨ ਇੱਕ ਨੂੰ ਮੈਂ ਬੜਾ ਅੱਛੀ ਤਰ੍ਹਾਂ ਦੇ ਜਾਣਦਾ ਹਾਂ ਨਾ। ਹਾਂ ਤੇ ਘਰੋਂ ਭੈਰ ਨਿਕਲਣਾ ਤੇ ਜਨਾਵਲੀ ਦੇ ਵਿੱਚ ਨਿਕਲਣਾ ਤੇ ਅੱਲਾ ਦੀ ਕਸਮ ਚਾਹ ਕਰਦਾ ਪਿਆ ਉਹਦਾ ਕਿਰਦਾਰ ਇੱਕ ਬਜ਼ਾਰੂ ਔਰਤ ਦਾ। ਬਿਲਕੁਲ ਕੀ ਭਾਈਜਾਨ, ਯਕੀਨ ਮੰਨੋ ਅੱਜ ਤੇ ਜਿਹੜਾ ਨਾ ਇਹਨਾਂ ਦੀ ਕਿਹੜੀ ਕਿਹੜੀ ਚੀਜ਼ ਇਹ ਸਾਹਮਣੇ ਰੱਖੀ ਹੈ, ਬਲਕਿ ਪਤਾ ਚੱਲ ਕਿੱਦਾਂ ਪਿਆ ਆਹਿਸਾ ਆਹਿਸਾ ਦੁਨੀਆ ਨੂੰ ਵੀ ਕਿ ਇਹਨਾਂ ਦਾ ਕਿਰਦਾਰ ਕੀ ਹੈ, ਕਿ ਇਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਸਾਹਮਣੇ ਲਿਆਉਣ ਵਾਸਤੇ ਕਿਸ ਹੱਦ ਤੱਕ ਇਹ ਜਿਹੜੇ ਨਾ ਗਿਰ ਚੁੱਕੇ ਨੇ, ਇਹਨਾਂ ਦੇ ਅੰਦਰ ਗੈਰਤ ਦਾ ਮਾਦਾ ਜਿਹੜਾ ਨਾ ਉਹ ਖਤਮ ਹੋ ਚੁੱਕਿਆ ਨਾ। ਇਹਨਾਂ ਦੇ ਮਿਰਜ਼ੇ ਦੇ ਵਿੱਚ ਸੀ, ਉਹ ਮਿਰਜ਼ਾ ਜਿਹੜਾ ਸੀ ਜਦੋਂ ਵਿਆਹ ਹੋਇਆ ਉਹ ਵੀ ਨਾ ਮਰ ਸੀ, ਅਤੇ ਜਿਹੜੀ ਉਹ ਔਲਾਦ ਹੋਈ ਉਹ ਸਾਰੀ ਉਹਦੀ ਸੀ, ਉਹ ਮੌਲਵੀ ਨੂਰੁਦੀਨ ਜਿਹੜਾ ਸੀ ਉਹਦੀ ਔਲਾਦ ਸੀ, ਉਹ ਵੀ ਹਰਾਮ ਦੇ ਸਨ। ਇਹਦੇ ਜਿਹੜਾ ਖਾਨਦਾਨ ਇਹ ਜਿਹੜਾ ਇਹਨਾਂ ਦਾ ਖਲੀਫੇ ਨੇ ਇਹਨਾਂ ਦੇ ਪਾਕਿਸਤਾਨ ਮੈਂ 6 ਮਹੀਨੇ ਤੋਂ ਬਾਅਦ ਵਾਪਸ ਕਰਿਆ ਸੀ। ਮੈਂ ਕਿਹਾ ਠੀਕ ਹੈ, ਉਹ ਮੈਂ ਪਾਕਿਸਤਾਨ ਗਏ ਹੁਣ ਤੇ ਮੈਨੂੰ ਉਸ ਆਖਿਆ ਬਈ ਮੈਨੂੰ ਇੱਕ ਵਾਰੀ ਇਹਨੇ ਮਿਲ, ਮੈਂ ਕਿਹਾ ਉਹ ਔਰਤ ਦੀ ਉਹਦੀ ਉਮਰ 50 ਸਾਲ ਹੈ, ਮੈਂ 4 ਸਾਲਾਂ ਦੀ ਗੱਲ ਹੈ, ਹੁਣ ਮੈਂ 38 ਸਾਲ ਦਾ, ਉਹਦਾ ਮੈਂ 34 ਸਾਲ ਦਾ, 15 ਸਾਲ ਮੈਂ 16 ਸਾਲ ਵੱਡੀ ਹੈ। ਉਹ ਆਖੀ 50,000 ਵਿੱਚੋਂ ਵਿੜਾ। ਮੈਂ ਆਖਿਆ ਵੀ 50,000 ਨਾ ਮੰਨ ਦੇਵੇ ਤੇ ਖੁਦਾ ਦੇ ਨਾਂ ਹੀ ਹੋਈ ਤੂੰ ਵੱਲ। ਅੱਛਾ ਮਲਕ ਇਮਰਾਨ ਗੱਲ ਖਤਮ ਹੋ ਗਈ, ਇਹ ਮੇਰੀ ਖਤਮ ਹੋ ਗਈ। ਮੈਂ ਇੱਕ ਨਾ ਮੈਸੇਜ ਥੱਲੇ ਪੜ੍ਹਨ ਲੱਗਿਆ ਵਾਂ, ਉਹ ਮੈਂ ਮੇਰੀ ਭੈਣ ਤੇਰਾ ਹੀ ਉੱਥੇ ਨਾ ਲਾਇਆ ਸੀ ਉਹਨਾਂ ਨੇ ਗਾਣਾ, ਇਹ ਜਿਹੜੀ ਬਰਾੜ ਦਾ ਮਾਤਮ ਕਰਨ ਲੱਗੇ ਹਾਂ ਨਾ ਅਸੀਂ, ਜਿੱਥੇ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਗਾਲਾਂ ਕੱਢੀਆਂ ਗਈਆਂ ਨੇ, ਜਿੱਥੇ ਉਹਨਾਂ ਦੀ ਸ਼ਾਨ ਦੇ ਖਿਲਾਫ਼ ਬਕਵਾਸ ਕੀਤੀ ਗਈ ਹੈ ਨਾ, ਉੱਥੇ ਨਾਲ ਉਹਨਾਂ ਤੇਰਾ ਵੀ ਗਾਣਾ ਲਾਇਆ ਸੀ। ਉਹ ਪਹਿਲਾਂ ਪਿਆ ਕਿਸੇ ਮਲੰਗ ਦੀ ਆਡੀਓ ਨੇ ਚਲਾਈ ਹੈ ਫੁਰਕਾਨ ਫੋਰਸ ਨੇ, ਅਤੇ ਉਹਨੇ ਆਖਿਆ ਜਿਹੜਾ ਅਲੀ ਦਾ ਨਾਰਾ ਨਾ ਮਾਰੇ ਕਿ ਹਰੇ ਉਹ ਭੰਗੜਾ ਨਾ ਪਾਏ, ਕਿ ਉਹ ਵੀਡੀਓ ਜਿਹਦੇ 'ਚੋਂ ਕਹਿੰਦਾ ਵੀ ਜਿਹੜਾ ਧਮਾਲ ਨਾ ਪਾਏ ਉਹਦੀ ਭੈਣ ਦੀ ਫਲਾਂਡਿੰਗ, ਅਤੇ ਨਾਲ ਹੀ ਉਹਨੇ ਤੇਰੀ ਉਹ ਆਡੀਓ ਚਲਾ ਦਿੱਤੀ ਹੈ ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ। ਅਤੇ ਨਿਫਾਕ ਦਾ ਫਤਵਾ ਮੇਰੀ ਭੈਣ ਪਹਿਲਾਂ ਪੜ੍ਹ ਲਿਆ ਕੁਛ 4 ਅੱਖਰ, ਤੂੰ ਮੈਨੂੰ ਪਹਿਲੇ ਦਿਨ ਤਾਰਫ ਕਰਾਇਆ ਸੀ ਕਿ ਤੂੰ ਬਾਜੀ ਸਰੈਇਆ ਦੇ ਮਦਰੱਸੇ 'ਚ ਪੜ੍ਹੀ ਹੈ, ਅਤੇ ਜੇ ਕਿਤੇ ਪੜ੍ਹੀ ਹੁੰਦੀ ਨਾ ਤੂੰ ਤਾਂ ਤੈਨੂੰ ਪਤਾ ਹੁੰਦਾ ਨਿਫਾਕ ਦਾ ਫਤਵਾ ਕਿਸੇ 'ਤੇ ਵੀ ਨਹੀਂ ਲਾਇਆ ਜਾ ਸਕਦਾ। ਨਿਫਾਕ ਦਾ ਫਤਵਾ ਸਿਰਫ ਉਹ ਲਾ ਸਕਦਾ ਜਿਹਦੇ ਉੱਤੇ ਅੱਲਾਹ ਦੀ ਵਹੀ ਨਾਜ਼ਲ ਹੁੰਦੀ ਹੈ, ਕਿਉਂਕਿ ਨਿਫਾਕ ਦਿਲ ਦਾ ਅਮਲ ਹੈ, ਅਤੇ ਦਿਲ ਦਾ ਅਮਲ ਜਾਂ ਰੱਬ ਜਾਣਦਾ ਜਾਂ ਰੱਬ ਜਿਹਨੂੰ ਦੱਸੇ ਉਹਨੂੰ ਪਤਾ ਹੁੰਦਾ ਕਿ ਮੁਨਾਫਕ ਹੈ। ਤੂੰ ਬਿਆਨੀ ਅਮਰ ਨਜ਼ੀਰ ਮੁਨਾਫਕ ਹੈ, ਇਹ ਮੈਂ ਤੈਨੂੰ ਸੁਨੇਹਾ ਦੇਣਾ ਸੀ, ਹੁਣ ਮੈਂ ਤੈਨੂੰ ਕਰਨਾ ਬਲਾਕ, ਜਾਂ ਉੱਥੇ ਜਾ ਕੇ ਨਾ ਉਹਨਾਂ ਦੇ ਨਾਲ ਉਹਨਾਂ ਦੀ ਬਰਾੜ ਦੇ ਉੱਤੇ ਬਹਿ ਕੇ ਅਤੇ ਆਪਣਾ ਜੋ ਕੋਈ ਗਾਣੇ ਗਾਉਣੇ ਗਾਏ ਜਿਹਨੂੰ ਸੁਣੋ, ਜਾ ਕੇ ਆਪਣੀ ਇੰਜੋਏ ਕਰੋ, ਚੱਸ ਲਓ। ਅੱਲਾਹ ਤੁਹਾਨੂੰ ਦਇਆ ਦੇ, ਤੁਹਾਡੇ ਹਰ ਮੁਸਲਮਾਨ ਦੀ ਆਈਡੀ ਹੈ ਸਹੀ, ਕਿਉਂਕਿ ਉਸ ਦੇ ਨਾਮ ਦੀਆਂ ਹੋਰ ਵੀ ਹਨ।
ਤੁਹਾਡੇ ਅਰਦੇ ਮੁਸਲਮਾਨਾਂ ਨੇ ਅੱਗੇ ਇਹਨਾਂ ਨੂੰ ਮੌਕਾ ਦਿੱਤਾ, ਵਰਨਾ ਇਹਨਾਂ ਦੀ ਕੀ ਜਾਨ ਸੀ, ਮਰਜ਼ਾਈਆਂ ਦੀ ਕੀ ਜਾਨ ਸੀ? ਇਹ ਤਾਂ ਸਾਰੇ ਮੁਸਲਮਾਨ ਮੂੰਹ ਤੁਰੰਤ ਰੁੜ ਜਾਂਦੇ ਨੇ ਮਰਜ਼ਾਈ। ਉੱਥੇ ਇੱਕ ਆਕਾਸ਼ ਮਲਕ ਨਾਂ ਦਾ ਇੱਕ ਉਹਨੇ ਗਾਲਾਂ ਦਾ ਬਰਾੜ ਖੋਲ੍ਹੀ ਹੈ, ਇੱਕ ਸ਼ਹਿਦ ਨਾਂ ਦਾ ਉਹਨੇ ਬਰਾਡਾਂ ਖੋਲ੍ਹੀਆਂ ਨੇ ਗਾਲਾਂ ਦੀਆਂ। ਤੁਸੀਂ ਤਾਂ ਬਦਨਾਮ ਕਰਨ ਲੱਗੇ ਹੋ ਮੁਸਲਮਾਨਾਂ ਅਤੇ ਇਸਲਾਮ ਨੂੰ। ਅੱਲਾ ਤੁਹਾਨੂੰ ਹਦਾਇਤ ਦੇਵੇ ਅਤੇ ਇਸ ਮਰਦੂਦ ਗਰੋਹ ਨੂੰ ਅੱਲਾ ਦੁਨੀਆ ਤੋਂ ਚੁੱਕੇ, ਜਿਨ੍ਹਾਂ ਦੀ ਤਰੱਕੀ ਦਾ ਸਬੱਬ ਤੁਸੀਂ ਬਣਨ ਲੱਗੇ। ਦੰਦ ਕੱਢਣ ਲੱਗੀ ਥੱਲੇ ਬਹਿ ਕੇ ਭਾਈ ਜਾ, ਜਦੋਂ ਮੈਂ ਨਹੀਂ ਗਾਲ ਕੱਢਦਾ। ਮਕਸਦ ਇਹ ਜੇ ਅਸੀਂ ਗਾਲਾਂ ਨਹੀਂ ਕੱਢਦੇ ਅਤੇ ਸਾਡੀ ਭੈਣ ਇਹਦਾ ਦਿਲ ਹੈ ਵੀ ਇਹ ਵੀ ਮੈਨੂੰ ਨਾ ਉਂਝ ਦੀਆਂ ਗਾਲਾਂ ਕੱਢਣ ਜਿੰਝ ਜੋ ਕਾਸ਼ ਮਲਕ ਹੋਰੀ ਕੱਢਦੇ ਨੇ, ਅਤੇ ਸਾਨੂੰ ਤਾਂ ਗਾਲਾਂ ਉਂਝ ਕੱਢਣੀਆਂ ਆਉਂਦੀਆਂ ਨੇ ਮੇਰੀ ਭੈਣ। ਉੱਥੇ ਗਾਣੇ ਦੇ ਲਾਏ ਸਨ, ਮੈਂ ਦੇਖੀ ਬਰਾਡ ਉਹ ਪੇ ਸੁਣਾਉਂਦੇ ਸਨ ਪਹਿਲਾਂ ਉਹ ਮਲੰਗ ਦਾ ਉਹ ਵਾਕਿਆ ਵੀ ਉਹਨੇ ਆਖਿਆ ਵੀ ਜਿਹਨੇ ਧਮਾਲ ਨਾ ਪਾਈ ਉਹਦੀ ਐਸੀ ਦੀ ਤਹਿਤ, ਧਮਾਲ ਦੇ ਨਾਲ ਹੀ ਉਹਨੇ ਆਖਿਆ ਇਹਦੇ ਇਸ ਗਾਣੇ ਦਾ ਧਮਾਲ ਪਾਉਣਾ ਜਿਹੜਾ ਇਹਨੇ ਗਾਇਆ ਲੁੱਡੀ ਜਮਾਲ ਲੋ ਪਾਓ। ਇਹ ਖਤਮੇ ਨਬੂਤ ਦੇ ਜਿੰਨੀ ਦੇਰ ਤੱਕ ਇਹ ਖਤਮੇ ਨਬੂਤ ਦੇ ਪਾਸ ਪਾਉਣ ਨੇ ਤਾਂ ਸੱਤੀ ਗੱਡੀ ਖੈਰਾਂ ਨੇ ਇਸਲਾਮ ਨੂੰ ਪਵਿੱਤਰ ਇਸਲਾਮ ਨੂੰ। ਇਸ ਦਾ ਇਹ ਵੀ ਗਾਣਾ ਹੈ ਨਾ, ਮੈਂ ਤੇ ਮੇਰਾ ਦਿਲ ਭਰ ਜਾਨ ਜੀ, ਖਤਮੇ ਨਬੂਤ ਦਾ ਕੰਮ ਚੁੱਕਿਆ ਇਹਨਾਂ ਨੇ। ਰਾਣਾ ਜੀ, ਰਾਣਾ ਜੀ ਸ਼ਰਮ ਕਰ ਲਓ, ਤੁਹਾਡੇ ਹਾਲੇ ਵੀ ਤੁਹਾਡੇ ਅੰਦਰ ਗੈਰਤ ਨਹੀਂ ਆਈ? ਬਗੈਰ ਤੋਂ ਤੁਹਾਨੂੰ ਹਾਲੇ ਤੱਕ ਇੰਨਾ ਕੁਛ ਆਪਣੀ ਤਾਰੀਫਾਂ ਸੁਣ ਕੇ ਵੀ ਤੁਸੀਂ ਜਿਹੜਾ ਨਾ ਆਪਣੇ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਤੋਂ ਤੁਸੀਂ ਤਾਂ ਡੁੱਬ ਕੇ ਮਰ ਜਾਂਦੇ, ਯਕੀਨ ਮੰਨੋ ਜਿੰਨੀ ਕੁ ਤੁਹਾਡੀ ਹੋ ਗਈ ਹੈ। ਉਹ ਬਗੈਰ ਤੋਂ ਤੁਸੀਂ ਤਾਂ ਡੁੱਬ ਕੇ ਮਰ ਜਾਓ, ਇੱਕ ਚੁੱਲੂ ਦੇ ਵਿੱਚ ਪਾਣੀ ਲੈ ਕੇ ਨਾ, ਚੁੱਲੂ 'ਚ ਪਾਣੀ ਲੈ ਕੇ ਅਤੇ ਉਹਦੇ 'ਚ ਡੁੱਬ ਕੇ ਮਰੋ ਹਰਾਮੀਓ। ਤੁਹਾਡੇ ਤਾਂ ਕੋਈ ਹਲਾਲੀ ਕੋਈ ਨਹੀਂ ਹੈ, ਹਲਾਲੀ ਹੋਵੇ ਤਾਂ ਕਿਸੇ ਨਾ ਬੰਦਾ ਜਿਹੜਾ ਨਾ ਕਿਸੇ ਨੂੰ ਕੁਛ ਕਵੇ, ਤੁਸੀਂ ਤਾਂ ਹੈ ਹੀ ਸਾਰੇ ਹਰਾਮੀ ਹੋ, ਸਾਰੇ ਹਰਾਮ ਦੀ ਔਲਾਦ ਹੋ ਤੁਸੀਂ। ਤੁਹਾਡੀਆਂ ਮਾਵਾਂ ਨੂੰ ਨਹੀਂ ਪਤਾ ਕਿ ਤੁਸੀਂ ਕਿਹਦੇ ਹੋ, ਰਲੇ ਮਿਲੇ ਹੋ ਸਾਰੇ ਬੇਗੈਰਤ ਨਾ ਹੋਣ ਤੇ ਆ ਕੇ ਇੱਥੇ ਲੱਗਿਆ ਬਕਵਾਸ ਕਰਨ। ਅਲੀ ਭਾਈ ਤੁਸੀਂ ਅੱਗੇ ਗੱਲ ਨਾ ਕਰ ਰਿਹਾ ਬਈ, ਇਹਨਾਂ ਦਾ ਇਹ ਤਾਂ ਜਦ ਹੈ ਨੀ ਖੈਰ ਮੁਸਲਿਮ, ਇਹਨਾਂ ਦਾ ਤਾਂ ਆਪਸ ਨਿਕਾਹ ਹੀ ਨਹੀਂ ਹੁੰਦਾ ਤੇ ਵਾਕਿਆ ਚ ਇਹ ਇਹ ਹਰਾਮ ਦੇ ਹੀ ਨੇ ਉਹ ਸਾਰਾ ਅਥੈਂਟਿਕ ਗੱਲ ਜੇ 100%। ਜਦੋਂ ਇਹ ਮੁਸਲਮਾਨ ਹੀ ਨਹੀਂ ਹੈ, ਦੇਖੋ ਹਰ ਕੋਈ ਹਰ ਕਿਸੇ ਦਾ ਇੱਕ ਮਜ਼ਹਬ, ਇਹਨਾਂ ਦਾ ਮਜ਼ਹਬ ਹੀ ਕੋਈ ਨਹੀਂ, ਨਿਕਾਹ ਕਿੱਥੋਂ ਹੋ ਗਿਆ ਇਹਨਾਂ ਦਾ? ਕਬੂਲੀਅਤ ਹੈ ਨਾ, ਕਬੂਲੀਅਤ ਤਾਂ ਹਰ ਹਰ ਮਜ਼ਹਬ ਵਿੱਚ ਹੈ। ਮੈਂ ਇੱਥੇ ਈਸਾਈ ਮੇਰੇ ਦੋਸਤ ਹਨ, ਉਹਨਾਂ ਦੀਆਂ ਸ਼ਾਦੀਆਂ 'ਤੇ ਮੈਂ ਇਟਲੀ ਦੇ ਵਿੱਚ ਗਿਆ, ਫਰਾਂਸ 'ਚ ਗਿਆ, ਜਿਹੜੇ ਉਹਨਾਂ ਦਾ ਨਿਕਾਹ ਆਉਂਦਾ ਹੈ ਨਾ ਜੀ, ਕੁੱਲ 3 ਵਾਰੀ ਔਰਤ ਵੀ ਕਬੂਲ ਕਰਦੀ ਹੈ ਔਰ 3 ਵਾਰੀ ਮਰਦ ਹੀ ਕਬੂਲ ਕਰਦਾ ਹੈ। ਇਹ ਕਬੂਲੀਅਤ ਹਰ ਮਜ਼ਹਬ ਵਿੱਚ ਹੈ ਅਤੇ ਕਿਆ ਹੁਣ ਕਬੂਲੀਅਤ ਕਰੇ ਦੇ ਹਰ ਮਜ਼ਹਬ ਜਿਹੜਾ ਨਾ ਉਹ ਆਪਣੇ ਉਹਦਾ ਤਰੀਕਾਕਾਰ ਹੈ ਮਜ਼ਹਬ ਦਾ, ਜਿਹੜਾ ਵੀ ਮਜ਼ਹਬ ਹੈ, ਲੇਕਿਨ ਇਹਨਾਂ ਦਾ ਤਾਂ ਮਜ਼ਹਬ ਹੀ ਕੋਈ ਨਹੀਂ। ਇਹ ਤਾਂ ਨਾ ਮੁਸਲਮਾਨ ਨੇ, ਗੈਰ ਮੁਸਲਮ ਆਪਣੇ ਆਪ ਨੂੰ ਇਹ ਮੰਨਦੇ ਨਹੀਂ ਹੈ ਕਿਹੜੇ ਨਕਸ਼ੇ ਕਦਮ ਤੇ ਕਿਹੜੇ ਤਰੀਕੇ ਦੇ ਉੱਤੇ ਚੱਲ ਕੇ, ਜਦੋਂ ਇਹ ਮੁਸਲਮਾਨਾਂ ਵਾਲਾ ਕਲਮਾ ਨਹੀਂ ਇਸਤੇਮਾਲ ਕਰ ਸਕਦੇ, ਜਦੋਂ ਇਹ ਮੁਸਲਮਾਨਾਂ ਦੀ ਤਰ੍ਹਾਂ ਅਜ਼ਾਨ ਨਹੀਂ ਇਹਨਾਂ ਦੀ ਜਿਹੜੀ ਨਾ ਹੋ ਸਕਦੀ, ਨਮਾਜ਼ ਨਹੀਂ ਹੋ ਸਕਦੀ, ਮਸਜਿਦ ਨੂੰ ਮਸਜਿਦ ਨਹੀਂ ਕਹਿ ਸਕਦੇ, ਸ਼ਾਇਰ ਏ ਇਸਲਾਮ ਜਿਹੜੇ ਨੇ ਉਹਨਾਂ ਦੇ ਮੁਤਾਬਕ ਇਹ ਨਹੀਂ ਚੱਲ ਸਕਦੇ, ਤੇ ਫਿਰ ਮੈਨੂੰ ਇਹ ਦੱਸੋ ਕਿ ਨਿਕਾਹ ਇਹਨਾਂ ਦਾ ਕਿਹੜੇ ਮਜ਼ਹਬ ਦੇ ਮੁਤਾਬਕ ਹੈ?
ਇਹ ਤੇ ਪਿੱਛੇ ਜੇ ਪਤਾ ਇੱਕ ਦਫਾ ਮੈਂ ਖੁਦ ਸੁਣੀ ਬਰਾੜ ਇਹਨਾਂ ਦਾ ਜਿਹੜਾ ਉਹ ਸੀ ਕੀ ਨਾਂ ਸੀ ਉਹਦਾ ਯਾਰ ਖੁਰਮ ਖੁਰਮ ਸੀ ਇਹਨਾਂ ਦਾ ਜਿਹੜਾ ਖੁਰਮ ਇਸਲਾਮ ਨਿਕਾਹ ਜਾਇਜ਼ ਨਹੀਂ ਹੈ ਝੂਠ ਬੋਲ ਰਹੀ ਹੈ ਤੇ ਦੂਸਰੀ ਗੱਲ ਇਹਨਾਂ ਕਿਉਂਕਿ ਜ਼ੰਦੀਕ ਨੇ ਇਹਨਾਂ ਨਾਲ ਤਾਂ ਸਾਡਾ ਨਿਕਾਹ ਜਾਇਜ਼ ਹੀ ਨਹੀਂ ਹੈ ਹਾਂ ਅਹਿਲ ਕਿਤਾਬ ਨਾਲ ਸਾਡਾ ਨਿਕਾਹ ਜਾਇਜ਼ ਉਹ ਵੀ ਮਰਦ ਦਾ ਅਗਰ ਅਗਰ ਮੁਸਲਮਾਨ ਦੇਖੋ ਅਹਿਮਦ ਅਲੀ ਭਾਈ ਸੁਣੋ ਅਗਰ ਮੁਸਲਮਾਨ ਬਣ ਕੇ ਇੱਕ ਬੰਦੇ ਨੇ ਨਿਕਾਹ ਕੀਤਾ ਲੇਕਿਨ ਉਹਦਾ ਪਤਾ ਨਹੀਂ ਚੱਲਿਆ ਤੇ ਉਹਦੀ ਤੇ ਮਾਫੀ ਹੈ ਜੂ ਹੀ ਪਤਾ ਚੱਲੇਗਾ ਉਹ ਨਿਕਾਹ ਤੇ ਖੁਦ ਬਖੁਦ ਹੀ ਟੁੱਟ ਗਿਆ ਖਤਮ ਹੋ ਗਿਆ ਨਿਕਾਹ ਪਹਿਲੇ ਨੰਬਰ ਤੇ ਹੈ ਹੀ ਨਹੀਂ ਸੀ ਲੇਕਿਨ ਚੂੰਕਿ ਉਹਨੇ ਇਤਮਾਦ ਕੀਤਾ ਔਰ ਮੁਸਲਮਾਨ ਸਮਝ ਕੇ ਤੇ ਉਹ ਉਸ ਵਕਤ ਤੱਕ ਤੇ ਜਿਹੜਾ ਨਾ ਉਹ ਰਹੀ ਯਾਨੀ ਕਿ ਉਹਦੇ ਵਿੱਚ ਹੀ ਇੱਕ ਗਲਤ ਫਹਿਮੀ ਦੇ ਅੰਦਰ ਲੇਕਿਨ ਜੂ ਹੀ ਪਤਾ ਚੱਲਿਆ ਉਸ ਤੋਂ ਬਾਅਦ ਉਹ ਰਿਸ਼ਤਾ ਖਤਮ ਹੋ ਗਿਆ ਉਸੇ ਵੇਲੇ ਜੂ ਹੀ ਉਹਨੂੰ ਪਤਾ ਚੱਲ ਗਿਆ ਜਿਹੜਾ ਟਾਈਮ ਗੁਜ਼ਰਿਆ ਉਹਦੀ ਅੱਲਾਹ ਕੋਲ ਮਾਫ਼ੀ ਮੰਗੇ ਉਹਨੇ ਬਾਕੀ ਮਜ਼ੀਦ ਅਤੇ ਫਤਵਾ ਜਿਹੜਾ ਨਾ ਉਹ ਕਿਸੇ ਮੁਫਤੀ ਸਾਹਿਬ ਕੋਲ ਲਿਆ ਜਾ ਸਕਦਾ ਬੜਾ ਹਸਾਸ ਮਾਮਲਾ ਕਿਹੜਾ ਕੋਈ ਆਮ ਅਸੀਂ ਨਹੀਂ ਇਹਦੀ ਜਿਹੜੀ ਨਾ ਵਜ਼ਾਹਤ ਕਰ ਸਕਦੇ ਅੱਛਾ ਇਹਨਾਂ ਚੋਂ ਨਾ ਮੈਂ ਪੂਰੇ ਮਿਰਜ਼ਾਈਆਂ ਚੋਂ ਜਿਹੜਾ ਸਟੇਰੇ ਵਾਲੇ ਨਾ ਉਹਨੂੰ ਉਹ ਬਿਲਕੁਲ ਜਿਹੜਾ ਨਾ ਸ਼ਰੀਫ ਉਲ ਨਫਸ ਇਨਸਾਨ ਹੈ ਕੋਈ ਵੀ ਨਹੀਂ ਸਰ ਹੋਵੇ ਗੁਸਤਾਖ ਏ ਰਸੂਲ ਤੇ ਸ਼ਰੀਫ ਉਲ ਨਫਸ ਨਫਸ ਹੋਵੇ ਕਿਵੇਂ ਹੋ ਸਕਦਾ ਹੈ ਜਦਾਂ ਹੀ ਉਹ ਬਰਾੜ ਲੈਂਦਾ ਨਾ ਕਿ ਨਾ ਸੋ ਖੁੱਤਾ ਉਹ ਉਸ ਦੀ ਬਰਾੜ ਦਿੱਤੀ ਸਾਰਾ ਦਿਨ ਬੰਦਾ ਤੇ ਸਾਰਾ ਦਿਨ ਠੱਠਾ ਉਹ ਉਸ ਉਹ ਸਾਰਿਆਂ ਤੋਂ ਡੇਗੂ ਉਹ ਬੰਦਾ ਸਾਰਿਆਂ ਤੋਂ ਡੇਗੂ ਠੱਠਾ ਕਰਦਾ ਚੰਗੇਜ਼ ਖਾਨ ਤੁਸੀਂ ਉਹ ਵੱਡੇ ਕੁੱਤੇ ਜਹੰਨਮ ਦੇ ਕੁੱਤੇ ਹੋ ਤੁਸੀਂ ਯਕੀਨ ਮੰਨੋ ਤੁਸੀਂ ਮਿਰਜ਼ਾ ਦੀ ਕਬਰ ਖੋਲੋ ਤੇ ਜਾ ਕੇ ਵੇਖੋ ਤੇ ਮਿਰਜ਼ਾ ਦਾ ਨਾਮ ਲਓ ਚੰਗੇਜ਼ ਖਾਨ ਜਿਹੜਾ ਨਾ ਬਹਰਾਮੀ ਜੇ ਬੜਾ ਖੰਜ਼ੀਰ ਜੇ ਜਿਹੜਾ ਚੰਗੇਜ਼ ਖਾਨ ਜੇ ਜਿਹੜਾ ਨਾ ਅਸਲ ਦੋ ਨਮਨ ਨੁਸਤਾ ਜਿਹੜਾ ਦੋ ਨਮਨ ਹਰੀਫਾ ਨਹੀਂ ਆਇਆ ਉਹਦੇ ਵਿੱਚੋਂ ਨਿਕਲਿਆ ਜੀ ਆ ਦੋ ਨਮਨ ਹਰੀਫਾ ਦੀ ਨਸਲ ਜੀ ਆ ਬਿਲਕੁਲ ਸਹੀ ਗੱਲ ਹੈ ਥੱਲੇ ਮੈਸੇਜ ਆ ਰਹੇ ਉਹਨਾਂ ਦਾ ਜਵਾਬ ਜ਼ਰੂਰ ਮੈਂ ਦੇਸਾਂ ਵਾਲੇਕੁਮ ਅਸਲਾਮ ਵਰਹਮਤੁਲਾਹੀ ਵਬਰਕਾਤੁਹ ਮਗਫਿਰਤ ਜੀ ਅਲੀ ਸ਼ੇਰ ਗੁੱਜਰ ਭਾਈ ਮੋਹਤਰਮ ਔਰ ਮਲਕ ਸਾਹਿਬ ਆਪ ਵੀ ਉਸਤਾਦ ਮੋਹਤਰਮ ਜ਼ਾਇਦ ਅਸਕਾਨੀ ਭਾਈ ਅਮਰ ਨਜ਼ੀਰ ਭਾਈ ਮੋਹਤਰਮ ਸਭ ਠੀਕ ਠਾਕ ਹੈ ਖੈਰੀਅਤ ਹੈ ਜੀ ਅਲਹਮਦੁਲਿਲਾ ਅੱਲਾਹ ਪਾਕ ਕਾ ਬੇਹਿਸਾਬ ਸ਼ੁਕਰ ਹੈ ਜੀ ਸਾਲ ਮੇਂ ਵੀ ਹੈ ਸ਼ੁਕਰ ਅਦਾ ਕਰਤੇ ਹੈ ਉਸਕਾ ਮਲਕ ਇਮਰਾਨ ਭਾਈ ਜੀ ਸ਼ੁਕਰ ਅਲਹਮਦੁਲਿਲਾ ਮਲਕ ਇਮਰਾਨ ਭਾਈ ਆਪਕਾ ਬਹੁਤ ਬਹੁਤ ਸ਼ੁਕਰੀਆ ਜੋ ਆਪਨੇ ਮੇਰੀ ਬਾਤ ਕੋ ਤਵੱਜੋ ਸੇ ਸੁਨਾ ਔਰ ਉਸ ਪੇ ਅਮਲ ਕਰ ਰਹੇ ਹੈ ਅੱਲਾਹ ਤਾਲਾ ਆਪਕੋ ਉਸਕੀ ਜਜ਼ਾਏ ਖੈਰ ਦੇ ਕੋਈ ਮਸਲਾ ਨਹੀਂ ਆਬਿਦ ਭਾਈ ਤੁਸੀਂ ਅੱਛਾਈ ਵਾਸਤੇ ਆਖਿਆ ਨਾ
ਠੀਕ ਹੈ ਭਾਈ ਜਾਨ, ਸਭ ਮਿਹਰਬਾਨੀ, ਸ਼ੁਕਰੀਆ ਮੌਕਾ ਮਿਲਿਆ ਕੋਈ ਗੁਫਤਗੂ ਕਰਨ ਦਾ ਜਾਂ ਇਹਨਾਂ ਨੂੰ ਜਿਹੜਾ ਨਾ ਥੋੜ੍ਹਾ ਜਿਹਾ ਨੰਗਾ ਕਰਨ ਦਾ, ਫਿਰ ਥੱਲਾ ਜ਼ਿੰਦਗੀ ਦੀ ਮੁਲਾਕਾਤ ਹੋਏਗੀ। ਲੋਕ ਇਹਨਾਂ ਨੂੰ ਇੰਨੀ ਮਿੱਟੀ ਦੀ ਕੋਈ ਬੰਦਾ ਸਾਨੂੰ ਆ ਕੇ ਬੋਲੇ ਨਾ, ਅਸੀਂ ਨਾ ਕਿਸੇ ਦੀ ਫੋਟੋ ਲਾਉਂਦੇ ਹਾਂ ਨਾ ਕੁਝ ਕਰਦੇ ਹਾਂ, ਜਿਸ ਤਰ੍ਹਾਂ ਬਸ ਇਸੇ ਤਰ੍ਹਾਂ ਅਸੀਂ ਸਮਝਾਉਂਦੇ ਹਾਂ ਜਿਸ ਤਰ੍ਹਾਂ